ਦੇਸ਼ ਦੁਨੀਆ 'ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਜਗਤਾਰ ਸਿੰਘ ਜੀ ਔਰ ਸਰਦਾਰ ਅਮੀਰ ਸਿੰਘ ਜੀ ਮੈਂ ਜੀ ਆਇਆਂ ਆਖ ਤੈੰਕਿਊ ਸ਼ੁਕਰੀਆ ਜੀ ਬਹੁਤ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੁਪਹਿਰ ਤੋਂ ਬਾਅਦ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ ਬਜਾਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਕਿ ਅੰਮ੍ਰਿਤਸਰ 'ਚ ਹੀ ਸੀਗੇ ਉਹਨਾਂ ਨੂੰ ਵੀ ਬੇਹੱਦ ਵੱਡਾ ਸਵਾਲ ਪੈ ਗਿਆ ਔਰ ਇਹ ਸਵਾਲ ਦਾ ਜਵਾਬ ਦੇ ਨਹੀਂ ਹੋਣਾ ਇੰਜ ਲੱਗ ਰਿਹਾ ਪਿਛਲੀਆਂ ਦੋ ਸਰਕਾਰਾਂ ਤੇ ਤੀਜੀ ਤੀਜੀ ਤੇ ਵੀ ਸੇਮ ਇਲਜ਼ਾਮ ਆਇਆ ਕੁਮਰ ਵਜੇ ਪ੍ਰਤਾਪ ਕੀ ਲਿਖਦੇ ਨੇ ਉਹ ਕਹਿੰਦੇ ਜਦੋਂ ਮੈਂ ਆਈਪੀਐਸ ਤੋਂ ਅਸਤੀਫਾ ਦਿੱਤਾ ਸੀ ਅਪ੍ਰੈਲ 2021 ਮੈਂ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਅੱਜ ਐਸਆਈਟੀ ਤੁਹਾਡੀ ਹੈ ਅੱਜ ਹੋਮ ਮਿਨਿਸਟਰ ਤੁਸੀਂ ਹੋ ਗਵਾਹਾਂ ਨੂੰ ਐਸਆਈਟੀ ਮੁਕਰਾਰੀ ਹੈ ਦੁਬਾਰਾ ਉਹਨਾਂ ਦਾ ਬਿਆਨ ਕਰਾਇਆ ਜਾ ਰਿਹਾ ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਮੈਂ ਨਿੱਜੀ ਵਕੀਲਾਂ ਨੂੰ ਨਾਲ ਲੈ ਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਹਾਂ ਮੈਨੂੰ ਜਾਣਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ ਦੋਸ਼ੀ ਸਰਕਾਰੀ ਤੰਤਰ ਤੋਂ ਹਾਵੀ ਹੋ ਗਏ ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ ਲੇਕਿਨ ਆਖਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ ਮੇਰੀ ਜੰਗ ਜਾਰੀ ਰਹੇਗੀ ਹਰ ਤਸ਼ੱਦਦ ਸਹਿਣ ਲਈ ਤਿਆਰ ਹਾਂ ਭਗਵੰਤਮਾਨ ਵਿਅਕਤੀਗਤ ਤੌਰ ਤੇ ਹਮਲੇ ਦਾ ਸ਼ਿਕਾਰ ਹੋਇਆ ਔਰ ਉਹਦੇ ਨਾਲ ਇੱਕ ਵੀਡੀਓ ਜਾਰੀ ਹੋਈ ਹੈ ਦੇ ਬੜੇ ਵੱਡੇ ਅਰਥ ਆ ਔਰ ਦੂਜਾ ਮਾਮਲਾ ਪਾਣੀਆਂ ਦੇ ਮੁੱਦੇ ਦੇ ਉੱਤੇ ਐਸਵਾਈਐਲ ਦੇ ਮੁੱਦੇ ਦੇ ਉੱਤੇ ਖਤਰਨਾਕ ਮੋੜ ਆ ਗਿਆ ਸਿਆਸੀ ਪਾਰਟੀਆਂ ਜਿਸ ਤਰ੍ਹਾਂ ਦੇ ਸਟੈਂਡ ਲੈ ਰਹੀਆਂ ਇੱਕ ਕੱਚ ਕਰੜ ਅਣਜਾਣਤਾ ਬਚਕਾਨਾ पण ਸਾਫ ਨਜ਼ਰ ਆ ਰਿਹਾ ਉੱਪਰਲੀ ਸੱਤਾ ਤੇ ਥੱਲੇ ਦੀ ਸੱਤਾ ਦੋਨਾਂ ਦੇ ਦਰਮਿਆਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਥੱਲੇ ਦੀ ਸੱਤਾ ਦੇ ਡਾਕਟਰ ਸੰਦੀਪ ਪਾਠਕ ਔਰ ਸੁਨੀਲ ਜਾਖੜ ਇਹ ਸਟੈਂਡ ਕਿੰਨੇ ਵਾਰਾ ਖਾਂਦੇ ਆ ਦਰਮਿਆਨ ਦੇ ਵਿੱਚ ਇੱਕ ਹੋਰ ਮਾਮਲਾ ਬੰਦੀ ਸਿੱਖਾਂ ਦਾ ਲੰਗੇ ਦਿਨ ਅਦਾਲਤ ਵਿੱਚ ਸੁਣਵਾਈ ਦੌਰਾਨ ਦਵਿੰਦਲਪਰਪਾਲ ਸਿੰਘ ਭੁੱਲਰ ਦਾ ਮਾਮਲਾ ਤੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਗਵਰਨਰ ਨੂੰ ਮਿਲੇ ਜਾਣ ਈਮੇਲ ਕੀਤੇ ਜਾਣ 27 ਲੱਖ ਲੋਕਾਂ ਦੀ ਪਟੀਸ਼ਨ ਦੇਣ ਦੀ ਜਾਂ ਦਸਤਖਤ ਕੀਤੀ ਹੋਈ ਮੰਗ ਸਾਰੇ ਮਾਮਲੇ ਇੰਨੇ ਕੋ ਸੈਂਸਿਟਿਵ ਨੇ ਸੰਵੇਦਨਸ਼ੀਲ ਨੇ ਇਹਨਾਂ ਤੇ ਗੱਲ ਕਰਦਿਆਂ ਇੱਕ ਇੱਕ ਲਫ਼ਜ਼ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਪੰਜਾਬ ਦੀ ਤ੍ਰਾਸ ਦੀ ਇਸ ਖਿੱਤੇ ਦੀ ਤ੍ਰਾਸ ਦੀ ਇਹਦੇ ਨਾਲ ਜੁੜੇ ਦੁਖਾਂਤ ਕਿੰਨਾ ਕੁਝ ਇਕੱਠਾ ਹੋ ਜਾਂਦਾ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਦੀ ਕੁੰਮਰ ਵਿਜੇ ਪ੍ਰਤਾਪ ਨੂੰ ਢੋਲ ਦੇ ਡੱਗੇ ਤੇ ਆਮ ਆਦਮੀ ਪਾਰਟੀ ਨੇ ਸ਼ਾਮਲ ਕੀਤਾ ਸੀ ਸਭ ਤੋਂ ਵੱਡਾ ਫੇਸ ਸੀਗੇ ਲੜਾਈ ਲੜ ਰਹੇ ਸੀ ਬੇਦਬੀ ਮਾਮਲਿਆਂ 'ਚ ਜਦੋਂ ਹਾਈ ਕੋਰਟ ਨੇ ਉਹਨਾਂ ਦੀ ਪੂਰੀ ਦੀ ਪੂਰੀ ਜਾਂਚ ਰਿਪੋਰਟ ਖਾਰਜ ਕਰਤੀ ਸੀ ਉਦੋਂ ਕੁੰਮਰ ਵਿਜੇ ਪ੍ਰਤਾਪ ਬੜੀ ਮੁਸ਼ਕਲ ਸਥਿਤੀ 'ਚ ਸੀਗੇ ਲੇਕਿਨ ਫਿਰ ਵੀ ਲੋਕਾਂ ਦਾ ਵਿਸ਼ਵਾਸ ਇਸ ਗੱਲ ਤੇ ਸੀ ਕਿ ਕੁੰਮਰ ਵਿਜੇ ਪ੍ਰਤਾਪ ਨੇ ਕੰਮ ਕੀਤਾ ਅੱਜ ਉਹ 1.5 ਸਾਲ ਤੋਂ ਉੱਪਰ ਦੇ ਵਕਫੇ ਬਾਅਦ ਜਦੋਂ ਸਾਫ਼ ਲਫ਼ਜ਼ਾਂ ਦੇ ਵਿੱਚ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਗ੍ਰਹਿ ਮੰਤਰੀ ਕਟਾਰੇ ਵਿੱਚ ਖੜਾ ਕਰ ਰਿਹਾ ਤਾਂ ਇਹਨੂੰ ਕਿਵੇਂ ਸਮਝੀਏ ਇਹ ਸ਼ਬਦ ਇਹ عبارت ਇਹ ਸਾਰਾ ਕੁਝ ਇਹਦੇ ਵਿੱਚੋਂ ਤੁਹਾਨੂੰ ਕੀ ਨਜ਼ਰ ਆ ਰਿਹਾ ਇੱਕ ਜੰਗ ਇੱਕ ਤੀਜੀ ਸਰਕਾਰ ਫਿਰ ਵਿਦਵੀ ਮਾਮਲਿਆਂ ਦੇ ਉੱਤੇ ਪੋਲਿਟਿਕਸ ਦੀ ਸ਼ਿਕਾਰ ਪਾਈ ਗਈ ਹੈ ਕੀ ਕਹੋਗੇ ਕਿਵੇਂ ਗੱਲ ਸ਼ੁਰੂ ਕਰੀਏ ਇਹਨਾਂ ਦੇ ਸਟੇਟਮੈਂਟ ਦੇ ਵਿੱਚ ਦੋ ਸੰਟੈਸਟ ਬਹੁਤ ਅਹਿਮ ਹੈ ਇੱਕ ਪੰਜਾਬ ਨਾਲ ਧੋਖਾ ਹੋ ਗਿਆ ਉਹਨਾਂ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਹੀ ਮੋਕਾ ਦਿੱਤੀ ਇੰਨੀ ਗੱਲ ਕਹਿ ਕੇ ਦੂਸਰਾ ਉਹਨਾਂ ਨੇ ਕਹਿ ਕੇ ਮੈਂ ਹਰ ਤਸ਼ੱਦਦ ਸਹਿਣ ਲਈ ਤਿਆਰ ਆ ਇਹ ਇਹ ਨਾਲ ਨੇ ਜੰਗ ਹੈ ਸੋ ਦੋ ਇਹ ਅਸਪੈਕਟ ਇਹਦੇ ਲੈ ਕੇ ਆਪਾਂ ਸਾਰੀ ਗੱਲ ਕਰਦੇ ਹੁਣ ਜਦੋਂ ਕਹਿੰਦੇ ਪੰਜਾਬ ਨਾਲ ਧੋਖਾ ਹੋ ਗਿਆ ਤੇ ਉਸ ਤੋਂ ਬਾਅਦ ਇਸ ਸਰਕਾਰ ਤੇ ਕੋਈ ਕਮੈਂਟ ਕਰਨੋਂ ਰਹਿ ਗਈ ਗਿਆ ਹੁਣ ਇਸ਼ੂ ਹੈ ਬੇਸਿਕਲੀ ਬਰਗਾੜੇ ਇੱਕ ਨੂੰ ਗਰਾਂਡ ਸਾਹਿਬ ਦੀ ਬੀਐਫਡੀ ਦੇ ਮਾਮਲੇ ਆ ਤੇ ਇਨਸਾਫ ਨਾ ਮਿਲਦਾ ਹੁਣ ਹੌਲੀ ਹੌਲੀ ਇਹ ਹੋਇਆ ਕਿ 215 ਦਾ ਕੇਸ ਹੈ ਗੁਆਹਮ ਦੇ ਕੋਰਨ ਮੁਕਰਨੇ ਸ਼ੁਰੂ ਹੋ ਗਏ ਕੱਲ ਵੀ ਗੁਆਹਾਂ ਦੇ ਇੱਕ ਸੈਟ ਨੇ ਐਫੀਡੇਵਿਟ ਐਫੀਡੇਵਿਟ ਤਾਂ ਪਹਿਲਾਂ ਵੀ ਦਿੱਤਾ ਸੀ ਕੁਝ ਦਿਨ ਪਹਿਲਾਂ ਕੱਲ ਫਿਰ ਉਹ ਇਸ਼ੂ ਸਾਹਮਣੇ ਆ ਗਿਆ ਉਹ ਕਹਿੰਦੇ ਵੀ ਕਮਰ ਵਿਜੇ ਪ੍ਰਤਾਪ ਨੇ ਸਾਡੀਆਂ ਸਾਡੇ ਬਿਆਨਾਂ ਨੂੰ ਡਿਸਟਰੋਟ ਕੀਤਾ ਸੀ ਪਹਿਲਾਂ ਹੁਣ ਜਿਹੜੇ ਖੁਦ ਵਿਕਟਮ ਸੀਗੇ ਉਹਨਾਂ ਦੇ ਪਤਾ ਨਹੀਂ ਪ੍ਰੈਸ਼ਰ ਹੈ ਜਾਂ ਕੀ ਕੀ ਨਹੀਂ ਸੱਚਾਈ ਤਾਂ ਚਲੋ ਅਸੀਂ ਉਹਦੇ ਬਾਰੇ ਉਹਦੇ ਵਿੱਚ ਨਹੀਂ ਪੈਂਦੇ ਲੇਕਿਨ ਇੱਕ ਪਹਿਲੂ ਇਹ ਆ ਰਿਹਾ ਕਿ ਉਹ ਗਵਾਹ ਬੁਕਰ ਰਹੇ ਹਨ ਜਦੋਂ ਕੇਸ ਖੁਰਦਪੁਰਦ ਹੋਣਾ ਹੁੰਦਾ ਹੈ ਨਾ ਉਦੋਂ ਗਵਾਹ ਹੀ ਬੁਕਰਦੇ ਹੁੰਦੇ ਆ ਸਾਡੇ ਕੋਲ ਤਾਂ ਐਗਜ਼ਾਮਪਲ ਲੱਗੀਆਂ ਕਿ ਇਕੱਲੇ ਗਵਾਹ ਹੀ ਨਹੀਂ ਆਈਓ ਵੀ ਮੁਕਰਗੇ ਸੀ ਇੱਕ ਬਹੁਤ ਅਹਿਮ ਕੇਸ ਦੇ ਵਿੱਚ ਜੇ ਇਨਵੈਸਟੀਗੇਟਰ ਅਸਰ ਵੀ ਬੁਕਰ ਜਾਣ ਤਾਂ ਉਹੀ ਸਿਚੁਏਸ਼ਨ ਮੈਨੂੰ ਲੱਗਦਾ ਇੱਥੇ ਬਣਦੀ ਜਾ ਰਹੀ ਹੈ ਬਰਗਾੜੀ ਦੇ ਵਿੱਚ ਅੱਜ ਉਹਨਾਂ ਨੇ ਨਾਲ ਇੱਕ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਹੈ ਭਗਵੰਤ ਮਾਨ ਹੁਰਾ ਦੀ ਉਸ ਵੇਲੇ ਦੀ ਨਾਲ ਵੀਡੀਓ ਹੈ ਜਿਹਦੇ ਵਿੱਚ ਉਹ ਬਹੁਤ ਕੁਝ ਕਹਿ ਰਹੇ ਹੁਣ ਸਿਆਸੀ ਪਾਰਟੀਆਂ ਦੀ ਇਹ ਦਿੱਕਤ ਹੁੰਦੀ ਹੈ ਮੈਂ ਪਹਿਲਾਂ ਕਹਿ ਕੇ ਕਿ ਆ ਕੋਈ ਧੋਖਾ ਪ੍ਰੋਗਰਾਮਾਂ ਦੇ ਵਿੱਚ ਕਿ ਆਮ ਆਰਮੀ ਪਾਰਟੀ ਦਾ ਕਿਸੇ ਵੀ 이슈 ਤੇ ਕੋਈ ਹਿਸਟੋਰੀਕਲ ਬੈਗੇਜ ਨਹੀਂ ਇਹ ਨਵੀਂ ਪਾਰਟੀ ਹੈ ਤੋਂ ਇਸ ਕਰਕੇ ਇਹ ਨਵੀਂ ਸ਼ੁਰੂਆਤ ਪੰਜਾਬ ਵਿੱਚ ਰਿਸਕ ਕਰਨ ਦੀ ਕਪੈਸਿਟੀ ਸੀ ਪਰ ਮੈਨੂੰ ਹੁਣ ਇਹ ਲੱਗ ਰਿਹਾ ਹੈ ਕਿ ਇਹ ਵੀ ਉਸ ਰੱਟ ਦੇ ਵਿੱਚ ਹੀ ਨਿਕਲ ਦੇ ਡਿੱਗ ਪਏ ਉਸ ਸਿਸਟਮ ਨੇ ਮਨ ਲੱਗਦਾ ਕਿ ਇਹਨਾਂ ਨੂੰ ਵੀ ਟੇਕਓਵਰ ਕਰ ਲਿਆ ਤੇ ਜਦੋਂ ਸਿਸਟਮ ਟੇਕਓਵਰ ਕਰ ਲੇ ਤੇ ਸਿਸਟਮ ਨੇ ਫਿਰ ਇਨਸਾਫ ਨਹੀਂ ਦਿਵਾਉਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਬੜੀ ਸਪਸ਼ਟ ਹੈ ਇਸ ਗੱਲ ਤੇ ਆ ਕੇ ਔਰ ਇਸ ਚੀਜ਼ ਦਾ ਮੇਰੇ ਖਿਆਲ ਅਸਾਇਸ ਕਮਰ ਵਿਜੇਪ੍ਰਤਾਪ ਨਾਲੋਂ ਜ਼ਿਆਦਾ ਹੋਰ ਕਿਸੇ ਨੂੰ ਨਹੀਂ ਹੋ ਸਕਦਾ ਕਿਉਂ ਸਿਸਟਮ ਹੈ ਕਿ ਕਿਉਂਕਿ ਉਹ ਵੀ ਕਿਸੇ ਵੇਲੇ ਇਸ ਸੰਦਰਭ ਪਾਟ ਸੀਗਾ ਇਸ ਸਟੇਟ ਦੀ ਫੰਕਸ਼ਨਿੰਗ ਹੋਇਆ ਕਰਦੀ ਪਹਿਲੇ ਦੋ ਚਲੋ ਅਕਾਲੀਆਂ ਵੇਲੇ ਤਾਂ ਇਹ ਸਾਰਾ ਘਟਨਾਕਰਮ ਵਾਪਰਿਆ ਸੀਗਾ ਤੇ ਉਸ ਤੋਂ ਬਾਅਦ ਗੁਟਕੇ ਦੇ 100 ਚੱਕ ਕੇ ਆਪਣੇ ਕੈਪਟਨ ਅਬਦਰ ਸਿੰਘ ਨੇ ਬਠੰਡੇ 100 ਖਾਧੀ ਸੀ ਕਿ ਮੈਂ ਇਨਸਾਫ ਨੂੰ ਆਉਂਗਾ ਸਾਰੀਆਂ 100 ਖਾਧੀਆਂ ਸੀਗੇ ਵੀ ਕਿੰਨਾ-ਕਿੰਨਾ ਗਣਾਈਏ ਲੇਕਿਨ ਪਾਵਰ ਚੌਣ ਤੋਂ ਬਾਅਦ ਕੁਛ ਨਹੀਂ ਕਰ ਸਕਿਆ ਇੱਕ ਸੈਟ ਬਣਾਓ ਦੂਜੀ ਬਣਾਓ ਕਮਿਸ਼ਨਲ ਬਣਾਓ ਸਭ ਕੁਝ ਹੋ ਗਿਆ ਗੱਲ ਉਥਰ ਹੀ ਉਥੇ ਹੈ ਕਿ ਅੱਜ ਕਿਸੇ ਨੂੰ ਇਸ ਮਾਮਲੇ ਤੇ ਇਨਸaaf ਮਿਲਣ ਦੀ ਕੋਈ ਆਸ ਹੈ ਮੇਰੇ ਖਿਆਲੇ ਵਿੱਚ ਨਹੀਂ ਹੈ ਮੈਂ ਸ਼ੁਰੂ ਤੋਂ ਇੱਕ ਮਸਲੇ ਤੇ ਇੱਕ ਪਹੁੰਚ ਬਣਾਈ ਵੀ ਹੈ ਕਿ ਜਿਹੜੇ ਇਹਨਾਂ ਦੇ ਵਿੱਚ ਕੁਝ ਦੋਸ਼ੀ ਜਿਨ੍ਹਾਂ ਦਾ ਨਾਮ ਦੋਸ਼ਣਾ ਚਾਹੁੰਦਾ ਦੋਸ਼ੀ ਹੈ ਜਾਂ ਨਹੀਂ ਇਹ ਤਾਂ ਅਲਟੀਮੇਟਲੀ ਜਦੋਂ ਫੈਸਲਾ ਹੋ ਗਿਆ ਇਸ ਕੇਸ ਦਾ ਫਿਰ ਪਤਾ ਲੱਗਣਾ ਹੈ ਲੇਕਿਨ ਦੋਸ਼ੀਆਂ ਦੇ ਵਿੱਚ ਜਿਹੜੇ ਲਾ ਹੈਗੇ ਆ ਉਹਨਾਂ ਉਹ ਵੀ ਹੈਗੇ ਆ ਜਿਨ੍ਹਾਂ ਨੂੰ ਸਟੇਟ ਪ੍ਰੋਟੈਕਟ ਕਰਦੀ ਹੈ ਉਹਨਾਂ ਤੇ ਹੋਰ ਵੀ ਕੇਸ ਹੈਗੇ ਪੁਰਾਣੇ ਅੱਜ ਕਿਸੇ ਨੂੰ ਪਤਾ ਹੀ ਨਹੀਂ ਕਿ ਉਹਨਾਂ ਨਾਲ ਕਿਸ ਤਰ੍ਹਾਂ ਕੀ ਬਣਾ ਮਾਰਡਰ ਕੇਸ ਹੈਗੇ ਆ ਤਿੰਨ ਤਿੰਨ ਬੰਦਿਆਂ ਦੇ ਡਿਸਪੀਅਰ ਹੋਣ ਦੇ ਕੇਸ ਹੈਗੇ ਆ ਕਦੇ ਹੁਣ ਸੁਣਿਆ ਹੀ ਨਹੀਂ ਵੀ ਕੋਈ ਕੋਈ ਇਸ ਚੱਲ ਰਿਹਾ ਸੋ ਜਿਨ੍ਹਾਂ ਤੇ ਪ੍ਰੋਟੈਕਸ਼ਨ ਇੰਡਾਇਰੈਕਟ ਤਰੀਕੇ ਨਾਲ ਇੰਡੀਅਨ ਸਟੇਟ ਦੀ ਹੋਵੇ ਤੇ ਮੈਂ ਇਹ ਸੋਚ ਕੇ ਫੈਸਲਾ ਕਰਕੇ ਬੈਠਾ ਹਾਂ ਕਿ ਉਹਨਾਂ ਨੇ ਇਹ ਕੇਸ ਅੱਗੇ ਵਧਣ ਦੇਣਾ ਹੀ ਨਹੀਂ ਕਿਸੇ ਤਰੀਕੇ ਦੇ ਨਾਲ ਵੀ ਅੜਚਣ ਪੈਗੀ ਗਵਾ ਮੁਕਰ ਜਾਣਗੇ ਤੇ ਅਲਟੀਮੇਟਲੀ ਕੇਸ ਖੁਰਦ-ਬੁਰਦ ਹੋ ਜਾਏਗਾ ਮੈਂ ਸਿਆਸੀ ਬੰਦਿਆਂ ਦੇ ਨਾਂ ਹੋਣ ਦਾ ਇਹਦੇ ਵਿੱਚ ਜ਼ਿਕਰ ਨਹੀਂ ਕਰਦਾ ਉਹ ਵੱਖਰਾ ਇਸ਼ੂ ਹੈ ਮੇਰੇ ਅਸਟੋ ਮੈਟਰ ਹੀ ਨਹੀਂ ਕਰਦਾ ਮੈਂ ਸਿਰਫ ਉਹ ਮੈਟਰ ਕਰਦਾ ਜਿੱਥੇ ਸਟੇਟ ਦੇ ਇਨਸਟਰੂਮੈਂਟਸ ਇਨਵੋਲਡ ਹੋਏਗੇ ਸੋ ਇਸ ਕਰਕੇ ਮੈਨੂੰ ਇਹ ਬਹੁਤੀ ਆਸ ਨਹੀਂ ਲੇਕਿਨ ਇੱਕ ਆਸ ਜ਼ਰੂਰ ਸੀਗੀ ਕਿ ਜਦੋਂ ਇਹਨੇ ਵਾਅਦੇ ਕਰਕੇ ਕੋਈ ਪਾਰਟੀ ਪਾਵਰ ਚਾਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਗੱਲ ਉਥਰੀ ਕਰ ਕੇ ਬਲ ਉਥਰੀ ਉੱਥੇ ਹੀ ਖੜੀ ਨਹੀਂ ਸੋ ਉਪਸ਼ਾਹ ਜਾ ਰਹੀ ਹੈ ਜਦੋਂ ਵਾਅ ਮੋਕਰਨੇ ਸ਼ੁਰੂ ਹੋ ਜਾਣ ਇਹਦਾ ਮਤਲਬ ਕਿ ਕੇਸ ਦੇ ਰਿਵਰਸ ਗিয়ার ਲੱਗ ਗਿਆ ਇਥੇ ਰਿਵਰਸ ਗিয়ার ਲੱਗਿਆ ਫਾਰਵਰਡ ਲੱਗੜਦੀ ਸਾਥੇ ਨਾ ਇਹ ਕੇਸ ਰਿਵਰਸ ਗিয়ার ਦੇ ਵਿੱਚ ਐ ਇਸ ਵੇਲੇ ਜੀ ਤੇ ਇਹ ਡੇਂਜਰਸ ਇਸ਼ੂ ਹੈ ਜੀ ਮੈਂ ਮੁੜਦਾ ਬਹੁਤ ਐਮ ਸਵਾਲ ਹੈ ਇਸ ਵੇਲੇ ਦਾ ਸਰਦਾਰ ਹਮੀਰ ਸਿੰਘ ਜੀ ਲੰਗੇ ਦਿਨ ਜਦੋਂ ਮੁੱਖ ਮੰਤਰੀ ਪੰਜਾਬ ਨੇ ਬਹੁਤ ਵੱਡੀ ਡਰਾਈ ਬਹੁਤ ਵੱਡੀ ਮੁਹਿੰਮ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤੀ ਸੀਗੀ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸੀ ਇਹ ਪ੍ਰੋਗਰਾਮ ਵੀ ਗਾਂਧੀ ਗਰਾਊਂਡ ਜਿੱਥੋਂ ਇਹ ਮੇਨ ਪ੍ਰੋਗਰਾਮ ਅੱਗੇ ਵਧਿਆ ਜਿੱਥੇ ਬੱਚਿਆਂ ਦਾ ਭਾਰੀ ਇਕੱਠ ਸੀਗਾ ਮੰਚ ਸੱਜਿਆ ਹੋਇਆ ਸੀ ਉਹ ਵੀ ਕੁਮਰਵਿਜੇ ਪ੍ਰਤਾਪ ਦੀ ਕੌਨਸਟਿਟੂਐਂਸੀ ਚ ਪੈਂਦਾ ਕੁਮਰਵਿਜੇ ਪ੍ਰਤਾਪ ਕੱਲ ਉੱਥੇ ਵੀ ਨਹੀਂ ਸੀ ਜਿਸ ਦਿਨ ਸਕੂਲ ਆਫ ਐਮਿਨੈਂਸ ਦਾ ਜ਼ਿਕਰ ਹੋਇਆ 13 ਸਤੰਬਰ ਵਾਲੇ ਦਿਨ ਉਸ ਦਿਨ ਵੀ ਕੁਮਰਬਜੇ ਪ੍ਰਤਾਪ ਰਣਜੀਤ ਐ ਵੀ ਨਹੀਂ ਉਹਨਾਂ ਦੇ ਹਲਕੇ 'ਚ ਪੈਂਦਾ ਉੱਥੇ ਵੀ ਨਹੀਂ ਸੀਗੇ ਉੱਥੇ ਵੀ ਬਹੁਤ ਭਾਰੀ ਤਦਾਦ ਸੀ ਲੋਕਾਂ ਦੀ ਨਾ ਉਹ ਮੰਚ ਤੇ ਸੀ ਨਾ ਮੰਚ ਦੇ ਥੱਲੇ ਹਾਲਾਂਕਿ ਕੁਝ ਲੋਕਾਂ ਨੇ ਉਹਨਾਂ ਨੂੰ ਦੇਖਿਆ ਜ਼ਰੂਰ ਸੀ ਉੱਥੇ ਹੁਣ ਜਦੋਂ ਕੱਲ ਉਹ ਜਦੋਂ ਪੁਲਿਸ ਅਫਸਰ ਹੁੰਦੇ ਆ ਨਸ਼ਿਆਂ ਦੇ ਖਿਲਾਫ ਵੀ ਰਹੇ ਨੇ ਇੱਥੇ ਉਹਨਾਂ ਦੇ ਖਿਲਾਫ ਧਰਨੇ ਵੀ ਲੱਗੇ ਨੇ ਉਦੋਂ ਅਨਲ ਜੋਸ਼ੀ ਨੇ ਇੱਕ ਤਰ੍ਹਾਂ ਨਾਲ ਉਹਨਾਂ ਦਾ ਉਹਨਾਂ ਦਾ ਰਾਹ ਰੋਕ ਲਿਆ ਸੀਗਾ ਬਾਅਦ 'ਚ ਉਹਨਾਂ ਦਾ ਤਬਾਦਲਾ ਹੋਇਆ ਸੀ ਇੱਥੋਂ ਐਸਐਸਪੀ ਵੱਜੋਂ ਇਹ ਦਰਦ ਪੁਰਾਣੇ ਵੀ ਨੇ ਇਹ ਦਰਦ ਨਵੇਂ ਵੀ ਨੇ ਜਿਹੜੀ ਗੱਲ ਉਹ ਕਹਿ ਰਹੇ ਨੇ ਕਿ ਮੈਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਤੇ ਮੈਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਪੂਰੇ ਪੰਜਾਬ ਦੇ ਸਾਹਮਣੇ ਇਹ ਸਾਡੀ ਪੋਲੀਟੀਕਲ 엘ੀਟ ਦੀ ਵਰਕਿੰਗ ਦਾ ਸਵਾਲ ਹੈ ਕਿੰਨੇ ਲੋਕ ਆਏ ਕਿੰਨੇ ਚਲੇ ਗਏ ਹਰ ਥਾਂ ਹਰ ਜਗ੍ਹਾ ਤੇ ਬਾਰਾਖਾਂ ਦੀ ਰਾਜਨੀਤੀ ਦੇ ਵਿੱਚ ਲੋਕ ਪਿੱਸੇ ਨੇ ਲੋਕਾਂ ਦੇ ਬੁਨਿਆਦੀ ਮੁੱਦੇ ਐਡਰੈਸ ਨਹੀਂ ਹੋਏ ਲੋਕ ਅਜੇ ਵੀ ਪਿਛਲੇ ਲਗਭਗ 2 ਦਹਾਕਿਆਂ ਤੋਂ ਉੱਥੇ ਹੀ ਖੜੇ ਨੇ ਔਰ ਉਹੀ ਦੁਹਾਈ ਤੇ ਉਹੀ ਸੱਤਾ ਦੇ ਵਿੱਚ ਆਏ ਤੇ ਸੱਤਾ ਤੋਂ ਬਾਹਰ ਇੱਕੋ ਹੀ ਈਬਾਰਤ ਹੁੰਦੀ ਇੱਕੋ ਹੀ ਭਾਸ਼ਣ ਹੁੰਦੇ ਨੇ ਸੱਤਾ ਵਾਲੇ ਡਿਫੈਂਡ ਕਰਨ ਲੱਗ ਜਾਂਦੇ ਆ ਵਿਰੋਧੀ ਆ ਕੇ ਆਫੈਂਸਿਵ ਹੋ ਜਾਂਦੇ ਬੁੱਧੇ ਉਹੀ ਰਹਿੰਦੇ ਆ ਅੱਜ ਕੁਮਰਬੇਜੇ ਪ੍ਰਤਾਪ ਨੇ ਜਿਹੜਾ ਸਵਾਲ ਉਠਾਇਆ ਇਹ ਲੋਕਾਂ ਦੀ ਰੂਹ ਨਾਲ ਜੁੜਿਆ ਦਿਲ ਨਾਲ ਜੁੜਿਆ ਜਿਹੜਾ ਵੀ ਬੰਦਾ ਗੁਰਦੁਆਰੇ ਮੱਥਾ ਟੇਕਣ ਜਾਂਦਾ ਜਿਹੜਾ ਵੀ ਗੁਰੂ ਅੱਗੇ ਨੱਕ ਰਗੜਦਾ ਜਿਹੜਾ ਵੀ ਆਪਣੇ ਬੱਚਿਆਂ ਦੀ ਸੁੱਖ ਮੰਗਦਾ ਆਪਣੇ ਲਈ ਹਰ ਖਾਹਿਸ਼ ਉੱਥੋਂ ਲੈਂਦਾ ਤਾਂ ਫਿਰ ਉਹ ਲੋਕ ਜਦੋਂ ਵਿਦਬੀ ਦਾ ਜਿਕਰ ਹੁੰਦਾ ਤੇ ਇਹਨਾਂ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਜਿਕਰ ਹੁੰਦਾ ਇਹਨੂੰ ਕਿਵੇਂ ਲਈਏ ਇੱਕ ਵਾਰੀ ਫਿਰ ਕੁਵਰਜੀ ਪ੍ਰਤਾਪ ਨੇ ਇਹਨੂੰ ਸੈਂਟਰ ਸਟੇਜ 'ਤੇ ਲਿਆਂਦਾ ਮੁੱਦਾ ਡਿਜ਼ੋਲਵ ਹੋ ਰਿਹਾ ਸੀ ਪਿੱਛੇ ਜਾ ਰਿਹਾ ਸੀਗਾ ਔਰ ਇਸ ਵੇਲੇ ਜੇਕਰ ਇਹਨੂੰ ਦੇਖੀਏ ਤਾਂ ਭਗਵੰਤ ਮਾਨ ਕੱਲੇ ਕਟਾਰੇ 'ਚ ਨੇ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ 75 25 ਦੇ ਨਜ਼ਰੀਏ ਤੋਂ ਕਟਾਰੇ 'ਚ ਸੀਗੇ ਔਰ ਅਕਾਲੀ ਰਜੇਮ ਵਲੇ ਉਹਨਾਂ ਨੇ ਉਸ ਮੌਕੇ ਸਹੀ ਕਾਰਵਾਈ ਨਾ ਕਰਕੇ ਉਹ ਕਟਾਰੇ 'ਚ ਸੀਗੇ ਭਗਵੰਤ ਮਾਨ ਇਸ ਫੈਰਿਸਤ ਵਿੱਚ ਨਵੇਂ ਸਿਰਿਓਂ ਸ਼ਾਮਲ ਹੋ ਗਏ ਕੀ ਕਹਿੰਦੇ ਨਹੀਂ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਦਾ ਪਹਿਲਾ ਕਹਿਣਾ ਨਹੀਂ ਹੈ ਉਹ ਕੰਟੀਨਿਊ ਪ੍ਰੋਸੈਸ ਹੈ ਇੱਕ ਲਗਾਤਾਰ ਉਹ ਆਪਣੀ ਗੱਲ ਤੇ ਕਹਿਣ ਦੀ ਗੱਲ ਹੈ ਚਾਹੇ ਵਿਧਾਨ ਸਭਾ ਦੇ ਵਿੱਚ ਉਹਨੇ ਕਿਹਾ ਕਿ ਤੇ ਡਿਬੇਟ ਕਰਾਓ ਅੱਧਾ ਘੰਟਾ ਅੱਧਾ ਘੰਟਾ ਨਹੀਂ ਕਰਨੀ ਮੈਨੂੰ 10 ਮਿੰਟ ਦੇ ਦਿਓ ਵਿਧਾਨ ਸਭਾ ਦੇ ਸੈਸ਼ਨ ਚ ਟਾਈਮ ਨਹੀਂ ਮਿਲੇਆ ਬੀਿੰਗ ਮਤਲਬ ਐਜ਼ ਅ ਲੈਜਿਸਲੇਟਰ ਉਹ ਕਹਿ ਰਿਹਾ ਸੀ ਮੈਂ ਵਿਧਾਨ ਸਭਾ ਦਾ ਮੈਂਬਰ ਆ ਮੈਨੂੰ 10 ਮਿੰਟ ਦੇ ਦਿਓ ਨਹੀਂ ਤਾਂ ਤੇ ਘੰਟੇ ਦੀ ਉਕਰਾਨੋ ਚ ਇਹ ਤੇ ਡਿਬੇਟ ਕਰਾ ਲਓ ਐਦੋਂ ਬਾਅਦ ਫਿਰ ਜਦੋਂ ਲਗਾਤਾਰ ਸਪੀਕਰ ਵਿਧਾਨ ਸਭਾ ਉਹ ਹਲਕਾ ਹੋਣ ਕਰਕੇ ਬਹਿਬਲ ਖਣਾ ਜਾਂਦੇ ਰਹੇ ਦਰਨਾ ਲਗਾਤਾਰ ਚੱਲਦਾ ਸੀ ਉਸੇ ਸਟੇਜ ਤੋਂ ਸਪੀਕਰ ਯਕੀਨ ਦਵਾ ਰਹੇ ਸੀ ਕਿ ਅਗਲੇ ਇੰਨਾ ਸਮੇਂ ਦੇ ਵਿੱਚ ਜੇ ਨਾ ਹੋਇਆ ਮੈਂ ਦੂਜੇ ਪਾਸੇ ਬੈਠੂੰ ਉਸੇ ਸਟੇਜ ਦੇ ਉੱਤੇ ਘੰਟਾ ਲੰਮੀ ਸਪੀਚ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਮੈਂ ਆ ਤੁਹਾਡੇ ਸਾਹਮਣੇ ਤੱਥ ਜਨਤਕ ਕਰ ਰਿਹਾ ਜੋ ਮੇਰੇ ਕੋਲ ਸੀ ਮੈਨੂੰ ਕੋਈ ਉਮੀਦ ਨਹੀਂ ਆ ਮੈਂ ਕਹਿ ਕੇ ਚੱਲਿਆਂ ਕਿ ਜਿਹੜਾ ਸਿਸਟਮ ਚੱਲ ਰਿਹਾ ਕਿ ਇਨਸਾਫ ਦੀ ਮੈਨੂੰ ਘਟੋ ਘਟ ਕੋਈ ਉਮੀਦ ਨਹੀਂ ਆ ਬਾਕੀ ਕਿਸੇ ਨੂੰ ਹੋਵੇ ਨਾ ਹੋਵੇ ਇਹ ਬੈਬਰ ਕਲਾਂ ਦੀ ਸਟੇਜ ਤੇ ਲਗਭਗ 2 ਸਾਲ ਹੋਣ ਡੇਢ ਸਾਲ ਹੋਣ ਵਾਲਾ ਸਾਲ ਪੱਕਾ ਹੀ ਹੋ ਗਿਆ ਕਿਉਂਕਿ ਉਹ ਜਦੋਂ ਉਸ ਉਹ ਦਿਨ ਲੰਘ ਗਿਆ ਸਾਲ ਤੋਂ ਟੱਪ ਗਿਆ ਟਾਈਮ ਤੇ ਉਦੋਂ ਦੀ ਸਪੀਚ ਹੈ ਕੁਮਰ ਵਿਜੇ ਪ੍ਰਤਾਪ ਦੀ ਲਗਾਤਾਰ ਜਿਹੜਾ ਬੈਬਰ ਕਲਾਂ ਜੇ ਉਹ ਉੱਥੇ ਦੀ ਗੱਲ ਸੀ ਇਹ ਠੀਕ ਹੈ ਉਹਨੂੰ ਉਹਨਾਂ ਸੀਰੀਅਸਲੀ ਨਾ ਲੋਕਾਂ ਨੇ ਲਿਆ ਨਾ ਆਈ ਗਈ ਗੱਲ ਹੋ ਗਈ ਨਾ ਸਰਕਾਰ ਨੇ ਲਿਆ ਨਾ ਬਾਕੀ ਕਿਸੇ ਨੇ ਕੁਛ ਕੀਤਾ ਔਰ ਉਸੇ ਚ ਲਗਾਤਾਰ ਜਦੋਂ ਬਾਰ-ਬਾਰ ਕਹਿੰਦਾ ਆਪਣੀਆਂ ਇੰਟਰਵਿਊਆਂ ਚ ਕਿ ਮੈਂ ਚੀਮ ਮਿਨਿਸਟਰ ਤੋਂ ਟਾਈਮ ਮੰਗਦਾ ਚੀਮ ਮਿਨਿਸਟਰ ਦੇ ਕੋਲ ਟਾਈਮ ਨਹੀਂ ਹੈ ਫਿਰ ਮੈਂ ਉਹਦੇ ਕੋਲ ਫਾਈਲ ਲੈ ਕੇ ਜਾਂਦਾ ਉਹਦੀ ਗੱਲ ਨਹੀਂ ਇਨਕੁਆਇਰੀ ਨਹੀਂ ਆ ਫਿਰ ਰਗਵ ਚੰਡੇ ਕੋਲ ਜਾਂਦਾ ਫਿਰ ਫਲਾਣੇ ਕੋਲ ਜਾਂਦਾ ਫਲਾਣੇ ਕੋਲ ਜਾਂਦਾ ਸਾਰੀਆਂ ਚੀਜ਼ਾਂ ਕੀਤੀਆਂ ਇਹ ਮਤਲਬ ਇਹਦੇ ਤੋਂ ਇੱਕ ਨਜ਼ਰ ਆਉਂਦਾ ਕਿ ਉਹ ਕੰਸਿਸਟੈਂਟ ਤਾਂ ਹੈ ਆਪਣੀ ਗੱਲ ਤੇ ਜਿਹੜਾ ਮੁੱਦਾ ਉਹਨੇ ਫੜਿਆ ਹੋਇਆ ਉਹ ਮੁੱਦੇ ਤੋਂ ਕਦੇ ਇਧਰ ਉਧਰ ਨਹੀਂ ਗਿਆ ਉਹ ਉਸ ਮੁੱਦੇ ਨੂੰ ਉਠਾ ਰਿਹਾ ਹੈ ਕੰਟੀਨਿਊਸਲੀ ਲਗਾਤਾਰ ਉਠਾ ਰਿਹਾ ਹੈ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜਦੋਂ ਜਿਹੜੀ ਅੱਜ ਚੀਫ ਮਨਿਸਟਰ ਖਾਸ ਤੌਰ ਤੇ ਉਹਨੂੰ ਤਾਂ ਲੈਂਡ ਸਪੈਸ਼ਲ ਤੌਰ ਤੇ ਅਰਵਿੰਦ ਕੇਜਰੀਵਾਲ ਆਏ ਸੀ ਇਕੱਲੇ ਨੂੰ ਕਰਾਉਣ ਲਈ ਔਰ ਬੜਾ ਵੱਡਾ ਰਿਗਾਰਡ ਨਾਲ ਬੋਲੇ ਸੀ ਜਿਵੇਂ ਆਪ ਵਲੰਟੀਅਰ ਨਾਲ ਕੇਜਰੀਵਾਲ ਕਰਦੇ ਨੇ ਉਹਵੇਂ ਨਹੀਂ ਸੀ ਐ ਲੱਗਦਾ ਸੀ ਵੀ ਕੇਜਰੀਵਾਲ ਦੇ ਕੰਦ ਦਾ ਵੱਡਾ ਆਦਮੀ ਸ਼ਾਇਦ ਉਹਨਾਂ ਨੂੰ ਇੱਕ ਪੰਜਾਬ ਚ ਫੀਲ ਕਰਾ ਰਹੇ ਨੇ ਕਿ ਉਹਨੂੰ ਘੁਮਾਵਾਂਗੇ ਤੇ ਉਸ ਲੈਵਲ ਦੀ ਗੱਲ ਹੋਏਗੀ ਤੇ ਜਦੋਂ ਉਹ ਅਸਤੀਫਾ ਦੰਦੇ ਨੇ ਤੇ ਭਗਵੰਤ ਮਾਨ ਉਹਨਾਂ ਦੀ ਉਹ ਹਰਚੰਦਬਰ ਸਟ ਨਾਲ ਬੈਠੇ ਨੇ ਤੇ ਬਾਕੀ ਨੇ ਇੱਕ ਵੀਡੀਓ ਜਾਰੀ ਹੋਈ ਆ ਉਦੋਂ ਦੀ ਉਦੋਂ ਕੀ ਕਹਿ ਰਹੇ ਨੇ ਪਹਿਲੀ ਗੱਲ ਅਮਰਿੰਦਰ ਸਿੰਘ ਕੁਮਰ ਵਿਜੇਕਰਤਾਪ ਦੀ ਹਾਈ ਕੋਰਟ ਦੇ ਉੱਤੋਂ ਜੇ ਹਾਈ ਕੋਰਟ ਤੋਂ ਜੇ ਰੱਦ ਹੋ ਗਈ ਸੀ ਇਨਵੈਸਟੀਗੇਸ਼ਨ ਰਿਪੋਰਟ ਤਾਂ ਸੁਪਰੀਮ ਕੋਰਟ ਕਿਉਂ ਨਹੀਂ ਗਏ ਇਹ ਭਗਵੰਤ ਮਾਨ ਉਹ ਨਹੀਂ ਕਹਿ ਰਹੇ ਨੇ ਹੋਮ ਮਿਸਟਰੀ ਕਾਟਰ ਅਮਰਿੰਦਰ ਸਿੰਘ ਨੇ ਇਹ ਕਹਿ ਰਹੇ ਨੇ ਕਿ ਉਹ ਜਾਣ ਬੁੱਝ ਕੇ ਉਹਨਾਂ ਨੇ ਅਕਾਲੀ ਦਲ ਨੂੰ ਬਚਾਉਣ ਦੇ ਵਾਸਤੇ ਉਹਨਾਂ ਦੇ ਕੇਸ ਵਾਪਸ ਲਏ ਤੇ ਫਿਰ ਅਕਾਲੀ ਦਲ ਜਦੋਂ ਸਰਕਾਰ ਸੀ ਉਦੋਂ ਕੈਪਟਨ ਅਵਰਿੰਦਰ ਸਿੰਘ ਦੇ ਕੇਸ ਵਾਪਸ ਲਏ ਇਹ ਮਿਲੀ ਭੁਗਤ ਹੈ ਇਹ ਮਿਲੀ ਭੁਗਤ ਦੇ ਕਰਕੇ ਨਹੀਂ ਗਏ ਬਾਕੀ ਦੀ ਅਦਾਲਤ ਦੇ ਵਿੱਚ ਅੱਗੇ ਨਹੀਂ ਜਾ ਪਾਏ ਇਹ ਇਲਜ਼ਾਮ ਭਗਵਤ ਮਾਰ ਕਹਿੰਦੇ ਸੁਣ ਰਹੇ ਨੇ ਸਾਰਾ ਕੁਝ ਔਰ ਸੁਖਬੀਰ ਬਾਦਲ ਤੇ ਵੀ ਇਲਜ਼ਾਮ ਕੀ ਹੈ ਸੁਖਬੀਰ ਬਾਦਲ ਤੇ ਵੀ ਇਹੀ ਇਲਜ਼ਾਮ ਹੈ ਕਿ ਉਸ ਸਮੇਂ ਜਦੋਂ ਵਹਿਬਲ ਵਾਪਰ ਰਿਹਾ ਸੀ ਤੁਸੀਂ ਹੋਮ ਮਿਨਿਸਟਰ ਸੀ ਅਜੇ ਹੋਮ ਮਿਨਿਸਟਰ ਤੁਹਾਡੀ اخلاقی ਜ਼ਿੰਮੇਵਾਰੀ ਵੀ ਬਣਦੀ ਹੈ ਤੇ ਟੈਕਨੀਕਲੀ ਵੀ ਜ਼ਿੰਮੇਵਾਰੀ ਵੜਦੀ ਹੁੰਦੀ ਹੈ ਜੇ ਮਿਨਿਸਟਰ ਦੀ ਵੀ ਅਜਾ ਕੁਝ ਨਾ ਵਾਪਰੇ ਜਾਂ ਜੇ ਵਾਪਰ ਗਿਆ ਤਾਂ ਉਹ ਸਿਰ ਦਤਾਂ ਦੇ ਨਾਲ ਸਾਹਮਣੇ ਰੱਖਾ ਦੇ ਰੱਖਿਆ ਜਾਏ ਕੋਈ ਨਾ ਕੋਈ ਗੱਲ ਇਹੀ ਅਲੀਗੇਸ਼ਨ ਹੈ ਨਾ ਹੁੰਤੇ ਤਾਂ ਅੱਜ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਕੌਣ ਜੀ ਤੇ ਇਹੀ ਉਠਾਇਆ ਉਹਨੇ ਸਵਾਲ ਕਿ ਤੁਸੀਂ ਹੁਣੇ ਮਾਮਲਾ ਇੰਤੋਂ ਪਹਿਲੇ ਮਾਮਲੇ ਡਾਇਰੈਕਟਰ ਚੀਫ ਮਿਨਿਸਟਰ ਤੇ ਸਿੱਧਾ ਅਟੈਕ ਨਹੀਂ ਸੀ ਸਾਰੀ ਸਰਕਾਰ ਤੇ ਤੇ ਪਾਰਟੀ ਤੇ ਸੀ ਅੱਜ ਸਿੱਧਾ ਅਟੈਕ ਚੀਫ ਮਿਨਿਸਟਰ ਤੇ ਤੇ ਵੀ ਹੋਮ ਮਿਨਿਸਟਰ ਹੋ ਗਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿਸੇ ਸਪੋਕਸਪਰਸਨ ਕਿਸੇ ਦੂਜੇ ਤੀਜੇ ਬੰਦੇ ਦੇ ਪ੍ਰਤੀਕਿਰਿਆ ਨਾਲ ਕੰਮ ਨਹੀਂ ਚੱਲੂਗਾ ਬਤੌਰ ਚੀਫ ਮਿਨਿਸਟਰ ਤੇ ਬਤੌਰ ਹੋਮ ਮਿਨਿਸਟਰ ਭਗਵਾਨਤ ਮਾਨ ਨੂੰ ਇੱਥੇ ਕੁਝ ਜਵਾਬ ਦੇਣਾ ਪਏਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਉਂਕਿ ਉਹ ਅਲੀਗੇਸ਼ਨ ਤੁਹਾਡਾ ਐਮਐਲਏ ਹੈ ਤੁਸੀਂ ਉਹਨੂੰ ਵੜਾਇਆ ਉਦੋਂ ਐ ਪੂਰਾ ਲੋਕਾਂ ਸਾਹਮਣੇ ਤੁਹਾਡੀ ਪ੍ਰੈਸ ਕਾਨਫਰੰਸ ਇਹ ਕਹਿ ਰਹੀ ਹੈ ਕਿ ਉਹ ਪੁਲਿਸ ਅਫਸਰ ਇਮਾਨਦਾਰ ਪੁਲਿਸ ਅਫਸਰ ਜਿਹਨੂੰ ਹਾਈ ਕੋਰਟ ਬੁਲਾ ਬੁਲਾ ਕੇ ਇਨਵੈਸਟੀਗੇਸ਼ਨ ਦੀ ਜਾਂਚ ਦਿੰਦੀ ਰਹੀ ਹੈ ਉਹਦੀ ਗੱਲ ਤੁਸੀਂ ਨਹੀਂ ਸੁਣ ਰਹੇ ਤਾਂ ਅੱਜ ਉਹੀ ਪੁਲਿਸ ਅਫਸਰ ਹੈ ਉਸ ਤੁਹਾਡੇ ਬਾਰੇ ਕਹਿ ਰਿਹਾ ਤਾਂ ਤੁਹਾਡਾ ਕਹਿਣਾ ਕੀ ਹੋਏਗਾ ਇਹ ਬਹੁਤ بڑا ਇੱਕ ਕੁਐਸਚਨ ਮਾਰਕ ਲੱਗਿਆ ਹੋਇਆ ਐ ਸਾਰੇ ਮਾਮਲੇ ਦੇ ਵਿੱਚ ਬਾਕੀ ਅਗਲੀ ਗੱਲ ਇਹ ਹੁੰਦੀ ਆ ਕਿ ਜਿਹੜੇ ਇਹੋ ਜਿਹੇ ਇਸ਼ੂ ਨੇ ਇਹਦੇ ਦੋ ਵੱਖ-ਵੱਖ ਇਸ਼ੂ ਨੇ ਇਹਨੂੰ ਵਾਰਿਆ ਹੀ ਨਹੀਂ ਉਸੇ ਢੰਗ ਨਾਲ ਇੱਕ ਕ੍ਰਿਮੀਨਲ ਐਂਗਲ ਹੈ ਮਤਲਬ ਹੁਣ ਉਹ ਕਿਹਾ ਜਾ ਰਿਹਾ ਹੈ ਉਮਰ ਵਿਜੇ ਪ੍ਰਤਾਪ ਦੇ ਖਿਲਾਫ ਵੀ ਪਟੀਸ਼ਨਾਂ ਪੈ ਰਹੀਆਂ ਨੇ ਉਮਰ ਵਿਜੇ ਪ੍ਰਤਾਪ ਦਾ ਸ਼ਾਇਦ ਮੰਨਣਾ ਇਹ ਹੈ ਕਿ ਇਹ ਸਰਕਾਰ ਦਾ ਹੀ ਪਿੱਛੇ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਹੈ ਜਿਹੜੀ ਲੋਕਾਂ ਤੋਂ ਉਸ ਲੈਵਲ ਤੇ ਪਵਾਉਣਾ ਜਾਂ ਕੋਈ ਗੰਦ ਕਰਨੀ ਉਸ ਪਦਰ ਤੇ ਉਹ ਇੱਕ ਜਾਂਚ ਦਾ ਇਸ਼ੂ ਹੈ ਕਿ ਇਹ ਕਰਾ ਰਹੇ ਨੇ ਆਪ ਕਰ ਰਹੇ ਨੇ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਹ ਨਹੀਂ ਪਤਾ ਔਰ ਇਹ ਵੀ ਨਹੀਂ ਗੱਲ ਕਿ ਉਹਦੀ ਮਤਲਬ ਜੇ ਉਹ ਕਹਿ ਰਿਹਾ ਮੈਂ ਪ੍ਰਾਈਵੇਟ ਵਕੀਲਾਂ ਨਾਲ ਆਪਣੀ ਗੱਲ ਨੂੰ ਡਿਫੈਂਡ ਕਰ ਰਿਹਾ ਆਪ ਦਾ ਇਹਦਾ ਮਤਲਬ ਸਹਿਰਦਤਾ ਦਾ 1.5 ਸਾਲ ਪਹਿਲਾਂ ਤੋਂ ਕੋਈ ਪ੍ਰੋਬਲਮ ਸੀਗੀ ਜੇ ਸਰਕਾਰ ਨੇ ਉਹਦੇ ਮੁਤਾਬਕ ਕੋਈ ਵਕੀਲ ਨਹੀਂ ਚੁਣੇ ਇਨਸਾਫ਼ ਦੇ ਬਾਅਦ ਸੇ ਉਹਦੇ ਮੁਤਾਬਕ ਰਾਏ ਕਰਕੇ ਜਿਹੜਾ ਬੰਦਾ ਇੱਕ ਤੁਹਾਡੇ ਲਈ ਉਹ ਕਰ ਰਿਹਾ ਸੀ ਉਹਨੂੰ ਕਹਿੰਦੇ ਚਲੋ ਨਿੱਜੀਤਾ ਨਹੀਂ ਹੈ ਤੁਹਾਡਾ ਮਾਮਲਾ ਤਾਂ ਨਿੱਜੀ ਕਰਨ ਦੀ ਲੋੜ ਆ ਆ ਮਾਮਲਾ ਆਪਾਂ ਲੜਾਂਗੇ ਕੇਸ ਜੀ ਇਹਦਾ ਮਤਲਬ ਉਦੋਂ ਤੋਂ ਹੀ ਕੋਈ ਪ੍ਰੋਬਲਮ ਚੱਲ ਰਹੀ ਹੈ ਚਲਦੀ ਚਲਦੀ ਹੁਣ ਇੱਥੇ ਪਹੁੰਚ ਗਈ ਹੈ ਕਿ ਗੱਲ ਸੁਣ ਨਹੀਂ ਰਿਹਾ ਕੋਈ ਇਹ ਇਸ ਲਈ ਮਾਮਲੇ ਦੇ ਬਹੁਤ ਪਹਿਲੂ ਨੇ ਜਿਹੜੇ ਸਾਰੇ ਪਹਿਲੂ ਹੱਥੋਂ ਲੈ ਕੇ ਜਿਹੜੀ ਪੋਲਿਟਿਕਲ ਤੇ ਰਹਿ ਸਾਡੀ ਉਹਦੇ ਚ ਇਹ ਜ਼ਰੂਰ ਹੈ ਕਿ ਉਹਦੇ ਕੋਲ ਨਾ ਇੰਨੀ ਹਿੰਮਤ ਆ ਨਾ ਇੰਨੀ ਅਪਰੋਚ ਆ ਮੇਰੇ ਖਿਆਲ ਨਾਲ ਨਾ ਉਸ ਪਾਸੇ ਵੱਲ ਜਾਂਦਾ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਂਦਾ ਹੈ ਗਵਾ ਵੀ ਮੁਕਰਦੇ ਜਾਂਦੇ ਨੇ ਪਿੱਛੇ हटਦੇ ਜਾਂਦੇ ਨੇ ਤੱਥ ਵੀ ਸਬੂਤ ਵੀ ਮੇਰੇ ਖਿਆਲ ਨਾਲ ਇੱਧਰ ਉੱਧਰ ਹੁੰਦੇ ਜਾਂਦੇ ਨੇ ਬੜੇ ਬਾਅਦ ਅਸੀਂ ਕਦੇ ਚੁੜਾਸੇ ਚੱਕਦੇ ਆ ਕਦੇ ਕਿਸੇ ਨੂੰ ਚੱਕਦੇ ਆ ਕਦੇ ਗੋਦਰਾ ਨੂੰ ਇਹ ਵੀ ਉਵੇਂ ਹੀ ਹੌਲੀ ਹੌਲੀ ਕਰਦੇ ਕਰਦੇ ਉੱਥੇ ਚਲਾ ਜਾਣਾ ਮਾਮਲਾ ਇਸ ਲਈ ਲੱਗਦਾ ਨਹੀਂ ਹੈ ਕਿ ਇੱਕ ਗੱਲ ਅਸੀਂ ਦੁਬਾਰਾ ਇਸ ਪ੍ਰੋਗਰਾਮ ਚ ਵੀ ਵਾਰ-ਵਾਰ ਕਈ ਵਾਰ ਕਿਹਾ ਹੈ ਕਿ ਜੇ ਸੱਚੀ ਉਹ ਸਰਕਾਰ ਔਰਨੇਸਟ ਹੈ ਤਾਂ ਚੀਫ ਜਸਟਿਸ ਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੂੰ ਇੱਕ ਚਿੱਠੀ ਤਾਂ ਲਿਖ ਦੇ ਕਿ ਇਹਨੂੰ ਡੇ ਟੂ ਡੇ ਬੇਸਿਸ ਤੇ ਪ੍ਰਾਇੋਰਟੀ ਤੇ ਸਰਧਾਇਆ ਜਾਏ ਜੀ ਤਾਂ ਕਿ ਫਟਾਫਟ ਉਹ ਕੋਈ ਚੀਜ਼ਾਂ ਕਿਸੇ ਪਾਸੇ ਤਾਂ ਲੱਗੇ ਅਸਲ ਚ ਇਹਨੂੰ ਲਿੰਗਰ ਰੋਲ ਕਰਨ ਦਾ ਮਤਲਬ ਇਹ ਹੈ ਕਿ ਜੇ ਨੌ ਦੇ ਹਾਲ ਦੀ bari SIT ਦੀ ਅਜੇ ਤੱਕ ਰਿਪੋਰਟ ਨਹੀਂ ਆ ਰਹੀ ਤੇ ਅਜੇ ਤੱਕ ਉਹਦੇ ਚ ਜਾਦੇ ਦਾ ਅਸੀਂ ਕਿੰਨਾ ਸਮਾਂ ਲਾਉਣਾ ਹੈ ਕਿਸੇ ਮਾਮਲੇ ਦੇ ਉੱਤੇ ਜੇ ਬਾਕੀ ਦਾ ਜਨਾਇਆ ਤਾਂ ਤੁਹਾਡੇ ਕੋਲ ਸਬੂਤ ਨੇ ਉਹ ਸਮੇਂ ਨੂੰ ਤਾਂ ਕਲੈਮ ਕਰ ਸਕਦੇ ਹੋ ਉਹਨੂੰ ਬੜੇ ਬਾਰ ਬੜੇ ਕੇਸਾਂ ਦੇ ਵਿੱਚ ਸਰਕਾਰਾਂ ਇਹ ਕਰਾਉਂਦੀਆਂ ਰਹੀਆਂ ਨੇ ਕੇਸ ਦਾ ਇੱਕ ਪਾਸਾ ਹੋਵੇ ਘੱਟੋ-ਘੱਟ ਜੋ ਵੀ ਹੋਏਗਾ ਦੇਖੀ ਜਊ ਫਿਰ ਤੁਸੀਂ ਕਹਿ ਸਕਦੇ ਹੋ ਵੀ ਅਦਾਲਤ ਨੇ ਕੀਤਾ ਅਸੀਂ ਨਹੀਂ ਇਹ ਤਾਂ ਪੋਲਿਟੀਕਲ ਮਕਸਦ ਹੁੰਦਾ ਕਿ ਤੁਸੀਂ ਇਹਦਾ ਮਤਲਬ ਇਹਨੂੰ ਨਹੀਂ ਸ਼ਾਰ ਲਗਾਤਾਰ ਉਹਦੀ ਸਪੀਡ ਅਪ ਨਹੀਂ ਕਰਨਾ ਚਾਹੁੰਦੇ ਸਾਰੇ ਫੈਸਲੇ ਨੂੰ ਜੀ ਜੀ ਪਰ ਇਹਦੇ ਤੇ ਇੱਕ ਓਵਰਾਲ ਕਲਾਸ ਜਿਹੜੀ ਪੋਲੀਟੀਕਲ ਐਲੀਟ ਹੈ ਉਹਦੀ ਇੱਕ ਮੈਕਸਸ ਨਜ਼ਰ ਆਉਂਦਾ ਉਸ ਮਾਮਲੇ ਦੇ ਵਿੱਚ ਮੈਂ ਤੁਹਾਡੇ ਕੋਲ ਪੜਤਦਾ ਤੁਸੀਂ ਉਹ ਜ਼ਿਕਰ ਕੀਤਾ ਜਿਹੜਾ ਨੌਨੇ ਹਾਲ ਸਿੰਘ ਵਾਲੀ ਐਸ ਆਈਟੀ ਦਾ ਤੁਸੀਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੌਣ ਪਿੱਛੇ ਕੌਣ ਹੈ ਮਤਲਬ ਕੌਣ ਇਸ ਤਰ੍ਹਾਂ ਕਰਵਾ ਰਿਹਾ ਪਟੀਸ਼ਨਾਂ ਕੌਣ ਪਾ ਰਿਹਾ ਮੈਂ ਸਰਦਾਰ ਜਗਤਾਰ ਸਿੰਘ ਜੀ ਕਿਉਂਕਿ ਮੈਂ ਚਾਹੁੰਦਾ ਕਿ ਆਪਾਂ ਇਸ ਮਾਮਲੇ ਨੂੰ ਗ੍ਰਿਲ ਕਰੀਏ ਇਹਦੇ ਵਿੱਚ ਮੈਨੂੰ ਲੱਗਦਾ ਕਿ ਘੰਟਿਆਂ ਬੱਧੀ ਨਹੀਂ 2-4 ਦਿਨ ਦੀ ਸਾਰੀ ਪ੍ਰਕਿਰਿਆ ਇੱਕ-ਇੱਕ ਲਫ਼ਜ਼ ਪਰੋਇਆ ਹੋਇਆ ਕੁਮਰ ਵਿਜੇ ਪ੍ਰਤਾਪ ਦੇ ਅੰਦਰ ਦੀ ਪੀੜ ਮੈਨੂੰ ਲੱਗਦਾ ਉਹ ਤਕਲੀਫ਼ ਇੰਨੀ ਕਿ ਜ਼ਿਆਦਾ ਉੱਪਰ ਕੇ ਸਾਹਮਣੇ ਆਈ ਆ ਉਹ ਜਦੋਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਉੱਥੋਂ ਤੱਕ ਤਾਂ ਸਰਦਾਰ ਹਰਮੀਰ ਸਿੰਘ ਜੀ ਘਰ ਚਲੇ ਗਏ ਹੁਣ ਇਹਦੇ ਅੱਗੇ ਉਹ ਕਹਿ ਰਹੇ ਨੇ ਕਿ ਗਵਾਹਾਂ ਨੂੰ ਐਸਆਈਟੀ ਮੁਕਰਾਰੀ ਆ ਗਵਾਹਾਂ ਨੂੰ ਐਸਆਈਟੀ ਮੁਕਰਾਰੀ ਆ ਉਨ੍ਹਾਂ ਦਾ ਦੁਬਾਰਾ ਬਿਆਨ ਦਰਜ ਕਰਵਾਇਆ ਜਾ ਰਿਹਾ ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਇਹ ਸਵਾਲ ਬਹੁਤ ਵੱਡਾ ਹੈ ਐਸਆਈਟੀ ਨੌਨੇਹਾਲ ਸਿੰਘ ਬਤੌਰ ਕਮਿਸ਼ਨਰ ਅੰਮ੍ਰਿਤਸਰ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਮੁੱਢਲੇ ਤੌਰ ਤੇ ਇਹ ਪ੍ਰੋਗਰਾਮ ਹੋਪ ਆਰਗੇਨਾਈਜੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਸੀ ਕਮਿਸ਼ਨਰ ਸਾਹਿਬ ਦੀ ਦਿਲਚਸਪੀ ਸੀ ਬਾਅਦ ਵਿੱਚ ਇਹਨੂੰ ਸਟੇਟ ਲੈਵਲ ਦਾ ਪ੍ਰੋਗਰਾਮ ਬਣਾਇਆ ਗਿਆ ਬੜਾ ਚੰਗਾ ਨਸ਼ੇ ਦੇ ਖਿਲਾਫ ਕਰ ਰਹੇ ਬੁਨਿਆਦੀ ਤੌਰ ਤੇ ਉਹਨਾਂ ਕੋਲ ਕਮਿਸ਼ਨਰ ਹੋਣ ਦੇ ਨਾਲ ਨਾਲ ਸੀਪੀ ਅੰਮ੍ਰਿਤਸਰ ਹੋਣ ਦੇ ਨਾਲ ਨਾਲ ਐਸਆਈਟੀ ਦਾ ਕਾਰਜ ਪਾਰ ਹੈ ਔਰ ਐਸਆਈਟੀ ਇਹ ਉਹ ਨੇ ਜਿਨ੍ਹਾਂ ਨੂੰ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਖਾਰਜ ਬਾਅਦ ਜਿਨ੍ਹਾਂ ਪਰ ਇਹ ਕਿਹਾ ਗਿਆ ਸੀ ਕਿ ਇਹ ਇਨਾਂ ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਊਗੀ ਤੇ ਇਹ 6 ਮਹੀਨੇ ਦੇ ਵਿੱਚ ਜਿਹੜਾ ਰਿਪੋਰਟਾਂ ਦੇਣਗੀਆਂ ਔਰ ਉਹ ਬਹੁਤ ਡਿਲੇ ਹੋ ਗਿਆ ਹੁਣ ਜੇਕਰ ਐਸਆਈਟੀ ਦੇ ਸਾਹਮਣੇ ਦੁਬਾਰਾ ਉਹ ਲੋਕ ਪੇਸ਼ ਹੋਏ ਜਿਹੜੇ ਗਵਾਹ ਦੇ ਰੂਪ ਚ ਪੇਸ਼ ਕੀਤੇ ਸੀਗੇ ਕਾਂਫਰੰਸ ਵਿਜੇ ਪ੍ਰਤਾਪ ਦੀ ਜਾਂਚ ਵਿੱਚ ਉਹ ਐਸਆਈਟੀ ਨੇ ਕਹਿਆ ਉਹਨਾਂ ਨੂੰ ਕੁਮਰ ਵਿਜੇ ਪ੍ਰਤਾਪ ਕੋਲ ਕੀ ਉਹ ਸਾਰੇ ਪੁਖਤਾ ਸਬੂਤ ਨੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਐਸਆਈਟੀ ਮੁਕਰਾਰੀ ਮਤਲਬ ਇਹ ਬੜਾ ਵੱਡਾ ਸਵਾਲ ਆ ਕਿ ਕੁਮਰ ਵਿਜੇ ਪ੍ਰਤਾਪ ਕਿਸ ਆਧਾਰ ਤੇ ਕਹਿ ਰਹੇ ਨੇ ਕਿ ਐਸਆਈਟੀ ਗਵਾਹਾਂ ਨੂੰ ਮੁਕਰਾਰੀ ਹੈ ਕੋਈ ਪੁਲਿਸ ਅਫਸਰ ਰਿਆ ਹੋਵੇ ਇਸ ਤਰ੍ਹਾਂ ਦੀ ਨੇਚਰ ਵਾਲਾ ਹੋਵੇ ਉਹ ਇਦਾਂ ਹਵਾ ਚ ਤੀਰ ਨਹੀਂ ਚਲਾਉਂਦਾ ਸਰਦਾਰ ਜਗਤਾਰ ਸਿੰਘ ਦੀ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਕਿ ਆਖਰ ਜਿਨ੍ਹਾਂ ਦੇ ਖਿਲਾਫ ਕੇਸ ਆ ਪੁਲਿਸ ਵਾਲੇ ਨੇ ਜਿਹੜੇ ਜਾਂਚ ਕਰ ਰਹੇ ਨੇ ਉਹ ਪੁਲਿਸ ਵਾਲੇ ਨੇ ਸਟੇਚਰ ਸੇਮ ਨੇ ਕੌਣ ਕਰਵਾ ਰਿਆ ਇਸ ਤੋਂ ਵੱਡਾ ਇੱਕ ਸੈਂਟੈਂਸ ਹੋਰ ਹੈ ਇਸ ਤੋਂ ਬਾਅਦ ਜੀ ਮੈਂ ਤੁਹਾਡੀ ਗਲਤੀ ਹੋਣਾ ਬਾਅਦ ਦੇ ਵਿੱਚ ਉਹਨਾਂ ਲਈ ਪੰਜਾਬ ਨਾਲ ਇੱਕ ਮਾਰ ਫਿਰ ਧੋਖਾ ਹੋ ਗਿਆ ਇਹ ਇਸ ਤੋਂ ਵੱਡੇ ਅਨਡਾਇਟਪੈਕ ਇਸ ਸਰਕਾਰ ਦੀ ਹੋਰ ਕੋਈ ਨਹੀਂ ਹੋ ਸਕਦੇ ਉਹਨਾਂ ਨੇ ਸਰਕਾਰ ਦਾ ਜੱਜਮੈਂਟ ਪਾਸ ਕਰਤੀ ਕਿ ਹੁਣ ਇਹ ਸਰਕਾਰ ਉਹਨਾਂ ਤੇ ਐਕਸ਼ਨ ਲਏਗੀ ਇਹ ਜਿਹੜੀ ਗੱਲ ਹੁਣ ਤੱਕ اپੋਜੀਸ਼ਨ ਨੇ ਵੀ ਨਹੀਂ ਕਹੀ ਉਹ ਤਾਂ ਕੋਰ ਵਿਜੇ ਪ੍ਰਤਾਪ ਇਹਨਾਂ ਦਾ ਆਪਣਾ ਐਮਐਲਏ ਉਹ ਕਹਿ ਰਹੇ ਆ ਕਿ ਪੰਜਾਬ ਨਾਲ ਧੋਖਾ ਹੋ ਗਿਆ ਧੋਖਾ ਕਹਨੇ ਕੀਤਾ ਉਹਨਾਂ ਦੀ ਆਪਣੀ ਸਰਕਾਰ ਨੇ ਕੀਤਾ ਨਾ ਆਪਣੀ ਪਾਰਟੀ ਦੀ ਗੱਲ ਕਰ ਰਹੇ ਹੋ ਉਹ ਕਿਸੇ ਕਾਂਗਰਸ ਜਾਂ ਕਾਲੀ ਦਲ ਦੀ ਗੱਲ ਨਹੀਂ ਕਰ ਰਹੇ ਸੋ ਇਹ ਗੱਲ ਇਹ ਜਿਹੜੀ ਉਹਨਾਂ ਨੇ ਸਟੇਟਮੈਂਟ ਅੱਜ ਦੀ ਉਹਦੇ ਵਿੱਚ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਉਹਨਾਂ ਨੇ ਇਸ ਸਰਕਾਰ ਤੇ ਜਜਮੈਂਟ ਪਾਸ ਕਰਤੀ ਵੀ ਸਰਕਾਰ ਲੋਕਾਂ ਦੀ ਭਾਵਨਾਵਾਂ ਦੇ ਖਰੀ ਨਹੀਂ ਹੋ ਉਤਰੀ ਤੇ ਇਹ ਵੀ ਬਾਕੀ ਅਰਗੀ ਹੈ ਧੋਖਾ ਦਾ ਮਤਲਬ ਇਹ ਹੈ ਹੁਣ ਇਸ ਤੋਂ ਵੱਡੀ ਕਮੈਂਟ ਤਾਂ ਕਿਸੇ ਆਪਣੀ ਪਾਰਟੀ ਦੇ ਐਮਐਲਏ ਦੁਆਰਾ ਆਪਣੀ ਸਰਕਾਰ ਤੇ ਨਹੀਂ ਹੋ ਸਕਦੀ ਮੈਂ ਇੰਸਪੈਕਟ ਕਰਦਾ ਸੀਗਾ ਕਿ ਉਸ ਤੋਂ ਬਾਅਦ ਸਰਕਾਰ ਕੋਈ ਸ਼ੋਕਾਸ ਨੋਟਿਸ ਦਾ ਘਟੋਗਟ ਇਸ਼ੂ ਕਰੇਗੀ ਨਾ ਉਹਦੀ ਪਾਰਟੀ ਦਾ ਘਟੋਗਟ ਪਾਰਟੀ ਪਾਰਟੀ ਦੀ ਗੱਲ ਕਰ ਰਿਹਾ ਮੈਂ ਪਾਰਟੀ ਘਟੋਗਟ ਇਸ਼ੂ ਸ਼ੋਕਾਸ ਦਾ ਇਸ਼ੂ ਕਰੇਗੀ ਇਸ ਤੋਂ ਵੱਡੀ ਮਤਲਬ اپੋਜੀਸ਼ਨ ਨੇ ਜਿਹੜੀ ਹੁਣ ਤੱਕ ਡੇਢ ਸਾਲ ਦੀ ਗੱਲ ਨਹੀਂ ਕੀਤੀ ਉਹ ਪਹਿਲੀ ਵਾਰੀ ਇਹਨਾਂ ਦੀ ਪਾਰਟੀ ਦੇ ਅੰਦਰੋਂ ਨਿਕਲੀ ਹੈ ਮੇਰਾ ਸਟੈਸਿਸ ਗੱਲ ਤੇ ਹੈ ਸੋ ਇੱਕੀ ਇਹ ਪਾਰਟੀ ਇਹਨਾਂ ਦੀ ਸਨੇ ਅਰਵਿਧ ਕੇਜਰੀਵਾਲ ਜੀ ਜਿਹੜੇ ਐਨੇ ਸ਼ਨ ਸ਼ੌਕਤ ਲਾਲ ਇਹਨਾਂ ਨੂੰ ਲਿਆਏ ਸੀ ਮੈਨੂੰ ਯਾਰ ਅਜੇ ਲੋ ਕਮਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਾਇਆ ਸੀ ਇੱਕ ਪਾਸੇ ਕਰਮਿੰਦ ਕੇਜਰੀਵਾਲ ਦੇ ਕਮਰ ਵਿਜੇਪਾਤ ਪ੍ਰਤਾਪ ਬੈਠੇ ਦੂਜੇ ਪੱਧ ਭਗਵਤ ਮਾਨ ਦੀ ਮੇਰੇ ਘਰ ਤੇ ਬੈਠੇ ਸੀ ਜੇ ਮੇਰੀ ਜਿਆਦਾ ਅਸਤੇ ਨਹੀਂ ਬੜੀ ਨਹੀਂ ਹਤਾ ਤੇ ਉਸ ਦਿਨ ਸਟੇਜ ਤੇ ਕਈ ਗੱਲਾਂ ਹੋ ਜਾਂ ਸੀ ਅੱਜ ਉਹੀ ਵਿਜੇ ਪ੍ਰਤਾਪ ਜੀ ਨੂੰ ਤੇ ਨਿਸ਼ਾਨ ਸ਼ੌਕਤਨ ਲੈ ਕੇ ਆਏ ਸੀ ਔਰ ਉਹਦੇ ਪੋਸਟਰ ਸਾਰੇ ਪੰਜਾਬ ਤੇ ਲੱਗੇ ਸੀਗੇ ਉਹ ਤੁਹਾਡੀ ਸਰਕਾਰ ਤੇ ਜਜਮੈਂਟ ਪਾਸ ਕਰ ਰਿਹਾ ਕਿ ਪੰਜਾਬ ਦੇ ਨਾਲ ਧੋਖਾ ਹੋ ਗਿਆ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਇਹ ਸਰਕਾਰ ਬਾਰੇ ਇਹ ਹੁਣ ਆਮ ਆਦਮੀ ਪਾਰਟੀ ਜਵਾਬ ਦੇਵੇਗਾ ਕਿ ਉਹਨਾਂ ਦਾ ਆਪਣਾ ਐਮਐਲਏ ਉਹ ਗੱਲ ਕਰ ਗਿਆ ਗੱਲ ਬਾਕੀ ਆ ਗਈ ਤੁਹਾਡੀ ਜਿਹੜੀ ਗੱਲ ਤੁਸੀਂ ਕੀਤੀ ਸੀ ਕਵਰ ਮੇਰੇ ਪ੍ਰਤਾਪ ਬਿਨਾ ਐਵੀਡੈਂਸ ਤੋਂ ਮੇਰੇ ਖਿਆਲ ਦੇ ਵਿੱਚ ਗੱਲ ਨਹੀਂ ਕਰਦੇ ਉਹਨਾਂ ਦਾ ਟਰੈਕ ਰਿਕਾਰਡ ਹੈ ਜਿੰਨਾ ਕਿ ਮੈਂ ਜਾਣਦਾ ਹਾਂ ਹਾਂ ਇਹ ਠੀਕ ਹੈ ਕਿ ਜਿਹੜੀ ਉਹਨਾਂ ਦੀ ਪਹਿਲੀ ਚਾਰਟ ਸ਼ੀਟ ਉਹਨਾਂ ਨੇ ਫਾਈਲ ਕੀਤੀ ਸੀ ਉਹ ਕਈ ਵਾਰੇ ਦੇਖ ਕੇ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਕੋਈ ਗੜਬੜ ਹੈਗੀ ਹੈ ਲੇਕਿਨ ਉਹਨਾਂ ਦਾ ਕੰਮ ਸੀ ਕਿ ਪ੍ਰੋਫੈਸ਼ਨਲ ਇਹ ਹੈਂਡਲੇਗਾ ਸਾਰੀ ਇਸ਼ੂ ਤੇ ਚਲੋ ਸਾਧਾ ਟੈਕਨੀਕਲ ਇਸ਼ੂ ਦਾ ਪਤਾ ਨਹੀਂ ਹੁੰਦਾ ਇਹ ਉਹਨਾਂ ਦਾ ਜੌਬ ਹੈਗਾ ਉਤੇ ਉਹ ਕੋਟ ਵਕੀਲ ਵੀ ਹੈਗੇ ਤੇ ਜਦੋਂ ਮੈਂ ਕਹਿੰਦਾ ਕਿ ਇਹ ਕੇਸ ਅੱਗੇ ਨਹੀਂ ਵਧੇਗਾ ਤੇ ਉਹ ਕਿਸ ਢੰਗ ਨਾਲ ਅੱਗੇ ਨਹੀਂ ਵਧੇਗਾ ਉਹਦੇ ਆਪਣੇ ਆਪਣੇ ਤਰੀਕੇ ਆ ਇਹ ਸਿਸਟਮ ਹੈ ਨੌਨ ਅਲੂਵੀ ਸਿਸਟਮ ਦਾ ਪਾਰਟ ਆ ਕਵਰ ਵਿਜੇ ਪ੍ਰਤਾਪ ਵੀ ਪਾਰਟ ਸੀ ਸਾਰਿਆਂ ਨੂੰ ਪਤਾ ਵੀ ਸਿਸਟਮ ਨੇ ਕਿਵੇਂ ਅਪਰੇਟ ਕਰਨਾ ਹੈ ਇਹ ਮੈਨੂੰ ਕੋਈ ਅਨਸਪੈਕਟਿਡ ਜੀ ਗੱਲ ਨਹੀਂ ਲੱਗੀ ਇਹ ਕੇਸ ਡੈਲੀਬਰੇਟਲੀ ਡਾਲੂਟ ਕੀਤਾ ਜਾ ਰਿਹਾ ਹੈ ਤਾਕੇ ਇਹ ਕਿਸੇ ਤੜਪਟਣ ਲੱਗੇ ਨਾ ਜਿਵੇਂ ਬਾਕੀ ਕੇਸ ਹੈ ਨਾ ਉਸ ਤਰ੍ਹਾਂ ਹੀ ਬਾਕੀ ਇਹ ਚੱਲੀ ਜਾਏਗਾ ਤੇ ਜਸਟ ਇਹ ਹੁਣ ਲੋੜ ਹੈ ਸਰਦਰ ਪਗਵਾਨ ਸੇ ਪਗਵਤ ਮਾਨ ਹੋ ਰਿਆਂ ਨੂੰ ਆਪਣਾ ਅਸਰਟ ਕਰਨ ਦੀ ਕੀ ਉਹ ਇਸ ਸਿਸਟਮ ਦੇ ਖਿਲਾਫ ਅਸਰਟ ਕਰਨਗੇ ਮੈਂ ਸਿਸਟਮ ਦੇ ਖਿਲਾਫ ਬੋਲ ਰਿਹਾ ਹਾਂ ਸਿਸਟਮ ਦੇ ਖਿਲਾਫ ਅਸਰਟ ਕਰਨਗੇ ਜਾਂ ਸਿਸਟਮ ਉਹਨਾਂ ਨੂੰ ਸਬਸਿਮ ਕਰ ਚੁੱਕਿਆ ਹੈ ਜੀ ਇਹ ਹੈ ਨਾ ਸਮਝ ਹਮਿੰਦਰ ਸਿੰਘ ਜੀ ਜਦੋਂ ਤੁਸੀਂ ਗੱਲ ਟੱਚ ਕੀਤੀ ਸੀ ਲਾਸਟ ਵਿੱਚੋਂ ਮੈਂ ਸਰਦਾਰ ਜਗਤਾਰ ਸਿੰਘ ਜੀ ਵੱਲ ਆ ਗਿਆ ਇੱਥੇ ਤਿੰਨ ਐਸਆਈਟੀਆਂ ਨੇ ਇੱਕ ਐਸਆਈਟੀ ਵਿਅਦਵੀ ਮਾਮਲਿਆਂ ਦੀ ਜਾਂਚ ਕਰੀ ਸੀ ਐਸਪੀਐਸ ਪਰਮਾਰ ਦੀ ਇਕਵਾਈ ਦੇ ਵਿੱਚ ਜਿਨੇ ਬਹੁਤ ਪਹਿਲਾਂ ਐਸਆਈਟੀ ਨੇ ਰਿਪੋਰਟ ਆਪਣੀ ਦਿੱਤੀ ਸੀ ਮੁੱਖ ਮੰਤਰੀ ਨੂੰ ਔਰ ਦੂਜੀ ਜਿਹੜੀ ਆ ਉਹ ਲਕੇ ਯਾਦਵ ਦੀ ਇਕਵਾਈ ਚਾ ਐਸਪੀਐਸ ਪਰਮਾਰ ਐਸਪਰ ਏਡੀਜੀਪੀ ਆ ਪੰਜਾਬ ਪੁਲਿਸ ਦੇ ਔਰ ਇਸੇ ਤਰ੍ਹਾਂ ਐਲਕੇ ਯਾਦਵ ਜਿਹੜੇ ਉਹ ਵੀ ਏਡੀਜੀਪੀ ਸਪੈਸ਼ਲ ਡੀਜੀਪੀ ਬਣ ਗਿਆ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਉਹਨਾਂ ਉਹ ਵੀ ਇਹ ਜਿਹੜੀ ਜਿੰਨੀ ਸਾਰੀ ਜਾਂਚ ਚੱਲ ਰਹੀ ਆ ਉਹਨਾਂ ਨੇ ਫਾਈਨਲ ਚਾਰਟ ਸ਼ੀਟ ਦਾਖਲ ਨਹੀਂ ਕੀਤੀ ਸਪਲੀਮੈਂਟਰੀ ਚਲਾਨ ਪੇਸ਼ ਹੋਏ ਪਿਛਲੇ ਦਿਨਾਂ ਚ ਵੀ ਹੋਏ ਆ ਉਹ ਉਹ ਚਲਾਨ ਜਿਨ੍ਹਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸਮੇਸ਼ ਸੈਣੀ ਦਾ ਜ਼ਿਕਰ ਹੈ ਔਰ ਜਿਹੜਾ ਨੌਨਿਹਾਲ ਸਿੰਘ ਆ ਉਹਨਾਂ ਨੇ ਤਾਂ ਬਿਲਕੁਲ ਕੀਤੀ ਨਹੀਂ ਅਜੇ ਸੋ ਸਵਾਲ ਕਮਰਵਜੇ ਪ੍ਰਤਾਪ ਦਾ ਉਹਨਾਂ ਤਿੰਨਾ ਵੱਲ ਹੈ ਕਿ ਐਸਆਈਟੀ ਜਿਹੜੀਆਂ ਨੇ ਉਹ ਗਵਾਹ ਮੁਕਰਾ ਰਹੀਆਂ ਪਰ ਨਾਲ ਇੱਕ ਸਵਾਲ ਉਹਨਾਂ ਨੇ ਹੋਰ ਕੀਤਾ ਕਿ ਮੈਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ ਮੈਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ ਮਤਲਬ ਜਲੀਲ ਕੌਣ ਕਰ ਰਿਹਾ ਗਵਾਹ ਕੁਮਰਵਜੇ ਪ੍ਰਤਾਪ ਦੇ ਖਿਲਾਫ ਬਿਆਨ ਦੇ ਰਿਹਾ ਜਿਹੜੇ ਸੁਖਰਾਜ ਨਿਆਮੀਆਂ ਉਹਨਾਂ ਨੇ ਕੱਲ ਪਟੀਸ਼ਨ ਜਾ ਕੇ ਦਾਇਰ ਕੀਤੀ ਹੈ ਇੱਕ ਉਸ ਤੋਂ ਪਹਿਲਾਂ ਵੀ ਗਵਾਹਾਂ ਨੇ ਕਿਹਾ ਕਿ ਸਾਨੂੰ ਕੁਮਰਵਜੇ ਪ੍ਰਤਾਪ ਨੇ ਸਾਡੇ ਕੋਲੋਂ ਬਿਆਨ ਗਲਤ ਤੋਆਏ ਕੁਝ ਗਵਾਹਾਂ ਨੂੰ ਜਿਹੜਾ ਉਹ ਬਣਾਇਆ ਗਿਆ ਮਲਜ਼ਮ ਵੀ ਬਣਾਇਆ ਗਿਆ ਇਹ ਇਹ ਸਾਰੀਆਂ ਚੀਜ਼ਾਂ ਦੇ ਦੁੱਖ ਵਿੱਚੋਂ ਕੁਮਰਵਜੇ ਪ੍ਰਤਾਪ ਬੋਲ ਰਿਹਾ ਸਾਰੇ ਜਦੋਂ ਕਿਤੇ ਨਹੀਂ ਲੱਗਦੀ ਕਿਨਾਰੇ ਗੱਲ ਤੁਸੀਂ ਲੂਪ 'ਚ ਨਹੀਂ ਰੱਖਦੇ ਬੰਦੇ ਨੂੰ ਜਿਹੜਾ ਬੰਦਾ ਜ਼ਿਆਦਾ ਐਕਟਿਵ ਹੋਵੇ ਬਣ ਕੇ ਕਈ ਵਾਰ ਤਾਂ ਪਾਰਟੀਆਂ ਚ ਸਰਕਾਰਾਂ ਚਾਹੁੰਦੀ ਆ ਹੁਣ ਤਾਂ ਉਹ ਜਿਹੇ ਬੰਦੇ ਨੂੰ ਨਾਲ ਪ੍ਰੋਫੈਸ਼ਨਲੀ ਵੀ ਤੇ ਬਾਕੀ ਗੱਲਾਂ 'ਚ ਰੱਖਿਆ ਜਾਂਦਾ ਔਰ ਜਿਹੜੇ ਇਹ ਚਾਰ ਸਪਲੀਮੈਂਟ ਤਿੰਨ ਸਪਲੀਮੈਂਟਰੀ ਚਲਾਨ ਦੇਤੇ ਤੇ ਇੱਕ ਪਹਿਲਾ ਚਲਾਨ ਦਿੱਤਾ ਜਿਹੜਾ ਐਲਕੇ ਜਾਦਵ ਵਾਲੀ ਨੇ ਵੀ ਮਤਲਬ ਐਸਆਈਟੀ ਨੇ ਉਹ ਵੀ ਲਗਾਤਾਰ ਉਸੇ ਤਰੀਕੇ ਦੇ ਨਾਲ ਬਸ ਉਹ ਇੱਕੋ ਦੋ ਬਿਆਨ ਆਏ ਸੀ ਜਿਹਦੇ 'ਚ ਇਹ ਆ ਗਿਆ ਵੀ ਸੁਮੇਰ ਸਿੰਘ ਬਾਦਲ ਦਾ ਵੀ ਨਾਂ ਐ ਜੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨਾਂ ਐ ਤੇ ਉਹ بڑے بڑے ਬਿਆਨ ਛੱਪ ਗਏ ਤੇ ਸਾਰਾ ਕੁਝ ਹੋ ਗਿਆ ਉਸੇ ਲੈਵਲ ਦੇ ਉੱਤੇ ਇੱਕ ਗੱਲ ਤਾਂ ਕਲੀਅਰ ਹੈ ਕਿ ਐਸਆਈਟੀ ਇੰਡੀਪੈਂਡੈਂਟ ਹੈ ਜਦੋਂ ਚੀਫ ਮਿਨਿਸਟਰ ਸਾਰੀ ਕੱਲੀ ਕੱਲੀ ਗੱਲ ਤੇ ਬਿਆਨ ਦਿੰਦੇ ਸੀ ਕਿ ਐਨੇ ਤਰੀਕ ਤੱਕ ਚਲਾਣ ਹੋ ਜਾਊਗਾ ਇਸ ਐਨੇ ਤਰੀਕ ਤੱਕ ਆ ਹੋ ਜਾਊਗਾ ਐਨੇ ਤਰੀਕ ਤੱਕ ਆ ਹੋ ਜਾਊਗਾ ਤਾਂ ਉਹਦੇ ਤੇ ਕਾਊਂਟਰ ਹੋਇਆ ਉਦੋਂ ਵੀ ਕਿ ਚੀਫ ਮਿਨਿਸਟਰ ਇਹਦਾ ਮਤਲਬ ਕੱਲੀ ਕੱਲੀ ਗੱਲ ਐ ਐਸਆਈਟੀ ਤੁਹਾਡੇ ਤੋਂ ਅਪਰੂਵਲ ਲੈ ਰਹੀ ਹੈ ਮੈਂ ਕਦੋਂ ਕਰਨਾ ਹੈ ਕਦੋਂ ਨਹੀਂ ਕਰਨਾ ਕੀ ਹੈ ਇਹ ਬਿਆਨ ਜਿਹੜੇ ਪੋਲਿਟੀਕਲ ਇੰਟਰਵੈਂਸ਼ਨ ਦੇ ਜਿਹੜੇ ਦਿਖਾਈ ਦਿੱਤੇ ਸੀ ਇਟ ਮੀਨ ਜੋ ਇੰਡੀਪੈਂਡੈਂਟ ਤਾਂ ਨਹੀਂ ਹੈ ਨਾਰਮਲੀ ਚੀਫ ਮਿਨਿਸਟਰ ਇਹ ਬਿਆਨ ਦਿੰਦੇ ਹੁੰਦੇ ਨੇ ਜੇਕਰ ਗੱਲ ਹੋਵੇ ਕਿ ਲਾ ਆਪਣਾ ਕੰਮ ਆਪ ਕਰ ਰਿਹਾ ਸਾਡਾ ਕੋਈ ਦਾਖਲ ਨਹੀਂ ਹੈ ਜਿਵੇਂ ਅੰਦਰ ਖਾਤੇ ਜੋ ਮਰਜ਼ੀ ਕਰ ਪਰ ਇਹਨਾਂ ਨੇ ਤਾਂ ਬੜੇ ਬਾਰੇ ਕੀਤਾ ਕਿ ਫਲਾਣੇ ਦੇ ਖਿਲਾਫ ਐਫ ਆਈ ਆਰ ਫਲਾਣੇ ਦੀ ਅਰੈਸਟ ਇਸ ਤਰੀਕ ਨੂੰ ਹੋ ਜੇਗੀ ਪਰਚਾ ਦਰਜ ਹੋ ਜਾਊਗਾ ਬੜੇ ਬਾਰ ਕਰਦੇ ਨੇ ਹੋਰਾਂ ਤੇ ਵੀ ਇਸ ਕਿਸ ਤੋਂ ਇਲਾਵਾ ਵੀ ਲਗਾਤਾਰ ਇਹ ਬਿਆਨ ਦਿੰਦੇ ਨੇ ਕਿ ਉਹ ਵੀ ਅੰਦਰ ਹੋ ਜਾਊਗਾ ਉਹ ਵੀ ਤੁਸੀਂ ਦੇਖੋਗੇ ਇਹਨੇ ਤਰੀਕ ਨੂੰ ਆਹ ਹੋ ਜਾਊਗਾ ਇਹਨੇ ਤਰੀਕ ਨੂੰ ਆਹ ਹੋ ਜਾਊਗਾ ਤਾਂ ਲੱਗਦਾ ਕਿ ਪੋਲੀਟੀਕਲ ਇੰਟਰਵੈਂਸ਼ਨ ਜਿਹੜੀ ਇੰਟਰਫੀਅਰਸ ਹੈ ਉਹ ਕਾਫੀ ਜ਼ਿਆਦਾ ਦਿਖਾਈ ਦਿੰਦੀ ਹੈ ਹੋਰਾਂ ਪਾਰਟੀਆਂ ਵੇਲੇ ਵੀ ਹੁੰਦੀ ਹੈ ਤੇ ਹੁਣ ਵੀ ਸਾਡੇ ਕੋਲ ਮਜ਼ਾਜ ਜੀ ਬਣ ਗਿਆ ਕੱਲਾ ਇਹ ਨਹੀਂ ਕਿ ਇਸ ਪਾਰਟੀ ਵੇਲੇ ਹੁੰਦੀ ਹੈ ਜੇ ਪਹਿਲਾਂ ਦਾ ਹੁੰਦੀ ਤਾਂ ਪਹਿਲਾਂ ਵੀ ਕੋਈ ਪ੍ਰੋਫੈਸ਼ਨਰਾਂ ਦੇ ਨੇੜੇ ਪਹੁੰਚ ਜਾਂਦੇ ਕਿੰਨੇ ਕੇਸ ਨੇ ਮੌੜ ਬੰਬ ਬਲਾਸਟ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਜਿੰਨੇ ਕੇਸ ਨੇ ਉਹ ਐਵੇਂ ਲਟਕਦੇ ਨੇ ਪੁਰਸ਼ ਤਾਂ ਕਈ ਮਾਮਲੇ ਸੋਚਦੀ ਸੀ ਵੀ ਅਸੀਂ ਨੇੜੇ ਪਹੁੰਚ ਗਏ ਪਰ ਨੇੜੇ ਤੋਂ ਪਿੱਛੇ ਹਟਾ ਘੌਰ ਦਿੰਦਾ ਹਟਾ ਦਿੰਦਾ ਪੋਲਿਟਿਕਲ ਹਾਰਾਰਕੀ ਕਿ ਨਹੀਂ ਐਦੂ ਅੱਗੇ ਨਹੀਂ ਜਾਣਾ ਤੁਸੀਂ ਉਸ ਮਾਮਲੇ ਦੇ ਵਿੱਚ ਹੁਣੇ ਬੰਦਿਆਂ ਜਾਂਦਾ ਸੀ ਕਿ ਨੌ ਨਿਹਾਲ ਵਾਲੀ ਜਿਹੜੀ ਐਸਆਈਟੀ ਹੈ ਉਹ ਤਾਂ ਬਿਲਕੁਲ ਜੁੜੀ ਹੋਈ ਹੈ ਐਲਕੇ ਜაძ ਵਾਲੀ ਐਸਆਈਟੀ ਨਾਲ ਉਹ ਤਾਂ ਸ਼ਾਇਦ ਅਗਲੇ ਦਿਨ ਦੇ ਦੇ ਸ਼ਾਇਦ 2 ਦਿਨ ਬਾਅਦ ਹੀ ਦੇ ਦੇ ਸ਼ਾਇਦ ਵੀ 3 ਦਿਨ ਬਾਅਦ ਹੀ ਦੇ ਦੇ ਮਤਲਬ ਆਪਣੀ ਜਿਹੜੀ ਰਿਪੋਰਟ ਹੈ ਉਹ ਕਿਉਂ ਨਹੀਂ ਦੇ ਰਹੇ ਕੀ ਗੱਲ ਹੈ ਉਹਨਾਂ ਨੇ ਨਵੀਂ ਇਨਵੈਸਟੀਗੇਸ਼ਨ ਕੀ ਕਰਨੀ ਹੈ ਨਵੇਂ ਬੰਦਿਆਂ ਨੂੰ ਬੁਲਾ ਰਹੇ ਨੇ ਕਿਸੇ ਦੀ ਸੁਣਵਾਈ ਹੋ ਰਹੀ ਹੈ ਕਿਸੇ ਦੀ ਕੋਈ ਗੱਲ ਹੋ ਰਹੀ ਹੈ ਇਹੋ ਜਿਹਾ ਵੀ ਕੁਝ ਨਾ ਜਾਪੀ ਆ ਰਿਹਾ ਕਦੇ ਕਿ ਕਿਤੇ ਹੋ ਰਿਹਾ ਤਾ ਫਿਰ ਉਹ ਕਿਹੜੇ ਹੁਕਮ ਨਾਲ ਬੈਠੀ ਹੋਈ ਐਸਆਈਟੀ ਹੈ ਕਿ ਉਹ ਨਹੀਂ ਚਲਾੜੀ ਪੇਸ਼ ਨਹੀਂ ਕਰ ਰਹੀ ਉਹ ਟ੍ਰਾਇਲ ਰਿਪੋਰਟ ਦੇ ਵਿੱਚ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਐਗਰੀਮੈਂਟ ਇੱਕ ਲੈਵਲ ਦੇ ਡਿਸਕਸ਼ਨਾਂ ਹੁੰਦੀਆਂ ਨੇ ਚਾਹੇ ਉਹ ਜਗਰਾਤ ਸਿੰਘ ਉਹਨਾਂ ਨਾਲ ਹੁੰਦੀਆਂ ਨੇ ਚਾਹੇ ਉਹ ਬਾਕੀ ਦੇ ਬੰਦੇ ਸੁਖਰਾਜ ਉਹਨਾਂ ਨਾਲ ਹੁੰਦੀਆਂ ਨੇ ਤੇ ਜਦੋਂ ਉਹ ਪ੍ਰੈਸ ਖਾਸ ਕਰਕੇ ਕਹਿ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਖਰਾਬ ਕਰ ਰਿਹਾ ਕੇਸ ਪਹਿਲਾਂ ਉਹੀ ਬੰਦੇ ਆਪਣੀ ਸਟੇਜ ਤੇ ਉਹਨੂੰ ਬਣਾਉਂਦੇ ਸੀ ਤੇ ਉਹ ਕਹਿੰਦਾ ਸੀ ਨਹੀਂ ਇਨਸਾਬ ਬੈਲਾ ਹੁਣ ਜੇ ਕੋਈ ਦੇ ਕੁਝ ਬਦਲਿਆ ਹੈ ਕੁਝ ਤਾਂ ਬਦਲਿਆ ਹੈ ਇਹਦਾ ਮਤਲਬ ਅੰਦਰ ਇਨਸਾਫ ਮੰਗਣ ਵਾਲਿਆਂ ਦੇ ਵੀ ਇਨਵੈਸਟੀਗੇਟਿਵ ਏਜੰਸੀ ਚ ਦੇ ਵੀ ਔਰ ਪੋਲੀਟੀਕਲ ਤਰ ਦੇ ਵੀ ਕੀ ਬਦਲਿਆ ਕਿਹੜੀ ਖਿਚੜੀ ਪਿੱਛੇ ਪੱਕੀ ਹੈ ਜਾਂ ਪੱਕ ਰਹੀ ਹੈ ਇਹ ਇੱਕ ਘਟੂਗਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਈ ਹਜੇ ਤੱਕ ਤਾਂ ਇਹ ਮਾਮਲਾ ਕਾਫੀ ਸੀਰੀਅਸ ਤੇ ਸੰਸ਼ਟਭ ਦਿਖਾਈ ਦੇ ਰਿਹਾ ਪਰ ਹਜੇ ਇੱਕ ਦੂਜੇ ਦੇ ਨਾਲ ਐਵੇਂ ਚੱਲ ਰਿਹਾ ਇਸ ਲਈ ਉਹ ਕਹਿ ਰਿਹਾ ਕਿ ਮੈਨੂੰ ਇੰਡੀਪੈਂਡੈਂਟ ਇਕੱਲੇ ਨਿੱਜੀ ਤੌਰ ਤੇ ਲੜਾਈ ਲੜਨੀ ਪਊਗੀ ਜੋ ਵੀ ਹੋਏਗਾ ਦੇਖੀ ਜਾਊਗੀ ਤਾ ਇੱਕ ਲੈਵਲ ਦਾ ਜੇ ਸਟੇਟ ਤੁਹਾਡੇ ਖਿਲਾਫ ਖੜ ਜੇ ਤੁਸੀਂ ਜਿਹੜੇ ਮਰਜੀ ਰਤਬੇ ਚ ਹੋ ਜੋ ਮਰਜੀ ਹੋ ਤਾਂ ਇੱਕ ਥ੍ਰੈਟਨ ਫੀਲ ਹੁੰਦੀ ਹੋ ਹੈ ਨਾ ਜਿਹੜਾ ਮਰਜੀ ਬੰਦਾ ਹੋਵੇ ਜਿਸ ਮਰਜੀ ਆਉਂਦੇ ਤੇ ਹੋਵੇ ਇੱਕੋ ਇੱਕ ਤਰੀਕਾ ਹੁੰਦਾ ਉਹਦਾ ਕਿ ਮੈਸੇਜ ਕੀ ਕਹੇ ਹੁੰਦੀ ਹੈ ਲੋਕ ਕੀ ਕਰ ਰਹੇ ਨੇ ਜਦੋਂ ਮੈਸੇਜ ਇਕੱਠੀ ਹੋਈ ਸੀ ਉਦੋਂ 14 ਅਕਤੂਬਰ ਤੋਂ ਬਾਅਦ ਲਗਾਤਾਰ ਉਹ ਮੈਸੇਜ ਦਾ ਰਿਜ਼ਲਟ ਸੀ ਕਿ ਆਪਣੇ ਹੱਥਾਂ ਨਾਲ ਲਾਇਆ ਡੀਜੀਪੀ ਬਦਲਣਾ ਪਿਆ ਸੁਮੇਤ ਸੈਣੀ ਔਰ ਡਿਫਰੈਂਟ ਟਾਈਪ ਦੇ ਲੋਕ ਹਟਾਉਣੇ ਪਏ ਇਮੀਡੀਏਟਲੀ ਸੇਵਾ ਮੁਕਤ ਜੱਜ ਦੀ ਅਗਵਾਈ ਚ ਕਮਿਸ਼ਨ ਵੀ ਬਣਾਉਣਾ ਪਿਆ ਤੇ ਬਾਕੀ ਵੀ ਜਦੋਂ ਡਿਫਿਊਜ਼ ਹੋ ਗਿਆ ਚੱਬੇ ਕੱਠ ਤੋਂ ਬਾਅਦ ਫਿਰ ਹੋਰ ਤਰ੍ਹਾਂ ਦਾ ਮਾਹੌਲ ਬਣਦਾ ਸ਼ੁਰੂ ਹੋ ਗਿਆ ਇਸੇ ਕਰਕੇ ਅੱਜ ਜੇਕਰ ਜਸਟਿਸ ਦਾ ਸਵਾਲ ਹੈ ਅੱਜ ਜਸਟਿਸ ਲਈ ਇੱਕੋ ਇੱਕ ਫੱਡਾ ਰਹਿ ਗਿਆ ਕਿ ਲੋਕ ਕਿੰਨੇ ਮੋਬਿਲਾਈਜ਼ ਹੁੰਦੇ ਨੇ ਇਨਸਾਫ ਵਾਸਤੇ ਕੰਟੀਨਿਊ ਸਟਰਗਲ ਦੇ ਵਿੱਚ ਇਨਸਾਫ ਉੱਥੇ ਆ ਹੋਰ ਕੋਈ ਇਨਸਾਫ ਦਾ ਪੈਮਾਨਾ ਮੈਨੂੰ ਨਹੀਂ ਲੱਗਦਾ ਪੋਲੀਟੀਕਲ ਅਧਿਰਤੇ ਬੇਵਿਸ਼ਵਾਸੀ ਦੇ ਤੌਰ ਤੇ ਪੁਲਿਸ ਪੈਟਰਨ ਦੇ ਉੱਤੇ ਜਾਂ ਬਾਕੀ ਇਸੇ ਵੀ ਲੋਕਾਂ ਦਾ ਭਰੋਸਾ ਉੱਠ ਰਿਹਾ ਚੀਜ਼ਾਂ ਤੋਂ ਔਰ ਜੇ ਭਰੋਸਾ ਉੱਠ ਰਿਹਾ ਬਹੁਤ ਖਤਰਨਾਕ ਹੁੰਦਾ ਲੋਕਾਂ ਦਾ ਬੇਭਰੋਸਗੀ ਜਿਹੜੀ ਹੁੰਦੀ ਆ ਸਾਰੇ ਸਿਸਟਮ ਤੋਂ ਜਿਵੇਂ ਕਿਹਾ ਜਾਂਦਾ ਜਿਵੇਂ ਕੁਮਾਰ ਵਿਜੇ ਪ੍ਰਤਾਪ ਕਹਿੰਦਾ ਵੀ ਤੁਹਾਡੇ ਨਾਲ ਇੱਕ ਵਾਰ ਠੱਗੀ ਹੋ ਗਈ ਹੋਰ ਜੇ ਲੋਕ ਹਰ ਵਾਰ ਠੱਗੀ 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 ਮਹਿਸੂਸ ਕਰਨਗੇ ਤਾਂ ਫਿਰ ਹੋਰ ਤਾਂ ਕੋਈ ਚਾਰਾ ਨਹੀਂ ਹੋਰ ਕੀ ਰਹਿ ਗਿਆ ਜੇ ਜਸਟਿਸ ਲੈਣਾ ਤਾਂ ਲੋਕਾਂ ਨੂੰ ਉਹੀ ਡੈਮੋਕਰੇਟਿਕ ਸਰਗਰਦਾ ਰੂਪ ਔਰ ਜਿਨ੍ਹਾਂ ਨੇ ਮੋਰਚਾ ਵੀ ਲਾਇਆ ਸੀ ਧਿਆਨ ਸਿੰਘ ਮੰਡ ਦਾਦੋਵਾਲ ਜੇ ਉਹ ਲੋਕਾਂ ਦਾ ਪ੍ਰੈਸ਼ਰ ਬਿਲਡ ਹੋਣ ਲੱਗ ਗਿਆ ਸੀ ਉਦੋਂ ਵੀ ਅਮਰਿੰਦਰ ਸਿੰਘ ਸਰਕਾਰ ਸੀ ਤੇ ਉਸ ਤੋਂ ਬਾਅਦ ਉਹ ਮੋਰਚਾ ਕਿਵੇਂ ਉੱਠਿਆ ਕਿਹਨੇ ਉਠਾਇਆ ਕਿਵੇਂ ਹੋਇਆ ਤੇ ਉਹ ਵੀ ਪੈਸਿਆਂ ਲੈਂਡ ਡੇਟ ਤੋਂ ਲੈ ਕੇ ਸਰਕਾਰ ਨਾਲ ਹੱਬਣ ਦੇ ਵਿੱਚ ਅਲੀਗੇਸ਼ਨਾਂ ਦੇ ਵਿੱਚ ਹੀ ਤੁਰਿਆ ਫਿਰਦਾ ਹਜੇ ਤੱਕ ਕੋਈ ਕਲੈਰਿਟੀ ਨਹੀਂ ਹੋਈ ਕਿ ਮਾਮਲਾ ਕੀ ਹੋਇਆ ਇਸ ਲਈ ਜਿਹੜੀਆਂ ਮਿਲੀ ਭੁਗਤ ਜਿਹੜੀਆਂ ਇਹ ਹੁੰਦੀਆਂ ਨੇ ਨਾ ਮਿਲੀ ਭੁਗਤ ਦੀਆਂ ਚੀਜ਼ਾਂ ਇਹ ਕਿਤੇ ਵੀ ਨਾਤਾ ਧਾਰਮਿਕ ਲੀਡਰਸ਼ਿਪ ਉਸ ਪਾਏ ਦੀ ਨਜ਼ਰ ਆਈ ਉਸ ਤੋਂ ਬਾਅਦ ਉਸ ਲੜਾਈ ਦੇ ਵਿੱਚ ਨਾ ਪੋਲਿਟਿਕਲ ਲੀਡਰਸ਼ਿਪ ਨਾ ਬਿਊਰੋਕ੍ਰੈਟਿਕ ਤੇ ਪੁਲਿਸ ਲੀਡਰਸ਼ਿਪ ਤੇ ਫਿਰ ਕਿੱਥੇ ਉਸ ਲੈਵਲ ਦੇ ਉੱਤੇ ਇਨਸਾਫ ਕਿਵੇਂ ਆਏਗਾ ਇਨਸਾਫ ਕਿਸੇ ਧਿਰ ਦੇ ਪੈਰ ਗੱਡ ਕੇ ਲੜਾਈ ਚ ਆਉਂਦਾ ਹੁੰਦਾ ਜਾਂ ਪ੍ਰੋਫੈਸ਼ਨਲਿਜ਼ਮ ਚ ਆਉਂਦਾ ਹੁੰਦਾ ਜਾਂ ਤੁਹਾਡੇ ਦਿਮਾਗ 'ਚ ਜਸਟਿਸ ਸਿਸਟਮ ਘਰ ਘਰ ਗਿਆ ਹੋਵੇ ਕਿ ਬਿਨਾਂ ਇਨਸਾਫ ਤੋਂ ਇਹ ਗੱਲ ਨਹੀਂ ਹੋਣੀ ਅਜੇ ਤੱਕ ਤਾਂ ਦੂਜੇ ਐਸਆਈਟੀ ਦੇ ਮਾਮਲੇ ਦੇ ਵਿੱਚ ਰਾਮ ਰਹੀਮ ਦੀ ਕਸਟੋਡੀਅਲ ਹਰਾਸਤ ਨਹੀਂ ਹੋਈ ਤਾਂ ਤੁਸੀਂ ਕਾਹਦੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਅਦਬੀ ਦਾ ਕੀ ਕਰ ਲੋਗੇ ਇਹ ਠੀਕ ਹੈ ਕਿ ਲੋਕਾਂ ਦਾ ਚੱਲੀ ਜਾਂਦਾ ਕੰਮ ਕਿ ਡੇਰਾ ਮੁਖੀ ਦੇ ਨਾਲ ਜਿਹੜੇ 3-4 ਬੰਦਿਆਂ ਦਾ ਕਤਲ ਵੀ ਹੋ ਗਿਆ ਬਾਕੀ ਵੀ ਹੋ ਗਏ ਫਿਰ ਇਹਦਾ ਮਤਲਬ ਤਰੀਕਾ ਇਹ ਇਧਰੋਂ ਧੱਕ ਰਹੇ ਹੋ ਲੋਕਾਂ ਨੂੰ ਜੇ ਇਨਸਾਫ ਨਹੀਂ ਹੈ ਨਾਲੇ ਕਹਿੰਦੇ ਰੂਲ ਆਫ ਲਾਅ ਤੋਂ ਵੱਡਾ ਹੈ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਉਹ ਲਾਅ ਤੋਂ ਉੱਪਰ ਨਹੀਂ ਹੈ ਤੇ ਲਾਅ ਤੋਂ ਉੱਪਰ ਨਹੀਂ ਹੈ ਫਿਰ ਦਿਖਾਓ ਕਰਕੇ ਕਿ ਲਾਅ ਤੋਂ ਉੱਪਰ ਕੋਈ ਨਹੀਂ ਹੈ ਜੀ ਸਰਦਾਰ ਜਗਤਾਰ ਸਿੰਘ ਜੀ ਆਪਾਂ ਇਸ ਮੁੱਦੇ ਦੇ ਨਾਲ ਜੇਕਰ ਕਿਉਂਕਿ ਸਰਕਾਰ ਨੂੰ ਸੰਕਟ ਬੜਾ ਭਾਰੀ ਪੈ ਗਿਆ ਹੁਣ ਸੰਕਟ ਤਾਂ ਕੱਲ ਕੋਰਟ 'ਚ ਹੋਈ ਸੁਣਵਾਈ ਵਾਲਾ ਵੀ ਬੜਾ ਭਾਰੀ ਸੀ ਜੇ ਇਹਨੂੰ ਅੱਜ ਜੋੜੀਏ ਕਿ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਬਾਡੀ ਦੀ ਚੋਣ ਹੁੰਦੀ ਹਰ ਸਾਲ ਬਜਟ ਪ੍ਰਧਾਨ ਚੁਣਿਆ ਜਾਂਦਾ ਉਹਨਾਂ ਦੇ ਅਹੁਦੇਦਾਰ ਚੁਣੇ ਜਾਂਦੇ ਆ ਐਗਜ਼ੀਕਟਿਵ ਬਾਡੀ ਚੁਣੀ ਜਾਂਦੀ ਹੈ ਉਹਨੂੰ ਚੁਣਨ ਲਈ ਇੱਕ ਡੇਟ ਡਿਸਾਈਡ ਕਰਦਿਆ 8 ਤਰੀਕ 8 ਨਵੰਬਰ ਦੇ ਵਿੱਚ ਦੁਬਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਊਗੀ ਉਹਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਨੇ ਮੌਜੂਦਾ ਪ੍ਰਧਾਨ ਉਹ ਕਹਿੰਦੇ ਕਿ ਅਸੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਦਸਤਖਤ ਕਰਾਏ ਬੰਦੀ ਸਿੱਖਾਂ ਦੀ ਰਿਹਾਈ ਲਈ ਅਸੀਂ ਉਹ ਗਵਰਨਰ ਨੂੰ ਦੇ ਕੇ ਆਉਣੇ ਕੇਂਦਰ ਤੱਕ ਪਹੁੰਚਾਉਣ ਲਈ ਹੁਣ ਉਹਨਾਂ ਨੇ ਕਿਹਾ ਅਸੀਂ ਕੱਲ ਈਮੇਲ ਕਰਤੀ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਵੈਸੇ ਤਾਂ ਈਮੇਲ ਕਰਨੀ ਪਵੇ ਫਰਾਮਬੰਦੇ ਤੇ ਤੇ ਹਾਲ ਹੀ ਕੀ ਹੋਣਗੇ ਦੂਜੀ ਗੱਲ ਗਵਰਨਰ ਹੀ ਕਿਉਂ ਸਿੱਧਾ ਤੁਸੀਂ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲਦੇ ਲੇਕਿਨ ਜਿਹੜਾ ਸਵਾਲ ਉਹਨਾਂ ਨੇ ਖੜਾ ਕੀਤਾ ਉਹ ਹੈਗਾ ਬੰਦੀ ਸਿੱਖਾਂ ਦਾ ਤੇ ਬੰਦੀ ਸਿੱਖਾਂ ਦੇ ਵਿੱਚ ਕੱਲ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਕੋਰਟ 'ਚ ਸੁਣਵਾਈ ਲਈ ਆਉਂਦਾ ਤੇ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਪਿਛਲੇ ਸਾਲ ਡੇਢ ਸਾਲ 2 ਸਾਲ ਤੋਂ ਹੀ ਲੱਗ ਰਿਹਾ ਕਿ ਤੁਹਾਡੀ ਦਿੱਲੀ 'ਚ ਗਵਰਨਮੈਂਟ ਆ ਤੁਸੀਂ ਉੱਥੇ ਕੋਈ ਕਮੇਟੀ ਬਣਾਈ ਹੋਈ ਸੀ ਜਿਨੇ ਫੈਸਲਾ ਦੇਣਾ ਹੈ ਕਿ ਇਸ ਬੰਦੇ ਦੀ ਰਿਹਾਈ ਲਈ ਸੋ ਇਹ ਇੱਕ ਹੋਰ ਸੰਕਟ ਵੀ ਆ ਪਾਰਟੀ ਨੂੰ ਕਿ ਤੁਸੀਂ ਸਿੱਖ ਮਾਮਲਿਆਂ ਤੇ ਬੰਦੀ ਸਿੱਖਾਂ ਦੇ ਮਾਮਲੇ ਦੇ ਉੱਤੇ ਸਾਫ਼ ਨਹੀਂ ਹੋ ਤੁਸੀਂ ਹੱਕ ਦੇ ਵਿੱਚ ਇੱਕ ਲਫ਼ਜ਼ ਨਹੀਂ ਬੋਲ ਰਹੇ ਮਤਲਬ ਇਹ ਹੁਣ ਕਾਨੂੰਨੀ ਤੌਰ ਤੇ ਕਿੰਨਾ ਵਾਜਬ ਹੈ ਕਿੰਨਾ ਨਹੀਂ ਵਾਜਬ ਮੈਨੂੰ ਨਹੀਂ ਪਤਾ ਪਰ ਮੈਂ ਤੋਂ ਤੋਂ ਸਮਝਣਾ ਚਾਹੁੰਦਾ ਹੈ ਕਿ ਇਸ ਖੇਤੇ ਦੀ ਰਾਜਨੀਤੀ ਵਿੱਚ ਸਿੱਖ ਮਸਲੇ ਜੇ ਅਹਿਮ ਆ ਤੇ ਉਹਨਾਂ ਜੋ ਬੰਦੀ ਸਿੱਖ ਮਾਮਲਿਆਂ ਦਾ ਮਸਲਾ ਵੀ ਅਹਿਮ ਆ ਬੰਦੀ ਸਿੱਖਾਂ ਦਾ ਮਾਮਲਾ ਤੇ ਜੇਕਰ ਇਹਨੂੰ ਏਦਾਂ ਆਮ ਆਦਮੀ ਪਾਰਟੀ ਐਡਰੈਸ ਕਰ ਰਹੀ ਆ ਤਾਂ ਇਹਨੂੰ ਪੋਲੀਟੀਕਲੀ ਕਿੰਨਾ ਨੁਕਸਾਨ ਜਾਂ ਫਾਇਦਾ ਹੋਣ ਵਾਲਾ ਦਵਿੰਦਰਪੁਰ ਪੁੱਲਰ ਦਾ ਮਾਮਲਾ ਹੋਰ ਵੀ ਅਹਿਮ ਹੈ ਸਾਰੀ ਗਲਤ ਕਿਉਂ ਕਿ ਉਹਨਾਂ ਦੀ ਜਿਹੜੀ ਸਿਹਤ ਤੇ ਦੀ ਸਬਸਿਆ ਹੈ ਉਹ ਬਹੁਤ ਵੱਡੀ ਹੈ ਉਹ ਬੜੇ ਮੁੱਦਿਆਂ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਕੱਲ ਫਿਰ ਆਮ ਆਦਮੀ ਪਾਰਟੀ ਮੈਂ ਪਾਰਟੀ ਦੀ ਗੱਲ ਕਰੂੰਗਾ ਇੱਕ ਵਾਰੀ ਫਿਰ ਐਕਸਪੋਜ਼ ਹੋ ਗਈ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਤੇ ਪਾਰਟੀ ਕਹਿੰਦੀ ਰਹੀ ਹੈ ਵੀ ਇਹ ਮਸਲੇ ਅਸੀਂ ਹੱਲ ਕਰਾਵਾਂਗੇ ਸਿੱਖਾਂ ਦੇ ਸਾਰੇ ਔਰ ਇਹਨਾਂ ਦੀ ਮੇਜਰ ਸਪੋਰਟ ਜੀ ਆਪਾਂ ਪੰਜਾਬ ਦੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦੇਖੀ ਸਪੋਰਟ ਕਿ ਬੇਸ ਕਿਵੇਂ ਬਣਨਾ ਸ਼ੁਰੂ ਹੋਇਆ ਉਹ ਬੇਸਿਕਲੀ ਜਿਹੜਾ ਸਿੱਖ ਏਰੀਆ ਹੈ ਸਿੱਖ ਸਪੇਸ ਹੈ ਉਹਦੇ ਵਿੱਚ ਇਹਨਾਂ ਨੇ ਪੈਰ ਰੱਖਣਾ ਸ਼ੁਰੂ ਹੋਏ ਸੀ ਬਾਰੋਂ ਵੀ ਐਨਆਰਆਈ ਵੀ ਇੱਥੇ ਵੀ ਉਸ ਏਰੀਆ ਤੋਂ ਸ਼ੁਰੂ ਹੁੰਦਾ ਸਾਰਾ ਲੇਕਿਨ ਇਹ ਸਾਨੂੰ ਪਤਾ ਤਜਰਬਾ ਜਿਹੜਾ ਪਿਛਲਾ ਹੈ ਨਾ ਬਈ ਉਹ ਅਲਟੀਮੇਟਲੀ ਜਿਹੜੇ ਉਹ ਇਸ਼ੂਜ਼ ਹੈਗੇ ਆ ਉਹਨਾਂ ਨੂੰ ਇਹ ਸਿਆਸੀ ਪਾਰਟੀਆਂ ਰਿਸਪੌਂਡ ਕਰ ਹੀ ਨਹੀਂ ਸਕਦੇ ਜਿਹੜਾ ਪਾਵਰ ਚੁੱਕ ਦਿੰਦੀ ਹੁਣ ਵੀ ਉਹੀ ਹੈ ਹਰ ਪਾਰਟੀ ਦੀ ਇਹ ਸਮੱਸਿਆ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇਸ਼ੂਜ਼ ਬੜੇ ਵੱਡੇ ਹੈ ਜਦੋਂ اپੋਜੀਸ਼ਨਟ ਹੁੰਦੇ ਹੈ ਉਦੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹਿੰਦੇ ਹੈ ਜਦੋਂ ਪਾਵਰ 'ਚ ਆ ਜਾਂਦੇ ਹੈ ਤੇ ਸਾਰਿਆਂ ਦੀ ਫੰਕਸ਼ਨਿੰਗ ਸੇਮ ਹੋ ਜਾਂਦੀ ਹੈ ਅੱਜ ਦੀ ਤਰੀਕ ਮੈਂ ਪਹਿਲਾਂ ਵੀ ਇੱਕਦਣ ਗੱਲ ਕੀਤੀ ਸੀਗੀ ਮੈਨੂੰ ਇਹ ਸਰਕਾਰ ਪਿਛਲੀਆਂ ਦੋ ਸਰਕਾਰਾਂ ਤੋਂ ਅਲੱਗ ਨਹੀਂ ਲੱਗਦੀ ਜਦੋਂ ਆਪਾਂ ਇਸ਼ੂ ਵਾਈਜ਼ ਜਿਹੜੇ ਪੰਜਾਬ ਦੇ ਇਸ਼ੂਸ ਹੈ ਜਦੋਂ ਆਪਾਂ ਉਹਨਾਂ ਦੇ ਕੰਟੈਕਸਟ ਦੇ ਵਿੱਚ ਦੇਖੀਏ ਇਹ ਕਿਸੇ ਨੂੰ ਫ੍ਰੀ ਬਿਜਲੀ ਦੇ ਦੇਣੀ ਹੈ ਹੈਲਥ ਦੇ ਦੇਣੀ ਇਹ ਤਾਂ ਪਹਿਲਾਂ ਵੀ ਸਾਰਾ ਕੁਝ ਹੁੰਦਾ ਰਿਹਾ ਹੈ ਹੁਣ ਥੋੜੀ ਜਿਹੀ ਤੇਜ਼ੀ ਆ ਗਈ ਇਹਨਾਂ ਕੰਮਾਂ ਦੇ ਵਿੱਚ ਹੋਰ ਕੋਈ 97 ਤੋਂ ਦੇਖ ਰਹੇ ਜਿਹੜਾ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਸੀ ਉਸ ਵੇਲੇ ਬਹੁਤ ਵੱਡਾ ਸਟੈਪ ਸੀ ਉਹ ਤਾਂ ਬਿਨਾਂ ਮੰਗੇ ਹੀ ਦਿੱਤੀ ਸੀ ਔਰ ਹਿੰਦੁਸਤਾਨ ਨੇ ਕਰਵਾ ਜੀ ਨਹੀਂ ਸੀਗਾ ਅਕਾਲੀ ਤਾਂ ਫਿਰ ਵੀ ਹਾਰ ਕੇ ਸੀ 99 ਦੇ ਇਲੈਕਸ਼ਨ ਇਹ ਧਿਆਨ ਚ ਰੱਖਣਾ ਚਾਹੀਦਾ ਹੈ ਇਸ਼ੂਸ ਜਿਹੜਾ ਕ੍ਰਾਈਟੇਰੀਆ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਹੈ ਉਹ ਜਿਹੜੇ ਪੰਜਾਬ ਦੇ ਲਿਗੇਸੀ ਇਸ਼ੂਸ ਹੈ ਰਾ ਹਿਸਟੋਰੀਕਲ ਉੱਥੇ ਪਤਾ ਲੱਗਦਾ ਹੈ ਬੰਦੀਆਂ ਦਾ ਮਸਲਾ ਹਿਸਟੋਰੀਕਲ ਇਸ਼ੂ ਹੈ ਪੰਜਾਬ ਦਾ ਜੇ ਰੈਪੀਸ ਦੇ ਕਲਰ 12 ਸਾਲ ਦੀ ਸੜਾ ਕੱਟਣ ਤੋਂ ਬਾਅਦ ਰੀਲੀਜ਼ ਹੋ ਸਕਦੇ ਹੈ ਔਰ ਭਾਜੀਪੀ ਉਹਨਾਂ ਦਾ ਹਾਰਪਾ ਕੇ ਸਵਾਗਤ ਕਰਦੀ ਹੈ ਗੁਜਰਾਤ ਦੇ ਵਿੱਚ ਤੇ ਭਾਈ ਇਹ ਤਾਂ ਦਿਵਿੰਦਰ ਪਰਪਲ ਉਹਨ ਤੋਂ 27 ਸਾਲ ਹੋ ਗਏ ਇੱਥੇ ਕੀ ਸਮੱਸਿਆ ਹੈ ਇੱਥੇ ਨਾਂ ਦੇ ਨਾਲ ਲੱਗ ਜਾਂਦਾ ਵੀ ਟੈਰਰਿਸਟ ਬਈ ਰੈਪਿਡਸ ਤੋਂ ਟਰੈਸ ਵੱਡਾ ਕਿਲਰ ਤੇ ਰੈਪਿਡਸ ਤੋਂ ਹੁਣ ਕਹਿੰਦੇ ਵੀ ਟਰੈਸ ਦਾ ਜਾਣਾ ਖਤਰਾ ਹੈ ਅਸੀਂ ਇੱਥੇ ਕੜ ਗਏ ਰਹਾ ਕਿ ਇਹ ਇਨਸਾਫ ਕਿੱਥੇ ਆਵਾਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਦਿਵਿੰਦਰਪੁਰ ਪੁੱਲਰ ਦੀ ਰੀਲਿਜ਼ ਨੂੰ ਵਾਰ-ਵਾਰ اپੋਸ ਕਰ ਰਹੀ ਹੈ ਇਹ ਮਸਲਾ ਉਹਨਾਂ ਦੇ ਜਿਹੜਾ ਰਿਵਿਊ ਬੋਰਡ ਹੈ ਉਹਰੇ ਸਾਹਮਣੇ ਹੈ ਉਹਨਾਂ ਨੇ ਫੈਸਲਾ ਕਰਨਾ ਹੈ ਉਹਦਾ ਮਤਲਬ ਹੈ ਕਿ ਦਿੱਲੀ ਦਾ ਮੁਖਪਤਰੀ ਨੇ ਫੈਸਲਾ ਕਰਨਾ ਹੈ ਹੁਣ ਕਿਉਂ ਫੈਸਲਾ ਨਹੀਂ ਹੋ ਰਿਹਾ ਪਰ ਵੱਤਬੰਦੀ ਇਸ ਗੱਲ ਨੂੰ ਸਪਸ਼ਟ ਕਰਨਾ ਇਸ ਤੋਂ ਥੱਲੇ ਇਸ ਗੱਲ ਸਪਸ਼ਟ ਨਹੀਂ ਹੋ ਸਕਦੀ। ਔਰ ਇਹ ਇਹ ਵੀ ਵੱਡਾ ਸਵਾਲ ਹੈ ਕਿ ਆਖਰ ਜੇ ਫੈਸਲਾ ਨਹੀਂ ਲਿਆ ਜਾ ਰਿਹਾ ਤਾਂ ਕਿਹੜੀ ਧਿਰ ਨੂੰ ਖੁਸ਼ ਕਰਨ ਲਈ ਨਹੀਂ ਲਿਆ ਜਾ ਰਿਹਾ ਜੇ ਮੰਨ ਲਓ ਪੰਜਾਬ ਦੇ ਵਿੱਚ 13 ਸੀਟਾਂ ਦੇ ਨਜ਼ਰੀਏ ਤੋਂ ਹੀ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਦਵਾਰਾ ਖੰਦਾ ਇਹ ਸੀ ਕਿ ਇੱਥੋਂ ਹੀ ਹੋਪ ਹੈ ਇੱਥੋਂ ਉਮੀਦ ਹੈ ਕਿਉਂਕਿ ਦਿੱਲੀ ਦੀਆਂ ਸੱਤ ਤਾਂ ਆਈਆਂ ਹੀ ਨਹੀਂ 14 ਔਨਵਰਡ ਕਦੇ ਕਿੰਨੇ ਯਤਨ ਹੋਏ ਉਹ ਤਾਂ ਆਈਆਂ ਹੀ ਨਹੀਂ ਪੰਜਾਬ ਦੇ ਵਿੱਚੋਂ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਕਿਉਂਕਿ ਜਲੰਧਰ ਜਿੱਤੇ ਹੁਣ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਇਹਨਾਂ ਨੂੰ 20 ਜਿੱਤਣਾ ਨਹੀਂ ਹੈ ਇਹਨਾਂ ਨੂੰ ਵੀ ਦਾਤੇ ਲਾਉਣਾ ਹੈ ਤਾਂ ਫਿਰ ਕਿਹਨੂੰ ਪ੍ਰਾਪਤ ਕਰਨ ਲਈ ਇਹ ਦਾਤੇ ਲਾਈਆਂ ਜਾ ਰਹੀਆਂ ਨੇ ਇਹ ਇਹ ਸਿਆਸਤ ਦਾਤੇ ਲਾਈ ਜਾ ਰਹੀ ਹੈ ਇਹ ਆਮਦ ਇਹੋ ਜੀ ਪਹਿਲੀਆਂ ਵੀ ਜਿਹੜੀਆਂ ਰਾਸ਼ਟਰੀ ਪਾਰਟੀਆਂ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੀਆਂ ਨੇ ਕਿ ਪੰਜਾਬ ਦੀਆਂ 13 ਸੀਟਾਂ ਦੀ ਦੇ ਆਪਣਾ ਉੱਪਰ ਦੂਜੇ ਦਾਅ ਖੇਡੇ ਜਾਂਦੇ ਸਦਾ ਹਮੀਰ ਸਿੰਘ ਜੀ ਕਿਉਂਕਿ ਆਪਾਂ ਕਾਫੀ ਅੱਗੇ ਲੰਘ ਆਇਆ ਤੁਹਾਨੂੰ ਮੈਂ ਪੂਰੀ ਚਾਹੂੰਗਾ ਕਿ ਤੁਸੀਂ ਜਿਵੇਂ ਚਾਹੋ ਗੱਲ ਕਰ ਲਓ ਪਰ ਇੱਥੇ ਮੈਂ ਦੋ ਮਨੁੱਖਤੇ ਉਠਾ ਦਿੰਨਾ ਇੱਕ ਤਾਂ ਜਦੋਂ ਸੁਨੀਲ ਜਾਖੜ ਵਰਗਾ ਮਚਿਓਰਡ ਪੋਲਿਟੀਸ਼ੀਅਨ 60 40 ਦੇ ਅਨੁਪਾਤ ਨੂੰ ਪਾਣੀਆਂ ਨਾਲ ਜੋੜ ਰਿਹਾ ਹੁਣ 60 40 ਦਾ ਅਨੁਪਾਤ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਨਿਯੁਕਤੀਆਂ ਦੀ ਪ੍ਰਕਿਰਿਆ ਉਹਦੇ ਵਿੱਚ 60 40 ਦੇ ਅਨੁਪਾਤ ਵਿੱਚ ਜੇ ਇਸ ਵੇਲੇ ਪਾਣੀਆਂ ਦੀ ਗੱਲ ਕੀਤੀ ਜਾਊਗੀ ਤਾਂ ਪਾਣੀਆਂ ਦੇ ਮਾਲਕੀ ਹੱਕਾਂ ਦੀ ਗੱਲ ਤਾਂ ਪਿੱਛੇ ਚਲੇ ਜਾਓ ਸੋ ਜਿਹੜੀ ਸੁਨੀਲ ਜਾਖੜ ਗੱਲ ਕਰ ਰਿਹਾ ਉਹਨੂੰ ਆਮ ਆਦਮੀ ਪਾਰਟੀ ਦੇ ਬਲਾਰੇ ਮਾਲਵਿੰਦਰ ਸਿੰਘ ਕੰਗ ਉਹਨੂੰ ਖਾਰਜ ਨਹੀਂ ਕਰ ਰਹੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਕੀਤਾ ਕਿੰਨੇ ਜੋ ਤੁਸੀਂ ਜਿਹੜੇ ਪਾਣੀਆਂ ਦੀ ਮੰਤੀ ਦੱਸ ਰਹੇ ਹੋ ਇਹਦੇ ਵਿੱਚ ਤੁਸੀਂ ਟੈਕਨੀਕਲੀ ਝੋਲ ਵੀ ਦੱਸ ਰਹੇ ਸੀ ਮਾਮਲਾ ਇਸ ਕੱਲ ਦਾ ਹੈ ਕਿ ਅੱਜ ਗਟਕਰੀ ਸਾਹਿਬ ਨਿਤਿਨ ਗਟਕਰੀ ਦੇਸ਼ ਦੀ ਸਰਕਾਰ ਦੇ ਬਹੁਤ ਵੱਡੇ ਮੰਤਰੀ ਨੇ ਉਹਨਾਂ ਨੇ ਕੰਮ ਵੀ ਹਾਈਵੇਜ਼ ਦਾ ਬਹੁਤ ਕੀਤਾ ਉਹਨਾਂ ਦੇ ਨਾਲ ਅੱਜ ਮੁੱਖ ਮੰਤਰੀ ਬੈਠੇ ਸੀ ਉਹ ਵੀ ਪਾਣੀਆ ਦਾ ਭੋਗ ਪਾ ਰਿਆ ਜ਼ਿਕਰ ਕਰ ਰਿਹਾ ਮੈਨੂੰ ਇਹ ਦੋਨਾਂ ਚੀਜ਼ਾਂ ਨੂੰ ਦੱਸਿਓ ਕਿ ਇਹਨੂੰ ਸਮਝੀਏ ਕਿੱਦਾਂ ਇੰਨਾ ਉਲਝਣ ਇੰਨੀ ਕੰਪਲੈਕਸ ਸਥਿਤੀ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਪੰਜਾਬ ਦੇ ਆਮ ਲੋਕ ਇਸ ਫਿਊਚਰ ਤੋਂ ਕਿਵੇਂ ਨਿਕਲਣ ਇਸ ਤੋਂ ਪਹਿਲਾਂ ਮੈਂ ਦੋ ਲਾਈਨਾਂ ਦਾ ਜਿਹੜਾ ਪਹਿਲਾ ਵਾਲਾ ਇਸ਼ੂ ਹੈ ਬੰਦੀ ਸਿੰਘਾਂ ਵਾਲਾ ਉਹਦੀ ਗੱਲ ਕਰੂੰ ਕਿਉਂਕਿ ਜਥੇਦਾਰ ਅਕਾਲ ਤਖਤ ਦੀ ਹੁਕਮ ਤੇ ਉਹਦੇ ਕਹਿਣ ਤੇ ਉਹਦੀ ਡਾਇਰੈਕਸ਼ਨ ਤੇ ਇੱਕ ਕਮੇਟੀ ਬਣੀ ਸੀ ਉਹ ਕਮੇਟੀ ਬਣੀ ਸੀ ਸੰਗਰੂਰ 22 ਇਲੈਕਸ਼ਨ ਤਲੋਕ ਸਭਾ ਦੀ ਚੋਣ ਤੋਂ ਪਹਿਲਾਂ ਤੇ ਉਹ ਕਮੇਟੀ ਦਾ ਕੀ ਸਰੂਪ ਹੈ ਤੇ ਕਿੱਥੇ ਗਈ ਉਹ ਕੰਮ ਕਿਉਂ ਨਹੀਂ ਕਰਦੀ ਕੀ ਜਥੇਦਾਰ ਸਾਹਿਬ ਨੇ ਵਾਪਸ ਲੈ ਲਈ ਕੀ ਸ਼੍ਰੋਮਣੀ ਕਮੇਟੀ ਉਹ ਤੇ ਐਕਟ ਨਹੀਂ ਕਰ ਰਹੀ ਜਾਂ ਅਕਾਲੀ ਦਲ ਕਿੱਥੇ ਗਿਆ ਸੁਖਬੀਰ ਸਿੰਘ ਬਾਦਲ ਤੇ ਸਾਰੇ ਲੋਕ ਉਹਦੇ ਵਿੱਚ ਗਏ ਸੀ ਉਸ ਮਾਦਲੇ ਦੇ ਵਿੱਚ ਤੇ ਉਸ ਤੋਂ ਬਾਅਦ ਫੇਰ ਬੰਦੀ ਸਿੰਘਾਂ ਦੇ ਨਾਂ ਤੇ ਅਕਾਲੀ ਦਲ ਨੇ ਕਿਹਾ ਵੀ ਕੈਂਡੀਡੇਟ ਖੜਾ ਕਰ ਲਓ ਜੀ ਇੱਕ ਫਿਰ ਰਾਜਵਾਣਾਂ ਦੀ ਸਿਸਟਮ ਉਹਨੂੰ ਖੜਾ ਵੀ ਕਰਤਾ ਉਸ ਤੋਂ ਬਾਅਦ ਉਹਨੋਂ ਦੇ 25 ਲੱਖ ਨਸਕਰ ਤੋਰੇ ਫਿਰਦੇ ਨੇ ਇਹ ਇਹਦਾ ਮਤਲਬ ਕੀ ਹੈ ਡੰਗਟ ਪਾਈ ਹੈ ਜਾਂ ਕੋਈ ਸੀਰੀਅਸਨੈਸ ਹੈ ਕਿਸੇ ਬੰਦਿਆਂ ਦੇ ਮਾਮਲੇ ਦੇ ਵਿੱਚ ਇੰਡੀਆ-ਇੰਡੀਆ ਸੰਸਥਾਵਾਂ ਨੇ ਥੋੜ ਛੋਟੀਆਂ ਤਾਂ ਹੈ ਨਹੀਂ ਟਾਪ ਦੀਆਂ ਸੰਸਥਾਵਾਂ ਕੋਲ ਨੇ ਜਿਵੇਂ ਦਾ ਰਖਾਲ ਤੱਕ ਤਾਂ ਖਾਲੀਦ ਅਲ ਦਾ ਪ੍ਰਧਾਨ ਹੈ ਸਰੋਵਰਨਗੇ ਵੱਡੀ ਦਾ ਪ੍ਰਧਾਨ ਹੈ ਤਿੰਨ ਬੰਦਿਆਂ ਨੇ ਲੋਕਾਂ ਨੂੰ ਕਿਹਾ ਵੀ ਇਹ ਸਾਡਾ ਮੇਨ ਮੁੱਦਾ ਤੇ ਆਪਾਂ ਇਹਦੇ ਤੇ ਹੁਣ ਅੱਗੇ ਚੱਲਾਂਗੇ ਜੀ ਤੇ ਕਿ ਹੋਇਆ ਕਿਉਂ ਨਹੀਂ ਹੈ ਔਰ ਜੇ ਕੋਈ ਨਹੀਂ ਮੰਨਦਾ ਤੁਹਾਡੀ ਗੱਲ ਇੱਥੇ ਬਹੁਤ ਮੈਂ ਆਰਮ ਟ੍ਰੇਡ ਯੂਨੀਅਨਾਂ ਕਰਦੀਆਂ ਦੇਖੀਆਂ ਨੇ ਜਿਨ੍ਹਾਂ ਕੋਈ ਮੰਗ ਪੱਤਰ ਲੈਣ ਨਾ ਜਾਵੇ ਦਰਖਤਾਂ ਤੇ ਟੰਗ ਜਾਂਦੇ ਨੇ ਵੀ ਤੁਹਾਡਾ ਪਤਾ ਸਾਨੂੰ ਮੰਗ ਪੱਤਰ ਕਿ ਬਲ ਜਦ ਡੈਮੋਕ੍ਰੇਸੀ ਚ ਆਪੋ ਆਪਣੇ ਉਹਨੇ 25 ਲੱਖ ਸਿਗਨੇਚਰ ਆਪਣੇ ਆਪ ਤਾਂ ਰਿਹਾਨੀ ਕਰਾ ਦੇਣਗੇ ਤੁਸੀਂ ਜਾਓ ਹੋਮ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਦੇ ਨਹੀਂ ਬਿਆਨ ਦਿੰਦਾ ਉੱਥੇ 25 ਲੱਖ ਨੂੰ ਅੱਗ ਲਾਇਆ ਸਭ ਸਾਹਮਣੇ ਰੱਖ ਕੇ ਉਹਨਾਂ ਦੇ ਕਿ ਸਾਡੇ ਲੋਕਾਂ ਦੇ ਤਾਂ ਆ ਦਸਕਤ ਨੇ ਤੁਹਾਡੇ ਕੋਲ ਟਾਈਮ ਇਹ 25 ਲੱਖ ਦੀ ਗੱਲ ਸੁਣਨ ਲਈ ਨਹੀਂ ਦੀ ਹੈ ਤੇ ਆ ਪਿਆ ਜੀ ਕੋਈ ਐਕਸ਼ਨ ਤਾਂ ਦੇ ਦਿਓ ਨਾ ਇਹਦੇ ਨਾਲ ਤਾਂ ਗੇਲ ਨਹੀਂ ਜਾਂਦੇ ਬਾਕੀ ਚੀਜ਼ਾਂ ਨਹੀਂ ਆਪਦੇ ਕੰਮਾਂ ਜਾਂ ਨੂੰ ਅੱਗ ਲਾਉਣੀ ਹੈ ਕੋਈ ਮੁੱਦਾ ਤਾਂ ਬਣਾ ਦਿਓ ਕਿਸੇ ਤਰੀਕੇ ਦਾ ਜੇ ਕੁਝ ਵੀ ਨਹੀਂ ਕਰਨਾ ਉਦੋਂ ਬਾਅਦ ਆ ਇੱਕ ਮੋਰਚਾ ਇੱਥੇ ਲੱਗਿਆ ਹੋਇਆ ਬੰਦੀ ਸਿੰਘਾਂ ਦਾ ਉਦੋਂ ਤੋਂ ਲੈ ਕੇ ਉਹ ਵੀ ਟੁੱਟ ਟੁੱਟ ਫੁੱਟ ਗਿਆ ਇੱਕ ਅੱਧੇ ਕੋ ਉਧਰ ਹੋ ਗਏ ਅੱਧੇ ਕੋ ਉਧਰ ਹੋ ਗਏ ਪਤਾ ਨਹੀਂ ਕਿੱਥੇ ਗਿਆ ਤੇ ਮੋਰਚਾ ਹੁਣ ਆਖਰੀ ਦਮ ਜਾਂ ਨਿਕਲਿਆ ਪਿਆ ਜਿਵੇਂ ਇਸ ਤਰੀਕੇ ਦਾ ਦਿਖਾਈ ਦੇ ਰਿਹਾ ਉਸ 15 ਦੇ ਉੱਤੇ ਕਿ ਬੰਦੀ ਸਿੰਘਾਂ ਵੀ ਕੇਵਲ ਸਿਆਸਤ ਵਾਸਤੇ ਨੇ ਕੇਵਲ ਜਦੋਂ ਮੌਕਾ ਜਾ ਆਊਗਾ ਜਦੋਂ ਮੇਲੇ ਜਿਆ ਉਦੋਂ ਗੱਲ ਕਰ ਲੋ ਜਦ ਨਹੀਂ ਮੇਲੇ ਉਦੋਂ ਆਪਣਾ ਹੋਰ ਕੰਮ ਕਰਦੇ ਰਹੋ ਜਿਹੜਾ ਵੀ ਤਰੀਕਾ ਇਹ ਇਸ ਲਈ ਇੱਕ ਤਾਂ ਸੀਰੀਅਸ ਮੈਚ ਤੇ ਨੀਅਤ ਤੇ ਵੀ ਪ੍ਰੋਬਲਮ ਹੈ ਮੈਨੂੰ ਤਾਂ ਲੱਗਦਾ ਬਾਕੀ ਗੱਲਾਂ ਤਾਂ ਉਦੋਂ ਬਾਅਦ ਦੀਆਂ ਨੇ ਸਟਰੈਟਜੀ ਜੇਕਰ ਉਸ ਲੈਵਲ ਤੇ ਨਹੀਂ ਬਣਦੀ ਔਰ ਗਵਰਨਮੈਂਟ ਆਫ ਇੰਡੀਆ ਜੇਕਰ ਇਹਨਾਂ ਨੂੰ ਅਠ ਨਾਮ ਭੇਜਦੀ ਹੈ ਤੇ ਉਦੋਂ ਉਦੋਂ ਤੋਂ ਹੀ ਜੇ ਕੰਟੀਨਿਊਟੀ ਕੀਤੀ ਹੁੰਦੀ ਭਰੋਸੇ ਦੇ ਬਿਨਾਂ ਤਾਂ ਹੋਰ ਟਾਈਪ ਦੀ ਗੱਲ ਹੁੰਦੀ ਉਹ ਡਾਕੂਮੈਂਟ ਲੋਕਾਂ ਸਾਹਮਣੇ ਪੇਸ਼ ਕਰੋ ਉਹ ਚਿੱਠੀ ਕਿਤੇ ਆ ਲੋਕਾਂ ਨੂੰ ਦਿਖਾਓ ਮੀਡੀਆ ਨੂੰ ਆਲੇ ਦੁਆਲੇ ਕੁਝ ਗੱਲ ਕਰੋ ਤਾਂ ਜਾ ਕੇ ਕੁਝ ਹੋਊਗਾ ਨਾ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਅਗਲਾ ਸਵਾਲ ਜਿਹੜਾ ਇਹ ਹੈ ਸਾਡੇ ਸਾਹਮਣੇ ਆ ਰਿਹਾ ਹੈ ਐਸਬੀਐਲ ਦਾ ਜਬ ਪਾਣੀ ਆਂਦਾ ਓਵਰਆਲ ਮਾਮਲਾ ਕੇਵਲ ਐਸਬੀਐਲ ਦਾ ਸਵਾਲ ਹੈ ਔਰ ਜਿਹੜਾ ਸੰਦੀਪ ਪਾਠਕ ਨੇ ਕਿਹਾ ਹਰਿਆਣੇ ਦੇ ਵਿੱਚ ਜਾ ਕੇ ਬਿਲਕੁਲ ਪੰਜਾਬ ਤੋਂ ਡਿਮਾਂਡ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਨੇ ਵੀ ਕੀਤੀ ਹੈ ਸੁਨੀਲ ਜਾਖੜ ਨੇ ਵੀ ਕੀਤੀ ਹੈ ਕਿ ਤੁਸੀਂ ਰਾਜ ਸਭਾ ਦਾ ਐਮਪੀ ਲੋਕ ਸਭਾ ਦਾ ਐਮਪੀ ਫਿਰ ਵੀ ਇੱਕ ਹਲਕੇ ਦੀ ਮੇਨ ਰਿਪਰੈਜ਼ੈਂਟੇਸ਼ਨ ਕਰਦਾ ਹੈ ਰਾਜ ਸਭਾ ਦਾ ਐਮਪੀ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਹੈ ਸਾਰੀ ਸਟੇਟ ਚ ਉਹ ਆਪਦਾ ਫੰਡ ਵੀ ਸਾਰੀ ਸਟੇਟ ਚ ਕੋਲ ਦਾ ਔਰ ਉਹਨਾਂ ਬਿਹਫ ਆਫ ਸਟੇਟ ਉਹਨੇ ਗੱਲ ਕਰਨੀ ਹੈ ਜੇ ਤੁਹਾਡੇ ਦਿਮਾਗ ਦਾ ਹਿੱਸਾ ਪੰਜਾਬ ਨਾਲ ਇੰਨਾ ਵੀ ਜੁੜਿਆ ਹੋਇਆ ਐ इमोਸ਼ਨਲੀ ਜਾਂ ਲੌਜੀਕਲੀ ਜਾਂ ਹੱਕ ਦੇ ਤੌਰ ਤੇ ਤਾਂ ਮੇਰੇ ਖਿਆਲ ਆ ਮਾਰਲੀ ਕੋਈ ਰਾਈਟ ਨਹੀਂ ਐ ਬਿਲਕੁਲ ਉਹਨਾਂ ਦੀ ਗੱਲ ਬਾਜਬ ਐ ਸੰਦੀਪ ਪਾਟਕ ਨੂੰ ਪੰਜਾਬ ਦੀ ਤਰਫੋਂ ਪੰਜਾਬ ਦੀ ਰਾਜ ਸਭਾ ਦੇ ਵਿੱਚ ਇਸ ਤਾਂ ਨਾਲ ਜਾਣ ਦੀ ਜਿਹੜੇ ਜਿਹੜੀ ਇੱਕ ਡਿਮਾਂਡ ਵੱਧ ਰਹੀ ਐ ਔਰ ਇਹ ਡਿਮਾਂਡ ਉਸ ਲੈਵਲ ਤੇ ਉੱਠ ਰਹੀ ਐ ਜਿਹੜੀ ਦੂਜੀ ਗੱਲ ਦੂਜੀ ਗੱਲ ਇਹ ਐ ਕਿ ਜਦੋਂ ਸੁਨੀਲ ਜਾਖੜ ਇੱਕ ਗੱਲ ਚੰਗੀ ਕਹਿੰਦੇ ਨੇ ਉਹ ਜਿਹੜਾ ਮੁਕਾਬਲਤਨ ਉਹ ਕਹਿੰਦੇ ਮੈਂ ਕੋਸ਼ਿਸ਼ ਕਰੂੰਗਾ ਇੱਕ ਤਰੀਕ ਤੋਂ ਪਹਿਲਾਂ-ਪਹਿਲਾਂ ਜਿੱਥੇ ਬਹਿਸ ਨਹੀਂ ਹੋਏਗੀ ਸਾਰੇ ਪੋਲਿਟਿਕਲ ਸਾਰੇ ਇੰਟੈਲੈਕਚੁਅਲ ਸਾਰੇ ਕਿਸਾਨ ਜਥੇਬੰਦੀਆਂ ਸਟੇਕਹੋਲਡਰ ਜਿੱਦੀ ਇੱਕ ਕਾਨਫਰੰਸ ਬੁਲਾ ਕੇ ਇੱਕ ਸਾਂਝੀ رائے ਬਣਾਈ ਜਾਏ ਤਾਂ ਕਿ ਉਹ رائے ਤੇ ਅੱਗੇ ਚੱਲਿਆ ਜਾਏ ਜਿਹੜੀ ਗੱਲ ਵਾਰ-ਵਾਰ ਅਸੀਂ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਰਿਹਾ ਕਿ ਆਲ ਪਾਰਟੀ ਮੀਟਿੰਗ ਸਟੇਕਹੋਲਡਰ ਜਨੂੰ ਬਣਾਓ ਗੱਲ ਸੁਣ ਲਓ ਫਿਊਚਰ ਚ ਕਰਨਾ ਕੀ ਹੈ ਇਹਦੇ ਤੇ ਘੱਟੋ-ਘੱਟ ਸਟੈਂਡ ਲੈ ਲਓ ਪਹਿਲਾ ਤਾਂ ਸਭ ਦਾ ਪਤਾ ਹੀ ਆ ਜੋ ਚੀਜ਼ਾਂ ਕਰਦੇ ਆਏ ਹੋ ਤੁਹਾਡੀ ਹਿਸਟਰੀ ਵੱਢ ਰਹੀ ਹੈ ਬਾਕੀਆਂ ਦੀ ਬਣੀ ਹੋਈ ਹੈ ਏਦੋਂ ਪਹਿਲਾਂ ਤੁਹਾਡੀ ਵੀ ਉਹ ਤੋਂ ਅਲੱਗ ਨਹੀਂ ਹੈ ਕੋਈ ਉਹੀ ਹਿਸਟਰੀ ਉਹੀ ਪੈਰ ਚ ਪੈਰ ਧੜੀ ਜਾ ਰਹੀ ਹੈ ਕੋਈ ਨਵੀਂ ਹਿਸਟਰੀ ਤਾਂ ਨਹੀਂ ਪੈਦਾ ਹੋ ਰਹੀ ਮੈਨੂੰ ਨਹੀਂ ਲੱਗਦਾ ਨਵੀਂ ਹੋ ਰਹੀ ਹੈ ਕੋਈ ਜਾਂ ਤਾਂ ਕੋਈ ਕ੍ਰਾਂਤੀ ਆ ਰਹੀ ਹੈ ਜਿਹੜੀਆਂ ਕ੍ਰਾਂਤੀਆਂ ਤੁਹਾਡੀ ਆਪਣੀਆਂ ਸਿੱਖਿਆ ਚ ਸਿਹਤ ਚ ਜਿਹੋ ਜਿਹਾ ਆ ਰਹੀਆਂ ਨੇ ਉਹ ਵੀ ਸਭ ਦੇ ਸਾਹਮਣੇ ਨੇ ਆਹ ਤਾਂ ਵੱਡੇ ਮੁੱਦੇ ਨੇ ਔਰ ਪਰ ਦੂਜੀ ਗੱਲ ਤੁਸੀਂ ਉੱਤੇ ਕਹੋਗੇ ਕਿ ਤੁਹਾਡੀ ਅਪਰੋਚ ਕੀ ਹੈ ਤੁਹਾਡੀ ਅਪਰੋਚ ਉਹ ਹੈ ਜਾਖੜ ਸਾਹਿਬ ਕਹਿ ਰਹੇ ਨੇ ਕਿ 60 40 ਦੀ ਰੇਸੋ ਤੇ ਸਾਰੀਆਂ ਚੀਜ਼ਾਂ ਬਣੀਆਂ ਗਈਆਂ ਸੀ ਜ਼ਮੀਨ ਸੰਦ ਸੰਦੇਣਾ ਮੁਨਾਜਮ ਸਭ ਕੁਝ ਪਾਣੀ ਵੀ 7 60 40 ਦੀ ਰੇਸੋ ਤੇ ਬਣਿਆ ਜਾਣਾ ਚਾਹੀਦਾ ਸੀ ਜਮਨਾ ਦਾ ਵੀ ਵਿੱਚ ਮਲਾ ਲੈਂਦੇ ਔਰ ਉਹਨਾਂ ਨੇ ਇੱਕ ਡਾਟਾ ਇਹ ਦਿੱਤਾ ਕਿ ਹੁਣ ਅੱਜ ਦੀ ਤਾਰੀਖ ਦੇ ਵਿੱਚ ਇਹਨਾਂ ਦਰਿਆਵਾਂ ਤੋਂ ਪੰਜਾਬ ਨੂੰ ਜਿਹੜਾ ਪਾਣੀ ਮਿਲਦਾ ਉਹ ਘੱਟ ਮਿਲਦਾ ਹਰਿਆਣੇ ਨਾਲੋਂ 13.3 ਐਮਐਫ ਹਰਿਆਣੇ ਨੂੰ ਮਿਲਦਾ ਪੰਜਾਬ ਨੂੰ 12.48 ਮਿਲਦਾ ਜੀ ਘੱਟ ਮਿਲਦਾ ਇਹ ਡਾਟਾ ਹੈ ਇਹ ਡਾਟਾ ਮੇਰੇ ਖਿਆਲ ਲੈ ਬਹੁਤ ਲੋਕਾਂ ਸਾਹਮਣੇ ਪਿਆ ਹੈ बार-बार ਆਉਂਦਾ ਹੈ ਤੇ ਉਹ ਅਲੱਗ ਗੱਲ ਹੈ ਪਰ ਕੀ ਤੁਸੀਂ ਪ੍ਰਿੰਸੀਪਲ ਡਿਸਟਾਰਡ ਲੈ ਜਾ ਰਹੇ ਹੋ ਜਾਂ ਇਸ ਗੱਲ ਤੇ ਜਾ ਰਹੇ ਹੋ ਪ੍ਰਿੰਸੀਪਲੀ ਇੰਟਰਨੈਸ਼ਨਲ ਜਿਹੜਾ ਪ੍ਰਿੰਸੀਪਲ ਨੇ ਤੇ ਸਾਡਾ ਕਨਸਟੀਟਿਊਸ਼ਨ ਹੈ ਪਾਣੀ ਵੰਡਣ ਉਯੋਗ ਅਸਾਸਾ ਨਹੀਂ ਹੈ ਇੰਨਾ ਹੀ ਵੱਡਿਆ ਜਾ ਸਕਦਾ ਪਾਣੀ ਦੇ ਧਰਤੀ ਨਾਲ ਮੈਚ ਸਾਡੇ ਕੋਈ ਲਾ ਨਹੀਂ ਸਾਡੇ ਕੰਟਰੀ ਦੇ ਵਿੱਚ ਅਜੇ ਤੱਕ ਕੋਸ ਲੈਵਲ ਦੇ ਪਾਣੀ ਵੰਡਣ ਜੋਗ ਕੇਵਲ ਉਥੇ ਹੈ ਜਿੱਥੇ ਰਪੇਰੀਅਨ ਜਿੱਥੇ ਤੁਸੀਂ ਜਾਂ ਬੇਸਨ ਜਾਂ ਰਪੇਰੀਅਨ ਜਿਹੜਾ ਅੰਤਰਰਾਜੀ ਮਤਲਬ ਰਿਵਰ ਨੇ ਉਥੇ ਤੁਸੀਂ ਟ੍ਰਿਬਿਊਨਲ ਬਣਾ ਦਿੰਨੇ ਉਹ ਵੰਡਣ ਦੇ ਵਾਸਤੇ ਬਾਕੀ ਜਗ੍ਹਾ ਨਹੀਂ ਇਹੀ ਰੀਜ ਹੈ ਕਿ 85 ਤੱਕ ਸਾਡੇ ਟ੍ਰਿਬਿਊਨਲਾਂ ਦੀ ਬਣਿਆ ਸਾਰੇ ਟ੍ਰਿਬਿਊਨਲਾਂ ਦਾ ਤੁਸੀਂ ਚੱਕ ਕੇ ਦੇਖ ਲਓ ਜੱਜਮੈਂਟਾਂ ਉਹ ਰਪੇਰੀਅਨ ਨੂੰ ਕਿਵੇਂ ਲੈਂਦੇ ਨੇ ਤੇ ਬੇਸਨ ਨੂੰ ਕਿਵੇਂ ਲੈਂਦੇ ਸਾਰੀਆਂ ਜੱਜਮੈਂਟਾਂ ਉਹ ਤੇ ਬੇਸਨ ਚਾਹੇ ਨਰਮਦਾ ਕਮੇਰੀ ਹੈ ਕ੍ਰਿਸ਼ਨ ਹੈ ਖੁਦਾਬਰੀ ਹੈ ਜਿੰਮਿਆ ਤਾਂ ਵੀ ਟ੍ਰਿਬਿਊਨਲ ਦਾ ਜੱਜਮੈਂਟ ਆਇਆ ਨੇ ਉਸ ਪਾਸੇ ਵੱਲ ਨੇ ਰੌਲਾ ਪੰਪਾਣੀ ਦੀ ਓਨਰਸ਼ਿਪ ਦਾ ਕੁਐਸਚਨ ਹੈ ਹਰ ਗੱਲ ਦੁਨੀਆ 'ਚ ਜਸਟਿਸ ਉਦੋਂ ਹੁੰਦਾ ਜਦੋਂ ਪਹਿਲਾਂ ਓਨਰਸ਼ਿਪ ਡਿਸਾਈਡ ਹੋ ਜਾਂਦੀ ਹੈ ਜਸਟੇਟ ਤੈਅ ਕਰ ਲੈ ਕੋਈ ਲਾਹ ਬਣਾ ਦੇ ਕਿ ਪਾਣੀ ਨੇਚਰਲ ਹੈ ਜੀ ਇਹ ਤਾਂ ਸਟੇਟ ਮਤਲਬ ਪੂਰਾ ਸਭ ਦਾ ਹੀ ਹੋਊਗਾ ਸਾਂਝਾ ਇਹ ਮਨੁੱਖਤਾ ਦਾ ਹੁੰਦਾ ਹੈ ਇਹ ਕਿਸੇ ਦੇ ਖੇਤਰ ਦਾ ਨਹੀਂ ਹੁੰਦਾ ਕਿਸੇ ਦਾ ਨਹੀਂ ਹੁੰਦਾ ਫਿਰ ਸਭ ਤੇ ਸਭ ਲਾਗੂ ਕਰ ਦਿਓ ਇੱਥੇ ਜਿੱਥੇ ਸਾਡੇ ਲਾਅ ਐ ਲਾਅ ਇਹ ਐ ਕਿ ਉਹਦੇ ਨਾਲ ਜੁੜੀ ਹੋਈ ਚੀਜ਼ ਐ ਜੇ ਓਨਰਸ਼ਿਪ ਜੇ ਮਾਲਕੀ ਤੈਅ ਨਹੀਂ ਹੁੰਦੀ ਉਦੋਂ ਬਾਅਦ ਡਿਵੀਜ਼ਨ ਕਿਵੇਂ ਤੈਅ ਹੋ ਜੇਗੀ ਕਿਹੜਾ ਕਿਹੜਾ ਔਸੂਲ ਐ ਜਿਹੜਾ ਡਿਵੀਜ਼ਨ ਤੈਅ ਕਰੋ ਕੀ ਅੱਜ ਤੁਸੀਂ ਇਹ ਕਹਿ ਰਹੇ ਹੋ ਵੀ ਸਾਰੇ ਹੀ ਮਾਲਕ ਨੇ ਰਾਜਸਥਾਨ ਵੀ ਹਰਿਆਣਾ ਵੀ ਤੁਸੀਂ ਵੀ ਜਾਂ ਤਾਂ ਇਹ ਡਿਸਾਈਡ ਕਰ ਦੋਵੇ ਤਿੰਨੇ ਓਨਰ ਨੇ ਤਿੰਨੇ ਮਾਲਕ ਨੇ ਠੀਕ ਐ ਫਿਰ ਚਾਹ 640 ਹੋਵੇ ਜਿਹੜਾ 40 ਹੋਵੇ ਜਿਹੜਾ ਮਰਜ਼ੀ ਗੱਲ ਕਰਿਓ ਤੇ ਅਸੀਂ ਆਪ ਉਧਰ ਨੂੰ ਕਿੱਧਰ ਨੂੰ ਜਾ ਰਹੇ ਹਾਂ ਲੈ ਕੇ ਮੇਰੇ ਖਿਆਲ ਐ ਜਿਹੜੀ ਗੱਲ ਇਹ ਲੌਜੀਕ ਹੁੰਦਾ ਇੱਕ ਸੈਕੰਡਰੀ ਲੌਜੀਕ ਹੁੰਦਾ ਵੀ ਭਾਈ ਦੇਖੋ ਸਾਡੇ ਨਾਲ ਤਾਂ ਹੋਇਆ ਧੱਕਾ ਮਾਲਕੀ ਤੈ ਨਹੀਂ ਹੋਈ ਜੇ ਮਾਲਕੀ ਤੈ ਨਹੀਂ ਹੋਈ ਤੁਸੀਂ ਦੇਖੋ ਤੁਸੀਂ 4.52 ਐਮਐਫ ਜਮਨਾ ਦਾ ਕਿਵੇਂ ਰੱਖ ਲਿਆ ਨਾ ਅਸੀਂ ਇਤਰਾਜ਼ ਕੀਤਾ ਨਾ ਕਿਸੇ ਨੇ ਕੀਤਾ ਤੁਹਾਡੇ ਕੋਲ ਆ ਰਿਆ ਸੀ ਨਾ ਅਸੀਂ ਵੀ ਛੜਤਾ ਤੇ ਤੁਸੀਂ ਵੀ ਰੱਖ ਲਿਆ ਜੇ ਤੁਸੀਂ ਐਂ ਚਾਹੁੰਦੇ ਹੋ ਵੀ ਸਾਡੇ ਨਾਲ ਮਿਲ ਕੇ ਭਾਈਵੰਦੀ ਦੇ ਤੌਰ ਤੇ ਕਰਨਾ ਤਾਂ ਉਹ ਵੀ ਵਿੱਚ ਕਿਉਂ ਨਹੀਂ ਮਲਾ ਲੈਂਦੇ ਆਪਾਂ ਇਹ ਹੁੰਦਾ ਇੱਕ ਦਲੀਲ ਘੜਨ ਲਈ ਵੈਸੇ ਜਦੋਂ ਆਪਾਂ 네ਗੋਸ਼ੀਏਸ਼ਨ ਟੇਬਲ ਤੇ ਬੈਠਦੇ ਆ ਵੈਸੇ ਗੱਲ ਕਰਨ ਲਈ ਇਹ ਕੋਈ ਇਸ ਗੱਲ ਲਈ ਨਹੀਂ ਹੁੰਦੀ ਕਿ ਤੁਸੀਂ ਪਹਿਲਾਂ ਪ੍ਰਿੰਸੀਪਲ ਇਹ ਬਣਾਓ ਜਦੋਂ ਪ੍ਰਿੰਸੀਪਲ ਇਹ ਬਣਾ ਕੇ ਚੱਲ ਜਊਂਗੇ ਤਾਂ ਇੱਕ ਹੋਰ ਲੈਵਲ ਦੀ ਗੱਲ ਹੁੰਦੀ ਹੈ ਅਗਲੀ ਗੱਲ ਨਿਤਨ ਘਟਕੜੀ ਦੀ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਕਹਿੰਦੇ ਬਾਦਲ ਸਾਹਿਬ ਮੇਰੇ ਕੋਲ ਆਏ ਸੀ ਮੈਂ 2500 ਕਰੋੜ ਰੁਪਇਆ ਦਿੱਤਾ ਸੀ ਕੈਨਲਾਈਜੇਸ਼ਨ ਦਾ ਜਿਹੜਾ ਹੁਣ ਬਣ ਰਿਹਾ ਨਹਿਰਾ ਪੱਕੀਆਂ ਹੋ ਰਹੀਆਂ ਨੇ ਸ਼ਾਇਦ ਘਟਕੜੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਉਹਨਾਂ ਹੀ ਨਹਿਰਾ ਤੇ ਲਗਾਤਾਰ ਇੱਕ ਮੋਰਚਾ ਲੱਗਿਆ ਰਿਹਾ ਹੈ ਕਿ ਪੱਕੀਆਂ ਕਰਨ ਦੇ ਖਿਲਾਫ ਉਹ ਜਿਹੜੀ ਸੇਮ ਸੀ ਉਦੋਂ ਉਦੋਂ ਜਿਹੜੀ ਵੱਡੇ ਰਕ ਵਿੱਚ ਸੇਮ ਸੀ ਸੇਮ ਚਲੀ ਗਈ ਹੈ ਪਾਣੀ ਬਹੁ ਡੂੰਗਾ ਵਗ ਗਿਆ ਉਹ ਬਹੁਤ ਥੋੜਾ ਰਹਿ ਗਿਆ ਜਦੋਂ ਦੀ ਤੁਸੀਂ ਗੱਲਾਂ ਕਰਦੇ ਹੋ ਚੀਜ਼ਾਂ ਬਦਲ ਗਈਆਂ ਨੇ ਪੰਜਾਬ ਦੇ ਵਿੱਚ ਧਰਨੇ ਲੱਗੇ ਹੋਏ ਨੇ ਕਿ ਇਹਨੂੰ ਪੱਕੀ ਕਿਉਂ ਕਰਦੇ ਜਿਹੜਾ ਰੀਚਾਰਜ ਮਾੜਾ ਮੋਟਾ ਹੋ ਜਾਂਦਾ ਏਟਲੇ ਪਾਸੇ ਕੱਚੇ ਨਾਲ ਹੋਣ ਦਿਓ ਨੇਚਰਲ ਉਹਨੂੰ ਨਾ ਰੋਕੋ ਘਟੋ ਘਟ ਤੇ ਸਾਡੇ ਚੀਫ ਮਿਨਿਸਟਰ ਸਭ ਨੇੜੇ ਬੈਠੇ ਨੇ ਤੇ ਅੱਜ ਤੱਕ ਕੋਈ ਟਿੱਪਣੀ ਮੈਂ ਨਹੀਂ ਉਸ ਤੋਂ ਬਾਅਦ ਸੁਣੀ ਉਹਨਾਂ ਦੀ ਅੱਜ ਤੱਕ ਨਹੀਂ ਮਤਲਬ ਉਸ ਤੋਂ ਬਾਅਦ ਆ ਚਾਰ ਪੰਜ ਘੰਟੇ ਜਿਹੜੇ ਗੁਜ਼ਰੇ ਅਗੇ ਉਹ ਕਹਿੰਦੇ ਉਹਨਾਂ ਨੂੰ ਪਾਣੀ ਦੇਖੋ ਜੀ ਚੰਗਾ ਗਿਆ ਕੇਵਲ ਰਾਜਸਥਾਨ ਨੂੰ ਤਾਂ ਫਾਇਦਾ ਹੋ ਹੀ ਗਿਆ ਤੁਹਾਨੂੰ ਫਾਇਦਾ ਹੋ ਗਿਆ ਕਿ ਤੁਹਾਡੀ ਸੇਮ ਚੱਕੀ ਜਾਊਗੀ ਇਹ ਲਾਜਿਕ ਦਿੱਤਾ ਸਾਡੇ ਸਾਹਮਣੇ ਤੇ ਸਾਡੇ ਅਗਲਾ ਕਹਿੰਦਾ ਵੀ ਸਾਡਾ ਤਾਂ ਪਾਣੀ ਭਾਈ ਪਹਿਲੇ ਹੀ ਕਿਹਾ 153 ਦੇ ਵਿੱਚੋਂ 117 ਬਲਾਕ ਚਲੇ ਗਏ ਨੇ ਬਿਲਕੁਲੀ ਸਾਡੇ ਤਾਂ ਮਤਲਬ ਹੀਠਾ ਪਾਣੀ ਉਸ ਪੱਧਰ ਦੇ ਉੱਤੇ ਉਹ ਜਿਹੜਾ ਸੇਮ ਸੂਮ ਵਾਲਾ ਕੰਮ ਜਿਹੜਾ ਮੁਕਸਰ ਤੋਂ ਲੈ ਕੇ ਉੱਥੇ ਤੱਕ ਸੀ ਕੀਤਾ ਹੀ ਨਹੀਂ ਹੁਣ ਉਹ ਫਾਜ਼ਲ ਕਰਦੇ ਮਾਰੇ ਜੇ ਥੋੜੇ ਜਿਹੇ ਹਿੱਸੇ ਦੇ ਵਿੱਚ ਇੱਕ ਦਿਖਾਈ ਦਿੰਦਾ ਉਹ ਵੀ ਨਹੀਂ ਰਹਿਣਾ ਕਿਉਂਕਿ ਉਸ ਤੋਂ ਬਾਅਦ ਕਿਸੇ ਵੀ ਰੂਪ ਦੇ ਵਿੱਚ ਇਸ ਲਈ ਕਿਤਾ ਉਹ ਗੱਲ ਜਿਹੜੀ ਗੱਡ ਕਰੀ ਸਾ ਫਿਰ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਉਹ ਕਹਿ ਕੇ ਗਏ ਨੇ ਉਹ ਬਾਜਬ ਗੱਲ ਵੀ ਹੋ ਸਕਦੀ ਹੈ ਕੋਈ ਗੱਲ ਨਹੀਂ ਕਿ ਵਾਟਰ ਮੈਨੇਜਮੈਂਟ ਕਰੋ ਜੀ ਮੈਂ ਜਿਵੇਂ 60 ਏਕੜ ਦੀ ਖੇਤੀ ਕਰਦਾ ਮੈਂ ਜਿਵੇਂ ਤਿੰਨ ਗੰਨਾ ਮਿਲਾਂ ਚਲਾਉਂਦਾ ਇੱਕ ਤਾਂ ਮੰਤਰੀ ਸਾਹਿਬ ਇਹ ਦੇਖ ਗਏ ਉਹ ਕਾਰੋਬਾਰੀ ਵੱਡੇ ਨੇ ਐਸੀ ਗੱਲ ਨਹੀਂ ਹੈ ਸਾਰੇ ਚ ਮਤਲਬ ਬੰਦਿਆਂ ਨੂੰ ਕਾਰੋਬਾਰ ਚ ਆਉਣਾ ਚਾਹੀਦਾ ਸੀ ਬਲਕਿ ਸੁਖਬੀਰ ਬਾਦਲ ਨੂੰ ਕਹੀ ਜਾਂਦੇ ਆ ਫਲਾਣੇ ਨੂੰ ਸਾਰੇ ਕਾਰੋਬਾਰੀ ਅੱਜ ਕੱਲ ਪੋਲਿਟਿਕਸ ਦੇ ਵਿੱਚ ਨੇ ਤੇ ਉਹ ਅੱਗੇ ਸਦਾ ਵੀ ਦਿੰਦੇ ਨੇ ਬਾਕੀ ਬੰਦਿਆਂ ਨੂੰ ਵੀ ਐ ਐ ਪਾਣੀ ਚਲਾਓ ਮੈਸੂਰਜੀ ਊਰਜਾ ਨਾਲ ਤਿੰਨ ਮੋਟਰਾਂ ਚਲਾਉਣਾ ਆਪਦੀਆਂ ਤਿੰਨੇ ਸੰਜ ਦੰਦੀਆਂ ਨੇ 24 ਘੰਟੇ ਆਉਂਦਾ ਹੈ ਬਿਲਕੁਲ ਜੀ ਇਹ ਵੀ ਗੱਲਾਂ ਠੀਕ ਨੇ ਕੋਈ ਪੈਕੇਜ ਦੇ ਦਿਓ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਵਾਸਤੇ ਪੰਜਾਬ ਡਾਈਵਰਸੀਫਾਈ ਹੋ ਜਾਏਗਾ ਤਾਂ ਉਹਦੇ ਦਾ ਪਾਣੀ ਦਾ ਝੰਝਟੀ ਅੰਦਾ ਹੱਲ ਹੋ ਜਾਊਗਾ ਤੁਸੀਂ ਗਵਰਨਮੈਂਟ ਆਫ ਇੰਡੀਆ ਤੋਂ ਆਏ ਹੋ ਤਾਂ ਇਹ ੜਬਾਂ ਸਾਡੇ ਚੀਫ ਮਿਨਿਸਟਰ ਕਰ ਸਕਦੇ ਨੇ ਮੌਕੇ ਤੇ ਬੈਠੇ ਵੀ ਤੁਹਾਡੀ ਗੱਲ ਵੀ ਠੀਕ ਹੈ ਜੀ ਮੈਂ ਸੁਣ ਲਈ ਪਰ ਪੰਜਾਬ ਦਾ ਮਾਮਲਾ ਪੰਜਾਬ ਨੇ ਤੁਹਾਡਾ ਢਿੱਡ ਭਰਿਆ ਹੈ ਝੋਨੇ ਦੇ ਤੌਰ ਤੇ ਝੋਨਾ ਸਾਡੀ ਕੁਦਰਤੀ ਫਸਲ ਨਹੀਂ ਹੈ ਅਸੀਂ ਡਾਇਵਰਸੀਫਿਕੇਸ਼ਨ ਲਈ ਪੇਟ ਰਹੇ ਹਾਂ 30 ਸਾਲ ਤੋਂ ਤੁਸੀਂ ਸਾਡੀ ਬਾਹ ਨਹੀਂ ਫੜ ਰਹੇ ਤੇ ਉਹ ਸਪੈਸ਼ਲ ਪੈਕੇਜ ਦੇ ਦਿਓ ਤਾਂ ਕਿ ਅਸੀਂ ਉਧਰ ਚਲੇ ਜਾਈਏ ਤੁਹਾਡੀ ਵੀ ਰਹਿ ਜਾਊਗੀ ਗੱਲ ਤੇ ਸਾਡੀ ਵੀ ਜਿਹੜੇ ਬੇਸਿਕ ਕੁਐਸਚਨ ਨੇ ਵਾਟਰ ਮੈਨੇਜਮੈਂਟ ਨਾਲ ਸੰਬੰਧਿਤ ਵੀ ਔਰ ਵੱਡਾ ਪਾਣੀ ਕਿਵੇਂ ਰੁਕਣਾ ਹੈ ਵੱਡੇ ਪਾਣੀ ਦੇ ਜਿਹੜੇ ਬਚਤਾ ਕਿੱਥੋਂ ਹੋਣੀਆਂ ਨੇ ਉਹਨੂੰ ਛੱਡ ਕੇ ਜਦੋਂ ਅਸੀਂ ਬਾਅਦ ਛੋਟਾ ਛੋਟੀ ਗੱਲ ਕਰਦਾ ਟੂਟੀ ਖੁੱਲੀ ਰਹਿ ਜਾਂਦੀ ਹੈ ਪਾਣੀ 2 ਘੰਟੇ ਵੱਧ ਚੱਲ ਜਾਂਦਾ ਮੈਂ ਨਹੀਂ ਕਹਿੰਦਾ ਉਹ ਚੱਲੇ ਜਾਂ ਖੁੱਲੀਆਂ ਰਹੇ ਟੂਟੀਆਂ ਪਰ ਜਿਵੇਂ ਕਹਿੰਦੇ ਨੇ ਬੰਦਾ ਜੋੜੇ ਪਲੀ ਪਲੀ ਰਾਮ ਰੋੜਾਵੇ ਕੁੱਪਾ ਪ੍ਰਿੰਸੀਪਲ ਜਿਹੜੇ ਹੁੰਦੇ ਨੇ ਤੁਹਾਡੇ ਕੁੱਪਾ ਰੋੜ ਦਿੰਦੇ ਨੇ ਉਹ ਜਿਹੜੀ ਤੁਪਕਾ ਤੁਪਕਾ ਪ੍ਰਣਾਲੀ ਨਾਲ ਤੁਹਾਡੇ ਕੋਲ ਕੰਦੇ ਭਰਦਾ ਨਾ 24 ਘੰਟਿਆਂ ਚ ਕੇਨ ਉਹ ਇੱਕ ਸਕਿੰਟ ਚ ਜਾਂਦਾ ਸਰਕਾਰਾਂ ਪਾਲਿਸੀ ਬੇਕਿੰਗ ਦਾ ਬੇਸਿਕ ਕੰਮ ਕਰਦੀਆਂ ਨੇ ਤੇ ਉਧਰ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਔਰ ਜਿਹੜੀ ਇਹ ਵੀ ਉਹਨੂੰ ਜਾਖੜ ਸਾਹਿਬ ਨੂੰ ਰਵੱਟ ਕਰ ਰਹੇ ਨੇ ਇਹ ਵੀ ਇਹ ਕਹਿ ਰਹੇ ਨੇ ਵੀ ਦੇਖੋ ਜੀ ਜਾਖੜ ਸਾਹਿਬ ਕੀ ਕਰ ਰਹੇ ਨੇ ਤੁਸੀਂ ਆਪਣਾ ਦੇਖੋ ਕਿਐਸੀ ਚ ਕੀ ਨਾ ਦਿੱਤਾ ਸੀ 72 ਚ ਕੀ ਨੇ ਦਿੱਤਾ ਸੀ ਉਦੋਂ ਤੁਸੀਂ ਕਾਂਗਰਸ ਸੀ ਬਾਕੀ ਨੇ ਕੀ ਕੀਤਾ ਸੀ ਕੀ ਨਾ ਕੀ ਨਹੀਂ ਦਿੱਤਾ ਸੀ ਬਿਲਕੁਲ ਇਹ ਬਲੇਮ ਗੇਮ ਸਭ ਨੂੰ ਪਤਾ ਹੈ ਪੰਜਾਬੀਆਂ ਨੂੰ ਪਤਾ ਵੀ ਸਾਰੀਆਂ ਪਾਰਟੀਆਂ ਦਾ ਕਰਦਾਰ ਸੀ ਤਾਂ ਇੱਥੇ ਤੱਕ ਪਹੁੰਚੇ ਆ ਪਾਣੀ ਤੇ ਪ੍ਰੋਪਰ ਸਟੈਂਡ ਨਹੀਂ ਰਿਆ ਗਿਆ ਹੁਣ ਅੱਗੇ ਕਿਵੇਂ ਕਰਨਾ ਹੈ ਇਹਦੇ ਸਿਰ ਜੋੜ ਕੇ ਬੈਠ ਜੋ ਉਹਨਾਂ ਹੀ ਕਿਉਂ ਉਹ ਸੱਦ ਤੱਕ ਅੱਜ ਤੱਕ ਜਾਇਆ ਜਾ ਰਿਹਾ ਇੱਕ ਬੈਠ ਕੇ ਆਪਸ ਦੇ ਵਿੱਚ ਕੋਈ ਸਾਝ ਹੀ ਰਹਿ ਰਣਨੀਤੀ ਕਿਉਂ ਨਹੀਂ ਬਣਾ ਰਹੇ ਇਹ ਗੱਲ ਨਹੀਂ ਸਮਝ ਆ ਰਹੀ ਪੰਜਾਬੀਆਂ ਦੇ ਉਸੇ ਤਰ੍ਹਾਂ ਤਾਂ ਮੈਨੂੰ ਇਹ ਲੱਗਦਾ ਜਿਵੇਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਹੈ ਨਾ ਕਿ ਪੰਜਾਬੀਆਂ ਨਾਲ ਰੋਸ ਮਾਮਲੇ ਤੇ ਇੱਕ ਵਾਰ ਫੇਰ ਧੋਖਾ ਹੋ ਗਿਆ ਤੇ ਮੈਨੂੰ ਲੱਗਦਾ ਪਾਣੀ ਤੇ ਵੀ ਪੰਜਾਬੀਆਂ ਨਾਲ ਦੁਬਾਰਾ ਇੱਕ ਵਾਰ ਫੇਰ ਧੋਖਾ ਹੋਣ ਜਾ ਰਹੇ ਆ ਕੱਲਾ ਇੱਕ ਮੁੱਦੇ ਤੇ ਨਹੀਂ ਸਾਰੇ ਮੁੱਦਿਆਂ ਤੇ ਪੰਜਾਬ ਨੂੰ ਧੋਖੇ ਤੇ ਧੋਖੇ ਤੁਹਾਡੇ ਸਾਹਮਣੇ ਦਿਖਾਈ ਦੇਣਗੇ ਹਾਂ ਧੋਖੇ ਤੇ ਧੋਖਾ ਮਿਲ ਰਿਹਾ ਪੰਜਾਬ ਮੈਂ ਥੋੜੀ ਜੀ ਗੱਲ ਮੈਂ ਥੋੜੀ ਜੀ ਗੱਲ ਪੂਰੀ ਕਰ ਦਿਆਂ ਮੈਂ ਥੋੜਾ ਜਿਹਾ ਮੇਰੇ ਵੀ ਉਹ ਡਿਫਰੈਂਸ ਹੋ ਜਾਂਦਾ ਹੈ ਨਾ ਤੁਸੀਂ ਤੁਸੀਂ ਆਪਣੀ ਤੁਸੀਂ ਪ੍ਰੋਪਰ ਆਪਣੀ ਗੱਲ ਰੱਖ ਲਓ ਤੁਹਾਡਾ 뷰 ਪੁਆਇੰਟ ਪਾਣੀਆਂ ਦੇ ਮੁੱਦੇ ਤੇ ਆਉਣਾ ਹੈ ਤੇ ਇਹ ਆਉਣਾ ਚਾਹੀਦਾ ਤੁਸੀਂ ਆਪਣੀ ਗੱਲ ਪ੍ਰੋਪਰ ਰੱਖੋ ਮੈਂ ਜਿਹੜੀ ਗੱਲ ਕੀਤੀ ਹੈ ਨਾ ਆਪਣੇ ਸੁਨੀਲ ਜਾਖੜ ਨੇ 6040 ਇਹ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਸੀ ਸੰਤ ਹਰਚਲ ਸਿੰਘ ਰੋਗੋਵਾਲ ਦੇ ਨਾਂ ਤੇ ਜਿਹੜੇ ਡਾਕੂਮੈਂਟਸ ਰਿਲੀਜ਼ ਹੋਏ ਵੀ ਹੈ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਹੈਗਾ ਉਹ 6040 ਦੀ ਗੱਲ ਹੈ ਕਿ ਚੱਲੇ ਸੀਗੇ ਉਸ ਤੋਂ ਬਾਅਦ ਬਾਕੀ ਇਸ਼ੂਸ ਆਉਂਦੇ ਆ। ਅਕਾਲੀ ਦਾ ਅਕਾਲੀ ਦਾ ਨਾਲੇ ਆਪਣਾ ਰਿਕਾਰਡ ਦੇਖ ਲੈਣ। ਉੱਥੋਂ ਸਾਰਾ ਉਹਨਾਂ ਨੂੰ ਸਮਝ ਆ ਜਾਏਗੀ ਸੁਨੀਲ ਜਾਖੜ ਨੇ 6040 ਵਾਲੀ ਗੱਲ ਨਵੇਂ ਨਹੀਂ ਕੀਤੀ। ਇੱਕ ਸਟੇ ਤੇ ਚੱਲਿੱਗੜ ਨੂੰ ਵੇਸ 6040 'ਚ ਵੰਡਣ ਦੀ ਗੱਲ ਪ੍ਰੀ ਬਿਰੋਸਾਰ ਚੱਲੀ ਸੀ। ਉਹ ਇਹ ਪ੍ਰਾਣਾ ਇਸ਼ੂ ਵਾ 6040 ਦਾ ਪਾਣੀ ਦਾ। ਮੈਂ ਜਿਹੜਾ ਕਹਾਂ ਕਿ ਮੇਰੇ ਥੀਵਸ ਡਿਫਰੈਂਟ ਹੈ। ਮੈਂ ਉਹ ਪਾਣੀ ਦੀ ਬਾਰਫੀਤ ਵਾਲੀ ਗੱਲ ਨਹੀਂ ਮੈਂ ਕਰਦਾ ਹੁੰਦਾ। ਕਿਉਂ ਉਹਦਾ ਕਾਰਨ ਹੈ। ਇਸ਼ੂ ਦਾ ਸਿਰਫ ਐਸਾ ਹੀ ਹੁੰਦਾ। ਜਿੱਦੋਂ ਰੋਲਾ ਪਿਆ 1968 ਤੋਂ ਬਾਅਦ ਉਹਨਾਂ ਦੇ ਸ਼ਹਿਰ ਤੋਂ ਪਹਿਲਾਂ ਕਿਸੇ ਨੇ ਕਿੰது ਕੀਤਾ ਨਹੀਂ ਕਿ ਪਾਣੀ ਕਿੱਥੇ ਜਾ ਰਿਹਾ ਹਰਿਆਣਾ ਪਾਕਸੀ ਪੰਜਾਬ ਦਾ ਤੇ ਭਾਖੜਾ ਮੇਲ ਲਈ ਪਾਣੀ ਸਪਲਾਈ ਕਰਦੀ ਉਸ ਏਰੀਏ ਦੇ ਵਿੱਚ ਤੇ ਰਾਜਸਥਾਨ 55 ਦੇ ਵਿੱਚ ਜਿਹੜਾ ਅਲੋਕੇਸ਼ਨ ਹੁੰਦੀ ਹੈ ਅੰਡਰ ਵਾਟਰ ਟ੍ਰੀਟਰੀ ਤੋਂ ਪਹਿਲਾਂ ਉਹਦੇ ਅੰਡਰ ਜਾ ਰਿਹਾ ਜਾਂ ਪਾਕਿਸਤਾਨ ਜਾਂਦਾ ਜਾਂ ਰਾਜਸਥਾਨ ਜਾਂਦਾ ਇਹ ਚੋਇਸ ਤੁਸੀਂ ਕਰਨੀ ਹੈ ਸਾਰਿਆਂ ਨੇ ਵੀ ਕਿੱਥੇ ਜਾਂਦਾ ਹੈ ਸੋ ਜਿਹੜਾ ਮਸਲਾ ਸ਼ੁਰੂ ਹੁੰਦਾ 68 ਤੋਂ ਬਾਅਦ ਹੁੰਦਾ 68 ਤੋਂ ਬਾਅਦ ਵੀ ਨਹੀਂ 78 ਤੋਂ ਬਾਅਦ ਜਿਹੜਾ ਮੈਸੇਜ ਕਹਿੰਦੇ ਅਨਾਉਂਸ ਕਰਦੀ ਹੈ ਤਾਂ ਮੈਂ ਕਹਿੰਦਾ ਕਿ ਇਹ ਮਸਲਾ ਸਿਰਫ ਤੇ ਸਿਰਫ ਐਸਐਲ ਹੁੰਦਾ ਹੈ ਉਹਦੇ ਵਿੱਚੋਂ ਵੀ ਜਿਹੜਾ ਬਾਕੀ ਮਸਲਾ ਟੋਟਲ ਪਾਣੀ ਹੈ ਉਹ 1.88 ਐਮਐਫ 4 ਮੰਗ ਰਹੇ ਬਾਕੀ ਤੋਂ ਲੈ ਰਹੇ ਜਿਹੜਾ 3.5 ਉਹਨਾਂ ਨੇ ਦਿੱਤਾ ਸੀਗਾ ਅਸੀਂ ਖਲਾਰਾ ਜ਼ਿਆਦਾ ਪਾਇਆ ਹੋਵੇ ਜੇ ਫੋਕਸ ਐਨੀ ਗਲਤੀ ਕਰਾਂਗੇ ਸ਼ਹਿਰ ਮਸਲਾ ਛੇਤੀ ਇਹਦਾ ਕਿਸੇ ਤਨ ਪੱਤਣ ਲੱਗ ਜਾਏ ਜੇ ਖਲਾਰਾ ਪਾ ਕੇ ਬਹਿ ਜਾਾਂਗੇ ਬੈਨਾ ਦੀ ਆ ਵੀ ਕਰੋ ਜੀ ਆ ਵੀ ਕਰੋ ਜੀ ਉਹ ਤਾਂ ਤੱਕ ਕਿਸੇ ਨੇ ਸ਼ੋਰੇਜ਼ ਕੀਤਾ ਹੀ ਨਹੀਂ ਜੇ 1.8 ਦਾ ਸਰੇ ਮਸਲਾ ਹੈ 1.88 ਤੋਂ ਸੇ ਪਿੱਛੇ ਕਿੰਨੀਆਂ ਜਾਨਾਂ ਗਏ ਇੱਥੇ ਕਿੰਨਾ ਖੂਨ ਵਗਿਆ ਸਾਨੂੰ ਪ੍ਰੈਗਮੈਟਿਕ ਹੋ ਕੇ ਇਹ ਸੋਚਣਾ ਚਾਹੀਦਾ ਵੀ ਹੋ ਕੀ ਰਿਹਾ ਨੰਬਰ 2 1970 ਦੇ ਵਿੱਚ ਡਾਕਟਰ ਕੇ ਐਲ ਰਾਓ ਸੀਗੇ ਤੁਹਾਡੇ ਕੇਂਦਰ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਜੀ ਉਦੋਂ ਜਿਹੜਾ ਪਹਿਲਾ ਪ੍ਰੋਪੋਜ਼ਲ ਬਣੀ ਸੀ ਕਿ ਸਾਰੇ ਤੇਰੇ ਲਿੰਕ ਕਰਦੇ ਉਹਨਾਂ ਵੇਲੇ ਬਣੀ ਸੀ ਜੀ ਦੂਜੀ ਹੁਣ ਕੁਝ ਸਾਲ ਪਹਿਲਾਂ ਬਣੀ ਸੀ ਦੂਜੀ ਪ੍ਰੋਪੋਜ਼ਲ ਬਣਨ ਤੋਂ ਬਾਅਦ ਹੁਣ ਕੁਝ ਦਰਿਆ ਲੇਕ ਹੋਣੇ ਸ਼ੁਰੂ ਹੋ ਗਏ ਉਹ ਨਾਨ ਰਿਪੇਅਰਡ ਸਟੇਟ ਦੇ ਵਿੱਚ ਪਾਣੀ ਆਲਰੇਡੀ ਜਾ ਰਿਹਾ ਮੈਂ ਵੀ ਪਿਛੇ ਰਿਕਾਰਡ ਦੇਖ ਰਿਹਾ ਸੀਗਾ ਉਹ ਤਿੰਨ ਦਰਿਆ ਇਹਨਾਂ ਦੇ ਲੇਕ ਕਿਤੇ ਜਿਹੜੇ ਨਨ ਰਿਪੇਅਰਡ ਪਾਣੀ ਜਾ ਰਹੇ ਸੋ ਉਹ ਜਿਹੜਾ ਸਿਨੈਰੀਓ ਚੇਂਜ ਹੋ ਗਿਆ ਲੇਕਿਨ ਮੇਰੀ ਐਫਐਸਐ ਸਿਰਫ ਇੱਕ ਹੈ ਕਿ ਮਸਲਾ ਤਾਂ ਸਿਰਫ ਐਸਵਾਈਐਲ ਦਾ ਸੀਗਾ ਇਸ਼ੂ ਉਹ ਸਾਲਵ ਕਰਨਾ ਹੈ 55 ਵੀ ਖੋਲ ਲਏ ਸਭ ਕੁਝ ਖੋਲ ਲਏ ਇਹ ਤੁਹਾਡੇ ਗੱਲ ਤਾਂ ਛੋਟੇ ਜੀ ਗੱਲ ਵੀ ਸੁਪਰੀਮ ਕੋਰਟ ਨੇ ਸੁਣ ਰਹੀ ਹੈ ਨਾ ਕਿ ਆਪਣੇ ਕੇਦਰ ਸਾਹ ਸੁਣ ਰਹੀ ਹੈ ਜੇ ਐਸਵਾਈਐਲ ਦਾ ਮਸਲਾ ਸੀਗਾ ਮਸਲਾ ਸ਼ੋ ਹੁੰਦਾ ਹੈ ਉਹਨਾਂ ਦੇ 76 ਦੇ ਵਿੱਚ ਮੈਸੀ ਗਾਂਧੀ ਦਾ ਅਵਾਰਡ ਤੋਂ ਸੁਪਰੀਮ ਕੋਰਟ ਉਸ ਅਵਾਰਡ ਨੂੰ ਇੰਪਲੀਮੈਂਟ ਕਰਾਉਣਾ ਚਾਹੁੰਦੀ ਹੈ ਤੇ ਤੁਸੀਂ ਪੀਐਮ ਤੋਂ ਉਹ ਅਵਾਰਡ ਰੀਓਪਨ ਕਰਾ ਲਓ ਜੇ 9 ਮਾਸ ਦਾ ਰਿਸ਼ਤਾ ਵੀ ਰਹਿਣਾ ਹੁਣ ਵੀ ਮੈਂ ਪਿੱਛੇ ਵੀ ਗੱਲ ਕੀਤੀ ਸਾਰੇ ਇਕੱਠੇ ਹੋ ਕੇ ਪੀਐਮ ਕੋਲੇ ਜਾਓ ਵੇ ਇਹ ਜੜ ਮੈਸੇਜ ਗਾਂਧੀ ਦੀ ਅਲੋਕੇਸ਼ਨ ਹੈ 70 6 ਦੀ ਉਹਨੂੰ ਰਿਵਰਸ ਕਰਾ ਦਿਓ ਗੱਲ ਖਤਮ ਹੋ ਜਾਂਦੀ ਛੋਟੀ ਜੀ ਗੱਲ ਤਾਂ ਸਾਡੇ ਕੋਈ ਸੁਣ ਨਹੀਂ ਰਿਹਾ ਆਪਾਂ ਕਹਿ ਰਹੇ ਵੀ ਸਾਡੀ ਪਹਿਲਾਂ ਮਾਲਕੀ ਤਿਆ ਕਰੋ ਮਾਲਕੀ ਤੁਹਾਡੀ ਕੌਣ ਸੁਣੂਗਾ ਵੀ ਬਿਲਕੁਲ ਜਾਖੜ ਸਾਹਿਬ ਲਈ ਬੜਾ ਅਸਰ ਹੈ ਮੈਨੂੰ ਲੱਗਦਾ ਕਿ ਦੇਸ਼ ਦੇ ਹੁੰਦੇ ਨੇ ਨਾ ਜਿਹੜੇ ਉਹ ਕਿਸੇ ਰੂਲ ਕਿਸੇ ਕਨਸਟੀਟਿਊਸ਼ਨ ਨਾਲ ਕਿਸੇ ਪ੍ਰਿੰਸੀਪਲ ਨਾਲ ਚੱਲਦੇ ਨੇ ਬਹੁਤ ਜ਼ਿਆਦਾ ਜਿਹੜੀ ਇਹ ਆਮ ਆਦਮੀ ਪਾਰਟੀ ਵੀ ਅੱਜ ਤੱਕ ਹੈ ਇਸੇ ਤੋਂ ਅਸਦਾ ਪ੍ਰੈਗਮੈਟਿਕ ਪਾਰਟੀ ਆ ਸਾਡੀ ਕੋਈ ਡਾਇਲੋਜੀ ਨਹੀਂ ਸਾਡੀ ਕੋਈ ਕੁਝ ਨਹੀਂ ਸ਼ਾਇਦ ਪ੍ਰੈਗਮੈਟਿਕ ਨੂੰ ਇਹ ਜਾ ਕੋਈ ਲਿਆਵੇ ਜਿਹੜਾ ਕੋਈ ਉਹ ਕਹਿਣ ਵੀ ਜੀ ਹਾਂ ਆਪਾਂ ਐ ਕਰ ਲੈਂਦੇ ਆ ਵਾਟ ਲੈ ਲੈਂਦੇ ਆ ਜਦੋਂ ਬ੍ਰਿਕਸ ਪੰਜਾਬ ਅੰਗਰੇਜ਼ ਇੱਕ ਪ੍ਰਿੰਸੀਪਲ ਇੰਪਲੀਮੈਂਟ ਕਰਦਾ ਇੱਥੇ 1873 ਤੇ 1925 ਤੱਕ ਉਹ ਜਿਹੜਾ ਇਸ਼ੂ ਹੈ ਤੇ ਉਹ ਅੰਗਰੇਜ਼ ਐਡਾ پاਗਲ ਸਾਡੇ ਲਾਭ ਹੀ ਉਹੀ ਚਲਦੇ ਨੇ 1935 ਦੇ ਐਕਟ ਤੇ ਕਨਸਟੀਟਿਊਸ਼ਨ ਖੜਾ ਆ ਅੱਦੇ ਤੋਂ ਜ਼ਿਆਦਾ ਤੇ ਬਾਕੀ ਦੀਆਂ ਚੀਜ਼ਾਂ ਨੇ ਨੰਬਰ 1 ਇਹ ਉਹ ਗਲੋਬਲ ਸੈਟਅਪ ਪਾਰੀ ਦੇ ਜਿਸ ਲੈਵਲ ਤੇ ਹੋ ਰਹੀ ਸੀ ਤੇ ਉਹਨਾਂ ਨੇ ਪੰਜਾਬ ਨੂੰ ਦੀ ਓਨਰਸ਼ਿਪ ਤੈਅ ਕੀਤੀ ਬਾਕੀਆਂ ਨੂੰ ਦਿੱਤਾ ਪਾਰੀ ਸਮਝਾ ਉੱਤੇ ਨਾਲ ਪਾਰੀ ਸੀਗਾ ਦੇਤਾ ਉਹ ਇੱਕਲਾ ਗੱਲ ਹੈ ਔਰ ਨਾਲ ਜਦੋਂ ਇੰਡਸ ਵਾਟਰ ਟ੍ਰੀਟੀ ਦੀਆਂ ਜਿਹੜੀਆਂ ਡੈਗੋਸ਼ੀਏਸ਼ਨ ਚ ਚੱਲਦੀਆਂ ਨੇ 1960 ਚ ਜਾ ਕੇ ਹੁੰਦੀ ਹੈ ਗੁਲਾਪੀ ਜਿਹੜਾ ਸਾਡੇ ਵੱਲੋਂ ਸੀ ਇੰਡੀਆ ਵੱਲੋਂ ਉਦੀ ਕਿਤਾਬ ਵਾਰ-ਵਾਰ ਕਹਿ ਰਹੀ ਹੈ ਗਲਤ ਕਰ ਰਹੇ ਹੋ ਤੁਸੀਂ ਉਦੋਂ ਬਾਅਦ ਮੈਂ ਉਹਨੂੰ ਕਿਹਾ ਸੀ ਕਹਿੰਨਾ ਕਿ ਗਲਤ ਉਹ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਣਗੀਆਂ ਮੁੜ ਕੇ ਤੁਹਾਡੇ ਲਈ ਬਹੁਤ ਵੱਡੇ ਪ੍ਰੋਬਲਮ ਜੁੜਨਗੇ ਇਸ ਲੈਵਲ ਦੇ ਉੱਤੇ ਆ ਕੇ ਤੀਜੀ ਗੱਲ ਇਹਦਾ ਮਤਲਬ ਇਹ ਹੈ ਕਿ ਤਕੜੇ ਦਾ ਸੱਤੀ ਚਾਹੋ ਉਦੋਂ ਸਾਡੇ ਮਤਲਬ ਇਹ ਹੈ ਪੰਜਾਬ ਦੇ ਬੰਦੇ ਜਿੱਥੇ ਕਿਤੇ ਬਹੁਤਾਤ ਹੁੰਦੀ ਹੈ ਉਦੋਂ ਮਾਈਂਡ ਸੈਟ ਦਾ ਹਿੱਸਾ ਨਹੀਂ ਹੁੰਦਾ ਬੰਦਿਆਂ ਦੇ ਔਰ ਸਾਡੇ ਪਾਣੀ ਦੀ ਬਹੁਤਾਤ ਸੀ ਸਾਡੇ ਲੀਡਰਸ਼ਿਪ ਦਾ ਪਾਣੀਆ ਬਲ ਨਹੀਂ ਸੀ ਤੇ ਹਾਲ ਪੰਜਾਬੀ ਬੰਦਾ ਅੱਜ ਤੱਕ ਸੋਚਦਾ ਕਿ ਪਾਣੀ ਮੁਫਤ ਹੈ ਤੇ ਇਹ ਅਮੁੱਕ ਹੈ ਇਹ ਤਾਂ ਹੋਣਾ ਜੇ 30 ਸਾਲ ਤੋਂ ਸਾਨੂੰ ਲੱਗਿਆ ਕਿ ਇਹ ਮੁੱਕ ਵੀ ਸਕਦਾ ਹੈ ਕਿ ਇਹੋ ਜਿਹਾ ਗੱਲ ਜਦੋਂ ਧਾਰਨਾ ਉਧਰ ਦੀ ਬਣੀ ਹੁੰਦੀ ਆ ਵਿਗੜੀ ਤਾਂ ਉਥੇ ਵੱਡੇ ਸਟੈਂਡ ਨਹੀਂ ਲੈ ਜਾਂਦੇ ਉਹ ਤੇ ਐਜੀਟੇਸ਼ਨ ਨਹੀਂ ਕਰ ਸਕਦੇ ਕੋਈ ਇਸੇ ਕਰਕੇ ਉਦੋਂ ਬਾਅਦ ਲਗਾਤਾਰ ਜਦੋਂ ਇਸ ਪੱਧਰ ਤੇ ਫਿਰ ਪੈਪਸੂਸ ਪੰਜਾਬ ਚ ਸ਼ਾਵਨ ਹੁੰਦਾ ਕਿਉਂਕਿ ਵੱਡਿਆ ਗਿਆ ਪੰਜਾਬ ਤੇ ਉਸ ਲੈਵਲ ਦੇ ਉੱਤੇ ਗੱਲਾਂ ਹੋ ਰਹੀਆਂ ਨੇ 66 ਤੋਂ ਬਾਅਦ ਤਾਂ ਪ੍ਰੋਬਲਮ ਖੜੀ ਹੋਈ ਹੈ ਕਿਉਂਕਿ ਲਾਅ ਵਾਇਲੇਟ ਕਰਕੇ ਕਨਸਟੀਟਿਊਸ਼ਨ ਵਾਇਲੇਟ ਕਰਕੇ 787980 ਇਕੋਲੋਜੀ ਪਾਇਆਂ ਗਿਆ ਨੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਪਾਣੀ ਵੱਡ ਨਹੀਂ ਸਕਦਾ ਖੇਤਾਂਰ ਤੇ ਜਦੋਂ ਕੇਂਦਰ ਨੇ ਆਪਣੇ ਹੱਥ ਚ ਲੈ ਲਿਆ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਜਿਹਨੂੰ 79 ਚ ਚੈਲੰਜ ਕੀਤਾ ਗਿਆ ਮਤਲਬ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਜਿਹਨੂੰ ਦਰਬਾਰਾ ਸਿੰਘ ਦੇ ਐਗਰੀਮੈਂਟ ਦੇ ਤੱਕ ਵਿਡਰਾ ਕੀਤਾ ਗਿਆ ਮੁੜ ਕੇ ਅੱਜ ਵੀ ਉਹ ਗੈਰ ਸੰਵਿਧਾਨਕ ਹੈ ਕੀ ਦੇਸ਼ ਪ੍ਰੈਗਮੈਟਿਕ ਜਮ ਇਹ ਹੁੰਦਾ ਕਿ ਗੈਰ ਸੰਵਿਧਾਨਕ ਚੀਜ਼ਾਂ ਚੱਲੋ ਜਿਹਦੇ ਤੇ ਦਾਬਾ ਪਾਤਾ ਦਾਬਾ ਹੋ ਜੋ ਤੁਸੀਂ ਉਸੂਲਨ ਵੀ ਨਾ ਮੰਨੋ ਉਸ ਮਾਮਲੇ ਦੇ ਉੱਤੇ ਔਰ ਜਿੰਨੇ ਦੇ ਸਾਨੂੰ ਬਾਟਰ ਇੰਟਰਲਿੰਕ ਹੋਇਆ ਹੈ ਉਹ ਆਪਣਾ ਹਿੱਤ ਕੋ ਸਰੈਂਡਰ ਕਰਨਾ ਚਾਹੁੰਦਾ ਕਰ ਦੇ ਇੱਕ ਵੀ ਸੂਬਾ ਦੱਸੋ ਜਿੱਥੇ ਡਿਸੀਜਨ ਹੋ ਗਿਆ ਹੋਵੇ ਕਿ ਉੱਥੇ ਦਰਿਆ ਨਾ ਜਾਂਦਾ ਹੋਵੇ ਤੇ ਸੂਬੇ ਦੀ ਵਿਧਾਨ ਸਭਾ ਜਾਂ ਸੂਬੇ ਦੀ ਸਹਿਮਤੀ ਤੋਂ ਬਿਨਾ ਇਨ ਰਿਟਿੰਗ ਐਗਰੀਮੈਂਟ ਤੋਂ ਬਿਨਾ ਕੋਈ ਪਾਣੀ ਜਾਂਦਾ ਹੋਵੇ ਤੁਮਕਾ ਕੰਟਰੀ ਚ ਤੇ ਦੂਜੀ ਗੱਲ ਜਿਹੜਾ ਇੰਟਰਲਿੰਕਿੰਗ ਆਫ ਰਿਵਰ ਹੈ ਇਸ ਸਾਰਿਆਂ ਤੇ ਇੱਕ ਜਦੋਂ ਜਦ ਚੱਲ ਰਹੀ ਹੈ ਟੋਟਲ ਐਂਟੀ এনवायरमेंट ਹੈ ਐਂਟੀ ਨੇਚਰ ਸਿਸਟਮ ਹੈ ਵੱਡੀਆਂ ਮੂਵਮੈਂਟ ਆਫ ਵਰਲਡ ਚ ਹੋ ਚੁੱਕੀਆਂ ਨੇ ਤੇ ਸਾਡੇ ਵੀ ਹੋ ਰਹੀਆਂ ਨੇ ਬਾਜਪਾਈ ਗਵਰਨਮੈਂਟ ਨੇ ਤੇ ਪਾਲਿਸੀ ਬਣਾਈ ਹੈ 2002 ਦੇ ਵਿੱਚ ਆ ਕੇ ਉਸ ਤੋਂ ਬਾਅਦ ਤੇ ਉਹ ਪਾਲਿਸੀ ਦਾ ਵਿਰੋਧ ਨਾ ਕੇਵਲ এনवायरमेंटਲਿਸਟਾਂ ਵੱਲੋਂ ਹੋ ਰਿਹਾ ਕਿ ਆਲਮੀ ਤਪਸ ਦਾ ਜਿਹੜਾ ਵੱਡਾ ਗਲੋਬਲ ਮੁੱਦਾ ਹੈ ਜਿਹੜਾ ਵੱਡਾ ਇਹ ਉੱਡਾ ਖਤਰਨਾਕ ਮੁੱਦਾ ਹੈ ਇਸ ਲੈਵਲ ਤੇ ਇਸ ਲਈ ਇਹ ਤਾਂ ਵਿਰੋਧ ਹੋਣਾ ਚਾਹੀਦਾ ਪ੍ਰਿੰਸੀਪਲੀ ਇੰਟਰ ਲਿੰਕਿੰਗ ਆਫ ਰਿਵਰ ਦਾ ਜਿਹੜਾ ਸੈਟਅਪ ਹੈ ਨਾ ਕੇਵਲ ਰਪੇਰੀਆਂ ਦਾ ਕੁਐਸਚਨ ਹੈ ਉਹ ਤਾਂ ਨੇਚਰ ਨੂੰ ਕਨਾਟ ਦੇ ਐਗਜ਼ਿਸਟੈਂਸ ਦਾ ਕੁਐਸਚਨ ਹੈ ਇਹ ਤੋਂ ਵੀ ਵੱਡਾ ਉਹ ਬਹੁਤ ਛੋਟਾ ਮਾਮਲਾ ਨਹੀਂ ਹੈ ਔਰ ਐਸੇ ਕਰਕੇ ਇਹ ਮਾਮਲਾ ਨਰਮਦਾ ਬਚਾਓ ਅੰਦੋਲਨ ਕਿਉਂ ਲਗਿਆ ਰਿਹਾ ਇੰਨੇ ਸਾਲਾਂ ਤੋਂ ਗੁਜਰਾਤ ਦੇ ਵਿੱਚ ਵੱਡਾ ਡੈਮ ਕਰਕੇ ਕਿਉਂ ਤੇ ਕਰਨਾ ਕੀ ਆ ਸਾਡੇ ਨਾਲ ਸਾਡੇ ਬਾਕੀ ਦੇ ਮਾਮਲਿਆਂ ਦੇ ਵਿੱਚ ਜਿੱਦੇ ਤਾਂ ਮੇਧਾ ਪਟਕਰ ਲੀਡਰ ਬਣਦੀ ਆ ਤੇ ਸਾਰੇ ਚੀਜ਼ਾਂ ਔਰ ਮੋਦੀ ਸਾਹਿਬ ਦਾ ਪਿਆਰ ਉਹਨਾਂ ਸਾਰਿਆਂ ਨਾਲ ਹੈ ਵਾਰ-ਵਾਰ ਮੁਕੰਦਮੇ ਦਰਜ ਕਰਕੇ ਇਸ ਲਈ ਇਹ ਪ੍ਰਿੰਸੀਪਲ ਦੇ ਵੱਡੇ ਮੁੱਦੇ ਜਿਹੜੇ ਇਨਸਾਨੀਅਤ ਨੂੰ ਕੁਦਰਤ ਨੂੰ ਦੇਖ ਕੇ ਨੇ ਇਹਨੂੰ ਰੀਰਾਈਟ ਉਧਰ ਨੂੰ ਕਰਨਾ ਪਏਗਾ ਤਾਂ ਕਿ ਉਲਟੇ ਪਾਸੇ ਰੀਰਾਈਟ ਕਰਨਾ ਇਹ ਉਲਟੇ ਪਾਸੇ ਰੀਰਾਈਟ ਕਰਨਾ ਜਿਹੜਾ ਗੈਰ ਕੁਦਰਤੀ ਜਾਂ ਗੈਰ ਇਨਸਾਨੀ ਹੈ ਜੀ ਮੈਂ ਫਾਈਨਲ ਮੈਂ ਸੈਂਟੈਂਸ ਜਿਹੇ ਬੋਲ ਰਿਹਾ ਪੰਜਾਬ ਨੇ ਬਹੁਤ ਵੱਡੀ ਦੇ ਚ ਸਤਗਲ ਕੀਤੀ ਇਸ ਸੰਘਰਸ਼ ਕਾਲੇਦਲ ਦਾ ਸੰਘਰਸ਼ ਬਹੁਤ ਵੱਡਾ ਸੀ 8 ਅਪ੍ਰੈਲ 1982 ਨੂੰ ਸ਼ੁਰੂ ਕਰਕੇ ਕਪੂਰੀ ਤੋਂ ਧਾਰਮਿਕ ਮੋਰਚਾ ਬਲੂ ਸਟਾਰ ਹੋ ਗਿਆ ਮੁੜ ਕੇ ਨਹਿਰ ਬਣਾਉਣ ਦਾ ਇਹ ਵੀ ਇਹਨਾਂ ਨੇ ਕਰ ਲਿਆ ਸਭ ਕੁਝ ਹੋ ਗਿਆ ਸਿਰਫ ਇਹਨਾਂ ਨਾਲ ਹੀ ਮੋਰਚਾ ਨਹੀਂ ਸੀਗਾ ਮੁੜ ਕੇ ਇਹ ਏਜੰਡੇ ਤੇ ਆ ਗਿਆ ਬਿਲੇਟਸ ਤੇ ਬਬਰ ਖਾਲਸਾ ਦੇ ਇਸ ਨਹਿਰ ਦੇ ਵਿੱਚ ਖੂਨ ਵਗਿਆ ਹੁੰਦਾ ਹਿੰਦੁਸਤਾਨ ਦੇ ਵਿੱਚ ਕੋਈ ਪੈਰਨਲ ਐਗਜ਼ਾਮਪਲ ਨਹੀਂ ਹੈ ਜਿੱਥੇ ਪਾਣੀ ਤੇ ਐਡੇ ਵੱਡਾ ਪੀਸਫੁਲ ਸਵਾਰਚ ਵੀ ਲੜਿਆ ਗਿਆ ਹੋਵੇ ਤੇ ਵਾਇਲੈਂਸ ਵੀ ਹੋਈ ਹੋਈ ਹੋਵੇ ਉਸ ਤੋਂ ਬਾਅਦ ਵੀ ਮਸਲਾ ਉੱਥੇ ਰ ਉੱਥੇ ਹੀ ਖੜਾ ਮੈਂ ਉੱਥੇ ਆ ਰਿਹਾ ਤਾਂ ਮੈਂ ਜਦੋਂ ਮੈਂ ਕਹਿੰਦਾ ਪ੍ਰੈਗਮੈਟਿਕ ਉਸ ਦਾ ਲਫ ਦੇ मीनिंग ਹੈ ਕਿ ਜੇ ਮੈਂ ਕਿਸੇ ਖਾਸ ਕਨੋਟੇਸ਼ਨ ਦੇ ਵਿੱਚ ਵਰਤ ਲਿਆ ਜਨਰਲ ਕਾ ਨੋਟੇਸ਼ਨ ਦੇ ਵਿੱਚ ਨਹੀਂ ਜਿੱਥੇ ਐਨਾ ਕੁਝ ਹੋ ਗਿਆ ਮਸਲਾ ਕੀ ਸੀਗਾ ਅਲਟੀਮੇਟਲੀ ਮਸਲਾ 1.88 ਸੀ ਤਾਂ ਨਾ ਕਰਨਾ ਪ੍ਰੈਗਮੈਟਿਜ਼ਮ ਅਸੀਂ ਭਾਵਨਾਵਾਂ ਪੜਕਾ ਕੇ ਲੋਕਾਂ ਨੇ ਕਿੱਥੇ ਲੈ ਕੇ ਜਾਣਾ ਚਾਹੁੰਨੇ ਇੱਕ ਵਾਰੀ ਇੰਨੀ ਐਡੀ ਵੱਡੀ ਐਜਿਟੇਸ਼ਨ ਲੜੀ ਗਈ ਉਹਦਾ ਅੰਤ ਰਿਜਲਟ ਕੀ ਨਿਕਲਿਆ ਨਹਿਰ ਬਣੀ ਉਸ ਐਜਿਟੇਸ਼ਨ ਦੇ ਵਿੱਚੋਂ ਭਾਈ ਸਾਹਿਬ ਹੋਇਆ ਇਹ ਅਲਟੀਮੇਟਲੀ ਵਾਇਲਸ ਹੋਈ ਵਾਇਲਸ ਨੇ ਨਹਿਰ ਬਣਨੀ ਰੋਕੀ ਰੁਕੀ ਤਾਂ ਵਾਇਲਸ ਕਰਕੇ ਹੈ ਗੱਲ ਇਹ ਹੈ ਤਾਂ ਮੈਂ ਕਹਿੰਦਾ ਕਿ ਸਾਨੂੰ ਪ੍ਰੈਗਮੈਟਿਕ ਕਲੀ ਸੋਚ ਕੇ ਜੇ ਮਸਲਾ 1.88 ਦਾ ਫਿਰ ਅਸੀਂ ਖਲਾਰਾ ਕਿਹੜੀ ਗੱਲ ਦਾ ਪਾ ਰਹੇ ਹਾਂ ਮੈਨੂੰ ਇਹਦੇ ਵਿੱਚ ਆਖਰੀ ਗੱਲ ਸਿਰਫ ਇੰਨੀ ਕੀ ਕਰਨੀ ਹੈ ਔਰ ਸ਼ਾਇਦ ਇਸ ਸਵਾਲ ਦਾ ਜਵਾਬ ਇਸ ਵੇਲੇ ਨਾ ਲਿਆ ਜਾ ਸਕੇ ਬਹੁਤ ਦੂਰ ਨਿਕਲ ਆਇਆ ਕਿ ਜੇ ਸਾਰੀਆਂ ਹੀ ਤਰ੍ਹਾਂ ਪਾਣੀ ਦੇ ਮਾਮਲੇ 'ਚ ਸੁਹਿਰਦ ਸੀ ਸਾਰੀਆਂ ਤਰ੍ਹਾਂ ਇਸ ਖਿੱਤੇ ਲਈ ਲੜ ਰਹੀਆਂ ਨੇ ਸਾਰੀਆਂ ਦੀਆਂ ਸਾਰੀਆਂ ਤਰ੍ਹਾਂ ਖੂਨ ਦੇਣ ਨੂੰ ਵੀ ਤਿਆਰ ਰਹੀਆਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਫਿਰ ਇਸ ਖਿੱਤੇ ਨਾਲ ਇੰਨੀਆਂ ਜਾਤੀਆਂ ਹੋ ਕਿਵੇਂ ਗਈਆਂ ਇਸ ਖਿੱਤੇ ਚ ਜਿਹੜਾ ਪਾਣੀ ਐ ਉਹ ਦੂਜਿਆਂ ਨੂੰ ਇੰਨਾ ਵੱਧ ਚਲੇ ਕਿਵੇਂ ਗਿਆ ਇਹ ਸਰਦਾਰ ਹਮੀਰ ਸਿੰਘ ਉਹਨਾਂ ਦੀ ਇਹ ਗੱਲ ਚ ਬਹੁਤ ਵਜਨ ਐ ਕਿ ਜਦੋਂ ਬਹੁਤਾਤ ਹੁੰਦੀ ਐ ਉਦੋਂ ਬੰਦਾ ਗੌਲਦਾ ਹੀ ਨਹੀਂ ਲੈ ਜਾ ਯਾਰ ਜਦ ਤੱਕ ਕਿਸੇ ਸਮੇਂ ਚ ਕਹਿੰਦੇ ਹੁੰਦੇ ਸੀ ਵੀ ਤੂੜੀ ਲੈ ਜਾ ਜੰਨੀ ਮਰਜ਼ੀ ਲੈ ਜਾ ਹਨਾ ਪੱਠੇ தੱਥੇ ਨੂੰ ਕੋਈ ਗੱਲ ਹੀ ਨਹੀਂ ਜੀ ਜਿਹੜਾ ਮਰਜ਼ੀ ਵੱਢ ਲਿਆਵੇ ਛਾਊ ਘਰਾ ਦੇ ਸਵਾਲ ਇਸ ਵੇਲੇ ਇਸ ਗੱਲ ਦਾ ਫਸਿਆ ਹੋਇਆ ਇਹ ਜੇ ਹੁਣ ਵੀ ਸਾਰੇ ਜਾਖੜ ਸਾਹਿਬ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਪਾਰਟੀ ਨੈਸ਼ਨਲ ਸਾਰੇ ਬੰਨੇ ਇਲੈਕਸ਼ਨ ਲੜ ਰਹੀ ਆਲੇ ਦੁਆਲੇ ਰਾਜਸਥਾਨ ਚ ਵੀ ਪੰਗੇ ਚ ਐ ਜੇ ਉਹ ਇਸ ਵੇਲੇ ਕਹਿ ਰਿਹਾ ਕਿ ਨਹੀਂ ਨਿਕਲਣ ਦੇਣੀ ਐ ਐਸਵੀਐਲ ਕਾਂਗਰਸੀ ਵੀ ਕਹਿ ਰਿਹਾ ਤਾਂ ਫਿਰ ਹੁਣ ਤੱਕ ਇਹ ਸਾਰਾ ਕੁਝ ਜੋ ਹੋਇਆ ਹੋ ਕਿਦਾਂ ਗਿਆ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਮੈਂ ਸਮਝੀ ਨਹੀਂ ਪਾ ਰਿਹਾ ਕਿ ਇੰਨੇ ਜ਼ਿਆਦਾ ਸਹਿਰਦ ਲੋਕਾਂ ਦੇ ਹੁੰਦੇ ਆ ਜਾਤੀ ਹੋ ਕਿਵੇਂ ਜਾਂਦੀ ਆ ਬਹੁਤ ਮਿਹਰਬਾਨੀ ਇਹਦੇ ਤੇ ਇੱਕ ਇੱਕੋ ਹੀ ਗੱਲ ਇਹ ਹੈ ਕਿ ਜਿਹੜਾ ਵਿਲਨ ਹੈ ਉਹ ਪਾਸੇ ਹੈ ਅਸੀਂ ਬਲੇਮ ਗੇਮ ਆਪਣੀਆਂ ਪਾਰਟੀਆਂ ਦੇ ਇਹਨਾਂ ਦਾ ਨੁਕਸ ਹੈਗਾ ਪਰ ਇਹ ਵਿਲਨ ਉਸ ਲੈਵਲ ਤੇ ਨਹੀਂ ਹੈ ਜਿਸ ਲੈਵਲ ਤੇ ਗਵਰਨਮੈਂਟ ਆਫ ਇੰਡੀਆ ਜਦੋਂ ਪਾਵਰ ਹੈ ਤੁਹਾਡੇ ਕੋਲ ਫੌਜ ਹੈ ਡਿਸੀਜਨ ਮੇਕ ਇਹਦਾ ਮਤਲਬ ਫਿਰ ਫੈਡਰਲਿਜ਼ਮ ਦੀ ਲੜਾਈ ਵੀ ਸਾਡੀ ਸਾਰੀ ਬੇਅਰਥ ਹੈ ਪਾਣੀ ਦੀ ਲੜਾਈ ਵੀ ਬੇਅਰਥ ਹੈ ਡਿਫਰੈਂਟ ਲੜਾਈਆਂ ਬੇਅਰਥ ਨੇ ਇਹ ਬਲੇਮ ਦਾ ਵਿਕਟਮ ਥਿਉਰੀ ਇਹਦੇ ਤੇ ਇੰਪਲੀਮੈਂਟ ਹੋ ਜਾਂਦੀ ਹੈ ਆ ਕੇ ਉਹਦੇ ਤੇ ਕੀ ਜਾਂ ਇਨਸਾਫ ਦੇ ਤਕਾਜ਼ੇ ਨਾਲ ਠੀਕ ਹੁੰਦੀਆਂ ਨੇ ਜਦੋਂ ਵੀ ਹਿਸਟਰੀ ਕਰਕੇ ਠੀਕ ਕਰੂਗੀ ਰਿਵਾਈਜ਼ ਕਰਕੇ ਚੀਜ਼ਾਂ ਇਹ ਨਹੀਂ ਹੈ ਕਿ ਜੇ ਮੈਂ ਵਿਚਾਰਾਂ ਤੇ ਮੈਂ ਛੱਡ ਦੂੰਗਾ ਨਹੀਂ ਲੜ ਸਕਦਾ ਉਹਨਾਂ ਚ ਨਹੀਂ ਲੜ ਸਕਦਾ ਦੱਬ ਕੇ ਲੈ ਜਾਓ ਫਿਰ ਭਾਈ 프ੈਗਮੈਟ੍ਰਿਕ ਜੇਕਰ ਉਹ ਚੀਜ਼ ਹੈ ਤੇ ਜੇ ਨਹੀਂ ਮੈਨੂੰ ਮਿਲਿਆ ਲੜਦੇ ਹੋਏ ਵੀ ਕੁਝ ਕੋਈ ਮੈਨੂੰ ਠਖੇ ਨਾਲ ਦੱਬਦਾ ਤਾਂ ਦੱਬ ਕੇ ਲੈ ਗਿਆ ਲੈ ਗਿਆ ਫਿਰ ਮੈਂ ਕੀ ਕਰ ਸਕਦਾ ਕੀ ਹੈ ਜਸਟਿਸ ਹੈ ਕਿ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਜਿਹੜੀ ਇਹ ਸੋਚਦੀ ਹੈ ਮੈਂ ਦੇਸ਼ ਰਨ ਕਰ ਰਹੀ ਆ ਮੈਂ ਦੇਸ਼ ਨੂੰ ਕਿਸੇ ਸੰਵਿਧਾਨ ਕਿਸੇ ਲਾ ਕਿਸੇ ਉਹਦੇ ਆਧਾਰ ਤੇ ਕਰਦੀ ਆ ਇੱਕ ਵੀ ਦਰਿਆ ਦੱਸੋ ਜਿੱਥੇ ਪੰਜਾਬ ਮੰਗ ਤੱਕਾ ਹੋਇਆ ਹੋਵੇ ਕੰਟਰੀ 'ਚ ਇੱਕ ਵੀ ਸਿੰਗਰ ਕਿਤੇ ਰਾਜਧਾਨੀ ਰੱਖੀ ਹੋਵੇ ਉਹਨਾਂ ਨੇ ਆਪਣੀ ਕਿਤੇ ਅਸ਼ਟੰਗ ਨਾਲ ਇਲਾਕੇ ਭਟਕਦੇ ਫਿਰਦੇ ਹੋਣ ਇਸ ਲਈ ਜਦੋਂ ਬਲਡੋਜ ਕਰਕੇ ਕੋਈ ਚੀਜ਼ ਆਉਂਦੀ ਆ ਉੱਪਰ ਸਾਡੇ ਇਹ ਠੀਕ ਹੈ ਕਿ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਨੇ ਮੈਂ ਕਹਿੰਦਾ ਕਿ ਇਹ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਨੇ ਤੇ ਉੱਥੇ ਸੋਚਿਆ ਸਮਝਿਆ ਇੱਕ ਡਿਜ਼ਾਈਨ ਹੈ ਜਿਹੜੇ ਡਿਜ਼ਾਈਨ ਦੇ ਨਾਲ ਸੂਬਿਆਂ ਨੂੰ ਬਿਲਕੁਲ ਮਲਿਆ ਮੇਟ ਕਰਨ ਦਾ ਕੋਈ ਚਾਹਤ ਨਹੀਂ ਉਹ ਡਿਜ਼ਾਈਨ جاری ਹੈ ਥਰੂ ਜੀਐਸਟੀ ਥਰੂ ਬਕਬਕ ਮਾਮਲਿਆਂ ਦੇ ਵਿੱਚ ਉਹ ਪਿੱਛੇ ਵੀ ਹਟਿਆ ਪਰ ਸਰਦਾਰ ਹਮੀਰ ਸਿੰਘ ਦੀ ਜਿਸ ਸੁਹਿਰਦਤਾ ਨਾਲ ਖੇਤੀ ਕਾਨੂੰਨਾਂ ਦੇ ਨਜ਼ਰੀਏ ਤੋਂ ਜੰਗ ਲੜੀ ਗਈ ਕਿ ਸਟੇਟ ਸਬਜੈਕਟ ਹੈ ਐਗਰੀਕਲਚਰ ਇਹਦਾ ਮਤਲਬ ਹੈ ਕਿ ਹੁਣ ਤੱਕ ਪਾਣੀਆਂ ਦੇ ਮਾਮਲੇ ਦੇ ਉੱਤੇ ਇਸ ਤਰ੍ਹਾਂ ਦਾ ਜਥੇਬੰਦਕ ਪੰਜਾਬ ਕਦੇ ਨਹੀਂ ਹੋਇਆ ਤੁਸੀਂ ਇਹ ਜ਼ਰੂਰ ਕਹੋਗੇ ਕਿ ਪੂਰੇ ਦੇਸ਼ ਨੇ ਲੜਿਆ ਹੋ ਪਰ ਲੀਡ ਇੱਥੇ ਵੀ ਪੰਜਾਬ ਨੇ ਕੀਤਾ ਹੈ ਜੇਕਰ ਨਾਨ ਸਾਹਿਬ ਜੀਆਂ ਦੇ ਖਿਲਾਫ ਫੈਡਰਲ ਸਟਰਕਚਰ ਦੇ ਨਜ਼ਰੀਏ ਤੋਂ ਅਕਾਲੀ ਵੀ ਲੜੇ ਤਾਂ ਫਿਰ ਇਹ ਲੜਾਈ ਇਹਦਾ ਮਤਲਬ ਉਨੀ ਸੰਗਠਿਤ ਤੇ ਉਨੀ ਧਾਰਦਾਰ ਨਹੀਂ ਸੀ ਲੜਾਈ ਕਿੰਨੀ ਧਾਰਦਾਰ ਹੈ ਕਿੰਨੀ ਨਹੀਂ ਮੈਂ ਕਹਿੰਦਾ ਕਮਜ਼ੋਰੀਆਂ ਹੁੰਦੀਆਂ ਨੇ ਇੱਕ ਸਟੇਟ ਲੜ ਕੇ ਉਸ ਲੈਵਲ ਦੀ ਜਿੱਤ ਕਿੰਨੀ ਪ੍ਰਾਪਤ ਕਰ ਸਕਦੀ ਹੈ ਇਹ ਅਲੱਗ ਕੁਐਸਚਨ ਹੈ ਕਿਸਾਨੀ ਦਾ ਦਾਇਰਾ 16 ਕਰੋੜ ਫੈਮਿਲੀ ਆ ਕੰਟਰੀ ਦੇ ਵਿੱਚ ਔਰ ਬਹੁਤ ਵੱਡਾ ਇੱਕ ਵੋਟ ਬੈਂਕ ਵੀ ਆ ਬਾਕੀ ਦੇ ਮਾਮਲਿਆਂ ਦੇ ਵਿੱਚ ਇਹ ਜੇ ਡਿਸਕਸਰ ਨੇ ਕਿੰਨਾ ਹੋਇਆ ਮੈਂ ਕਹਿੰਦਾ ਪੀਸਫੁੱਲ ਸੀ ਸਟ੍ਰਗਲ ਤਾਂ ਪੰਜਾਬ ਦੀ ਅਕਾਲੀ ਦਲ ਦਾ ਮੋਰਚਾ ਤਾਂ 82 ਤੋਂ ਪੀਸਫੁੱਲੇ ਸੀ ਚੱਲ ਕੇ ਉਹ ਟਰਨ ਹੋਇਆ ਫਿਰ ਕਰਨ ਵੀ ਕਦੋਂ ਹੁੰਦਾ ਜਦੋਂ ਮਿਲਿਟੈਂਸੀ ਚ ਇੱਕ ਤਾਂ ਤੁਹਾਡੀ ਅਪਰੋਚ ਡਿਜ਼ਾਈਨ ਹੋ ਸਕਦਾ ਪਿੱਛੇ ਕਿ ਇਹਨੂੰ ਇੰਦਰ ਫੁੱਟ ਪਾਓ ਜਿੰਨੀਆਂ ਕਿਤਾਬਾਂ ਹੁਣ ਤੱਕ ਸਾਡੇ ਸਾਹਮਣੇ ਆਈਆਂ ਤੇ ਦੂਜੀ ਗੱਲ ਇਹ ਮੈਂ ਇੱਥੇ ਇੰਟਰਵਿਊ ਕਰਾ ਰਿਹਾ ਨੇ ਇੱਕ ਮਿੰਟ ਇੱਕ ਮਿੰਟ ਮਿੰਟ ਜਦੋਂ ਮੌਰਤਾ ਲੱਗਿਆ ਇੱਕ ਇੱਕ ਮਿੰਟ ਇੱਕ ਮਿੰਟ ਉਸ ਤੋਂ ਬਾਅਦ ਤੁਸੀਂ ਕਰਨ ਇੰਟਰਵਿਊ ਦਾ ਲਾਈਨ ਤਾਂ ਪੂਰੀ ਕਰ ਲੈਣ ਦਿਓ ਹਾਂ ਇੱਕ ਸੈਕਿੰਡ ਨਹੀਂ ਮੈਂ ਮੈਂ ਕਰੈਕਟ ਕਰ ਦਿਆਂ ਜਿਹੜੇ ਤੁਸੀਂ ਸਟੈਂਸ ਬੋਲਿਆ ਨਾ ਤਾਂ ਮੈਂ ਜ਼ਬਰਦਸਤੀ ਇੰਟਰਵਿਊ ਇਨ ਕਰ ਲੱਗਿਆ ਜਦੋਂ ਮੌਰਤਾ ਲੱਗਿਆ ਉਸ ਵੇਲੇ ਵਾਲਸ ਆਲਰੇਡੀ ਸਿਸਟਮ 'ਚ ਆ ਚੁੱਕੀ ਸੀ ਚਲੋ ਸਿਸਟਮ ਚਾਹੀਦਾ ਗੱਲ ਹੈ ਪਰ ਅਕਾਲੀ ਦਲ ਵੱਲੋਂ ਬੈਲੈਂਸ ਦੀ ਸਪੋਰਟ ਕਰਨਾ ਜਾਂ ਅਕਾਲੀ ਦਲ ਵੈਲ ਸਟ੍ਰੰਗਲ ਲੜ ਰਿਹਾ ਸੀ ਮੈਨੂੰ ਨਹੀਂ ਇਹ ਲੱਗ ਰਿਹਾ ਉਦੋਂ ਉਦੋਂ ਉਹ ਕੋਪਰ ਹੀਣੇ ਜਿਹੜਾ ਵੱਡਾ ਐਕਸ਼ਨ ਹੋਇਆ ਸ਼ਾਂਤ ਭਾਈ ਲੋਕਾਂ ਤੇ ਉਸ ਕਿਸ ਲੈਵਲ ਦਾ ਲਾਠੀ ਚਾਰਜ ਤੇ ਫਾਇਰਿੰਗ ਉਹ ਪੀਸਫੁਲ ਸੀ ਕਿ ਜਾਂ ਉਹ ਵਾਇਲੈਂਸ ਕਰ ਰਹੇ ਨੇ ਨਹੀਂ ਨਹੀਂ ਤੁਸੀਂ ਤੁਸੀਂ ਗਲਤ ਲੈ ਗਏ ਮੈਂ ਦੁਬਾਰਾ ਕਹਿ ਦਿੰਦਾ ਪਹਿਲਾਂ 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 ਮੈਂ ਕਹਿੰਦਾ ਗੱਲ ਨਹੀਂ ਬਰਦੀ ਨਾ ਆਪਾਂ ਗੱਲ ਤਾਂ ਇੱਕ ਵਾਰ ਕਰ ਲਈਏ ਉਸ ਤੋਂ ਬਾਅਦ ਹੋ ਜਾ ਤੁਹਾਨੂੰ ਕਰ ਲੋ ਕਰ ਮੈਂ ਇਹ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਵੋਟਾਂ ਦਾ ਇੱਕ ਸੈਟਅਪ ਜਿਹੜਾ ਐ ਇਤਕੀ ਵੀ ਕਾਰਮਾ ਚ ਸਟੋਰੀ ਐ ਹਰਜੋਤ ਮਲ ਦੀ ਤੇ ਬਾਕੀਆਂ ਦੀ ਕਿ ਸਾਡਾ ਸੈਕੂਲਰਿਜ਼ਮ ਕਿੱਥੇ ਜਾਂਦਾ ਐ ਨਹਿਰੂ ਨੂੰ ਉਹ ਕਰਕੇ ਕੰਟਰਾਇਡ ਕਿ ਨਹਿਰੂ ਇਹ ਕਹਿ ਰਿਹਾ ਸੀ ਕਿ ਮਿਨੋਰਟੀ ਦਾ ਜੇ ਫਿਰ ਵੀ ਥੋੜਾ ਬਹੁਤ ਕਮਿਊਨਲ ਜਿਵੇਂ ਚੱਲਦਾ ਜਦ ਤਨ ਮੇਜੋਰਿਟੀ ਕਮਿਊਨਲ ਹੋ ਜਾਏਗੀ ਉਦੋਂ ਕੰਟਰੀ ਨਹੀਂ ਚੱਲ ਸਕਦੇ ਕਿਸੇ ਵੀ ਰੂਪ ਦੇ ਵਿੱਚ ਉਹ ਕਹਿੰਦਾ ਰਜੀਵ ਗਾਂਧੀ ਦਾ ਬਾਬਰੀ ਮਸਜਿਦ ਦਾ ਜਿੰਦਾ ਖਲਾਉਣਾ ਤੇ ਉਸ ਤੋਂ ਬਾਅਦ ਇਦਾਂ ਗਾਂਧੀ ਦਾ ਉਹ ਦਰਬਾਰ ਸਾਹਿਬ ਦੇ ਮਾਮਲੇ ਜੇ ਬੋ ਇਹ ਬਿਲਕੁਲ ਇੱਕ ਹੋਰ ਸਾਈਡ ਤੇ ਚਲੀ ਗਈ ਗੱਲ ਸੀ ਜਿੱਥੇ ਮੈਜੋਰਿਟੇਰੀਅਨ ਨੂੰ ਤੁਸੀਂ ਓਨ ਕਰ ਲਿਆ ਐਜੇ ਪੋਲਿਟਿਕਲ ਸਟਰੈਟਜੀ ਤੇ ਅੱਜ ਭਾਜਪਾ ਉਹਦਾ ਹੀ ਤਰੀਕਾ ਅਕਾਰ ਹੈ ਜਿੱਧਰ ਕਿਤੇ ਜਾ ਰਹੀ ਹੈ ਉਸ ਲੈਵਲ ਤੇ ਤੇ ਉਸ ਉਸ ਗੱਲ ਦਾ ਸਵਾਲ ਹੈ ਜਿਹਦੇ ਚੋਂ ਅੱਗੇ ਚੀਜ਼ਾਂ ਨਿਕਲਦੀਆਂ ਨੇ ਫਿਰ ਉਸ ਪੋਲਿਟਿਕਸ ਦੇ ਵਿੱਚੋਂ ਬਾਕੀ ਰਿਐਕਸ਼ਨ ਹੁੰਦੇ ਨੇ ਐਕਸ਼ਨ ਦੇ ਇੱਕ ਸਾਈਡ ਤੋਂ ਐਕਸ਼ਨ ਹੁੰਦਾ ਦੂਜਾ ਹਾਂ ਉਹ ਰਿਐਕਸ਼ਨ ਨੂੰ ਵੀ ਤੁਸੀਂ ਜ਼ਰੂਰੀ ਵੀ ਕਿ ਡਿਫੈਂਡ ਕਰ ਸਕਦੇ ਹੋ ਜਿਹੜੇ ਗਲਤ ਹੋਣਗੇ ਪਰ ਉਹਨੂੰ ਮੇਜਰ ਚੀਜ਼ ਨਹੀਂ ਬਣਾਇਆ ਸਕਦਾ ਕਾਜ ਆਂਡ ਫੈਕਟਰ ਨੂੰ ਤੁਸੀਂ ਅਫੈਕਟ ਨੂੰ ਕਾਜ ਦੀ ਜਗ੍ਹਾ ਨਹੀਂ ਲੈ ਸਕਦੇ ਕਿਤੇ ਜੀ ਚਲੋ ਆਪਾਂ ਇੱਥੇ ਨਹੀਂ ਨਹੀਂ ਬਸ ਆਪਾਂ ਹੋਰ ਨਹੀਂ ਵਧਾਉਂਦੇ ਕੱਲ ਜਿਆਦਾ ਫਰਤ ਤੁਰ ਹੀ ਜਾਏਗੇ ਫਿਰ ਜਿਆਦਾ ਲੱਭਾ ਹੋ ਜਾਂਦਾ ਕੰਮ ਸਾਡਾ ਮਤਲਬ ਸਰਦਾਰ ਹਮੇਸ਼ਕ ਸਿੰਘ ਜੀ ਕੀ ਕਹਿੰਦੇ ਹੁੰਦੇ ਆ ਕਿ ਹੰਗਾਮਾ ਖੜਾ ਕਰਨਾ ਮੇਰੀ ਆਦਤ ਨਹੀਂ ਹੰਗਾਮਾ ਖੜਾ ਕਰਨਾ ਮੇਰੀ ਆਦਤ ਨਹੀਂ ਹਾਂ ਸਾਡੀ ਇੱਛਾ ਹੈ ਨਹੀਂ ਅਸੀਂ ਸੀਰੀਅਸ ਅਸੀਂ ਸੀਰੀਅਸ ਗੱਲ ਕਰਨੀ ਹੈ ਅਸੀਂ ਆਪਸ ਵਿੱਚ ਰਿਕੋਰਡ ਡਿਫਰ ਕਰਨਾ ਹੈ ਤੇੜਾ ਠੋਕੇ ਕਰਨੇ ਆ ਮਤਲਬ ਸੂਰਤ ਬਦਲੇ ਇਸ ਤਰ੍ਹਾਂ ਦਾ ਕੋ ਸ਼ੇਰ ਆ ਤੁਸੀਂ ਦੋਸਤੋ ਇਹਨੂੰ ਸਰਚ ਕਰ ਲਿਓ ਤੇ ਮੈਂ ਇਹਦੇ ਵਿੱਚ ਆਖਰੀ ਗੱਲ ਇਹ ਕਹਦਿਆਂ ਕਿ ਕਿਸੇ ਮੁੱਦੇ ਨੂੰ ਬਹਿਸ ਵਿੱਚ ਲਿਆਉਣਾ ਉਹਦੇ ਉੱਤੇ ਵਿਚਾਰ ਚਰਚਾ ਖੜੀ ਕਰਨੀ ਵੱਖ-ਵੱਖ ਵਿਚਾਰਾਂ ਦਾ ਟਕਰਾਉਣਾ ਇਹੀ ਇੱਕ ਤਰੀਕਾ ਹੈ ਚਰਨਿੰਗ ਤੇ ਫਿਰ ਕਿਸੇ ਵਿਚਾਰ ਦਾ ਉੱਭਰ ਕੇ ਸਾਹਮਣੇ ਆਉਣਾ ਇਸੇ ਯਤਨ ਦੇ ਵਿੱਚ ਅਸੀਂ ਲਗਾਤਾਰ ਹਾਜ਼ਰ ਹਾਂ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ੁਕਰੀਆ ਜੀ